प्यारे बच्चों एनटीएससी ਦੀ ਜੋ ਆਪਾਂ ਤਿਆਰੀ ਕਰਦੇ ਪਏ ਉਹਦੇ ਵਿੱਚ 9ਵੀਂ ਕਲਾਸ ਦਾ ਤੇ 10ਵੀਂ ਕਲਾਸ ਦਾ ਇੱਕ ਬਹੁਤ ਹੀ ਮਹੱਤਵਪੂਰਨ ਨਾਗਰਿਕ ਸ਼ਾਸਤਰ ਦਾ ਵਿਸ਼ਾ ਆ ਮੌਲਿਕ ਅਧਿਕਾਰ ਫੰਡਾਮੈਂਟਲ ਰਾਈਟਸ ਅੱਜ ਆਪਾਂ ਇਹਦੇ ਬਾਰੇ ਡਿਟੇਲ ਦੇ ਵਿੱਚ ਜਾਣਕਾਰੀ ਲਵਾਂਗੇ ਸੋ ਬੱਚਿਓ ਜੋ ਸਾਡੀ ਪਹਿਲੀ ਸਲਾਈਡ ਹੈ ਤੁਸੀਂ ਦੇਖ ਰਹੇ ਹੋ ਇਹਦੇ ਵਿੱਚ ਇੱਕ ਪਾਸੇ ਕਨਸਟੀਟਿਊਸ਼ਨ ਆਫ ਇੰਡੀਆ ਲਿਖਿਆ ਹੋਇਆ ਹੈ ਇੱਕ ਪਾਸੇ ਤਿਰੰਗੇ ਦੀ ਤਸਵੀਰ ਹੈ ਇੱਥਾ ਇੰਡੀਆ ਰਿਪਬਲਿਕ ਡੇ 26 ਜਨਵਰੀ ਲਿਖਿਆ ਹੋਇਆ ਸੋ ਬੱਚਿਓ ਇਹਨਾਂ ਦੋਵਾਂ ਦਾ ਆਪਸ ਦੇ ਵਿੱਚ ਕੀ ਸਬੰਧ ਹੈ ਤਾਂ ਉਹਦੇ ਬਾਰੇ ਮੈਂ ਤੁਹਾਨੂੰ ਦੱਸਦਾ ਹਾਂ 26 ਜਨਵਰੀ ਨੂੰ ਬੱਚਿਓ ਅਸੀਂ ਜਾਣਦੇ ਵੀ ਸਾਨੂੰ ਛੁੱਟੀ ਹੁੰਦੀ ਹੈ ਅਸੀਂ ਗਨਤੰਤਰ ਦਿਵਸ ਮਨਾਉਂਦੇ ਹਾਂ ਰਿਪਬਲਿਕ ਡੇ ਮਨਾਉਂਦੇ ਹਾਂ ਉਸ ਖੁਸ਼ੀ ਦੇ ਵਿੱਚ ਸਾਨੂੰ ਛੁੱਟੀ ਹੁੰਦੀ ਆ ਸਕੂਲ ਦੇ ਵਿੱਚ ਸਾਰੇ ਸਰਕਾਰੀ ਦਫ਼ਤਰ ਸਭ ਕੁਝ ਬੰਦ ਹੁੰਦਾ ਆ ਸੋ ਇਹਦਾ ਇਸ ਚੀਜ਼ ਨਾਲ ਕੀ ਸੰਬੰਧ ਆ ਇਹ ਆ ਕਨਸਟੀਟਿਊਸ਼ਨ ਆਫ ਇੰਡੀਆ ਭਾਰਤ ਦਾ ਸੰਵਿਧਾਨ ਸਾਡਾ ਵਿਸ਼ਾ ਅੱਜ ਦਾ ਜੋ ਹੈ ਉਹ ਸੰਵਿਧਾਨ ਦੇ ਵਿੱਚ ਜੋ ਸ਼ਾਮਿਲ ਆ ਮੌਲਿਕ ਅਧਿਕਾਰ ਉਹਨਾਂ ਦੇ ਬਾਰੇ ਆ ਪਰ ਇਸ ਤੋਂ ਪਹਿਲਾਂ ਕਿ ਅਸੀਂ ਮੌਲਿਕ ਅਧਿਕਾਰਾਂ ਬਾਰੇ ਪੜੀਏ ਅਸੀਂ ਥੋੜੀ ਜੀ ਜਾਣਕਾਰੀ ਸੰਵਿਧਾਨ ਦੇ ਬਾਰੇ ਵੀ ਪ੍ਰਾਪਤ ਕਰਨੀ ਹੈ ਵੈਸੇ ਤਾਂ ਤੁਹਾਨੂੰ ਸਾਰਾ ਕੁਝ ਪਤਾ ਹੋਊਗਾ ਸੰਵਿਧਾਨ ਇੱਕ ਲਿਖਿਤ ਦਸਤਾਵੇਜ਼ ਆ ਲਿਖੇ ਦਸਤਾਵੇਜ਼ ਜਿਵੇਂ ਸਾਡੇ ਕੋਲ ਬੁੱਕ ਹੁੰਦੀ ਬੁੱਕ ਦੇ ਵਿੱਚ ਸਾਰਾ ਕੁਝ ਲਿਖਿਆ ਹੁੰਦਾ ਪ੍ਰਿੰਟ ਹੁੰਦਾ ਇਦਾਂ ਦਾ ਇੱਕ ਦਸਤਾਵੇਜ਼ ਦਸਤਾਵੇਜ਼ ਹੁੰਦਾ ਡਾਕੂਮੈਂਟ ਜਿਹਦੇ ਰਾਹੀਂ ਕਿਸੇ ਵੀ ਦੇਸ਼ ਦੀ ਸਰਕਾਰ ਸ਼ਾਸਨ ਕਰ ਦਿਆ ਕੰਮ ਕਰ ਦਿਆ ਯਾਨੀ ਉਹਦੇ ਵਿੱਚ ਜੁੜੀਆਂ ਗੱਲਾਂ ਲਿਖੀਆਂ ਜੋ ਗੱਲਾਂ ਇਸ ਕਿਤਾਬ ਦੇ ਵਿੱਚ ਲਿਖੀਆਂ ਆ ਉਹਦੇ ਅਨੁਸਾਰ ਹੀ ਦੇਸ਼ ਦਾ ਸ਼ਾਸਨ ਪ੍ਰਬੰਧ ਚਲਾਇਆ ਜਾਂਦਾ ਆ ਠੀਕ ਹੈ ਬੱਚਿਓ ਤੇ ਸਾਡਾ ਜੋ ਸਬੰਧ ਸੀਗਾ ਉਹ ਇੱਥੇ ਇਹ ਆ ਵੀ 26 ਜਨਵਰੀ ਨੂੰ 1950 ਠੀਕ ਹੈ ਨਾ 1 26 ਜਨਵਰੀ 1950 ਆ ਤੇ 1 1947 ਦੀ ਆਪਾਂ ਗੱਲ ਕਰਦੇ ਆ ਤਾਂ ਇਹਨਾਂ ਦੋਵਾਂ ਵਿੱਚ ਵਿੱਚ ਕੀ ਫਰਕ ਆ 1947 ਨੂੰ ਸਾਡਾ ਦੇਸ਼ ਆਜ਼ਾਦ ਹੋਇਆ ਸੀ ਠੀਕ ਹੈ 15 ਅਗਸਤ 1947 ਨੂੰ ਉਹਨੂੰ ਅਸੀਂ ਆਜ਼ਾਦੀ ਦਿਵਸ ਜਾਂ ਸੁਤੰਤਰਤਾ ਦਿਵਸ ਮਨਾਉਂਦੇ ਆ ਉਹਨੂੰ ਇੰਡੀਪੈਂਡੈਂਸ ਡੇ ਕਹਿੰਦੇ ਆ ਪਰ ਜਿਹੜੀ ਗੱਲ ਆਪਾਂ ਕਰਦੇ ਪਏ ਆ ਉਹ 26 ਜਨਵਰੀ 1950 26 ਜਨਵਰੀ 1950 ਨੂੰ ਸਾਡੇ ਦੇਸ਼ ਦੇ ਸੰਵਿਧਾਨ ਨੂੰ ਲਾਗੂ ਕੀਤਾ ਗਿਆ ਸੀ ਇਸ ਕਰਕੇ ਇਹਨਾਂ ਦੋਵਾਂ ਚੀਜ਼ਾਂ ਦਾ ਸਬੰਧ ਤੁਹਾਨੂੰ ਮੈਂ ਦਿਖਾਇਆ ਠੀਕ ਹੈ ਤਾਂ ਯਾਦ ਰੱਖਿਓ ਗੰਤੰਤਰ ਦਿਵਸ ਤੇ ਸੁਤੰਤਰਤਾ ਦਿਵਸ ਦੇ ਵਿੱਚ ਫਰਕ ਕੀ ਆ ਆਪਾਂ ਨੂੰ ਬਹੁਤ ਭੁਲੇਖਾ ਪੈਂਦਾ ਆ ਸੁਤੰਤਰਤਾ ਦਿਵਸ ਵਾਲੇ ਦਿਨ ਸਾਨੂੰ ਆਜ਼ਾਦੀ ਮਿਲੀ ਸੀ ਗੰਤੰਤਰ ਦਿਵਸ ਵਾਲੇ ਦਿਨ ਸਾਡਾ ਸੰਵਿਧਾਨ ਲਾਗੂ ਹੋਇਆ ਸੀ ਅੱਗੇ ਆ ਜਾਓ ਹੁਣ ਆ ਪਹਿਲੀ ਤਸਵੀਰ ਆ ਇਹਦੇ ਵਿੱਚ ਦੇਖੋ ਕੀ ਕੁਝ ਆ ਘਰ ਆ ਆ ਖਾਣਾ ਆ ਠੀਕ ਹੈ ਆ ਪੁਲਿਸ ਆ ਜੋ ਸਾਨੂੰ ਸਿਕਿਉਰਿਟੀ ਦਿੰਦੀ ਆ ਆ ਪੜਾਈ ਆ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਇਹਦਾ ਪ੍ਰਬੰਧ ਕਿਸੇ ਵੀ ਦੇਸ਼ ਦੀ ਸਰਕਾਰ ਨੇ ਕਰਨਾ ਹੁੰਦਾ ਆ ਔਰ ਉਹ ਪ੍ਰਬੰਧ ਕਰਕੇ ਜਿਹੜਾ ਆ ਲੋਕਾਂ ਨੂੰ ਸਹੂਲਤਾਂ ਪ੍ਰਦਾਨ ਕਰਨੀਆਂ ਹੁੰਦੀਆਂ ਤੇ ਉਹ ਕਿਸ ਆਧਾਰ ਤੇ ਕਰਦੀ ਆ ਉਹ ਜੋ ਸਾਡਾ ਸੰਵਿਧਾਨ ਆ ਉਹਦੇ ਮੁਤਾਬਕ ਆ ਸਾਰੀਆਂ ਚੀਜ਼ਾਂ ਆ ਸਹੂਲਤਾਂ ਸਾਰੀਆਂ ਦੇਸ਼ ਦੇ ਲੋਕਾਂ ਨੂੰ ਦੇਣ ਦੀ ਹੈ ਸੁਰੱਖਿਆ ਵੀ ਦੇਣੀ ਆ ਪ੍ਰਬੰਧ ਆਪਣਾ ਉਹਨਾਂ ਵਾਸਤੇ ਕਰਨਾ ਆ ਵੀ ਤਾਂ ਕਿ ਉਹਨਾਂ ਨੂੰ ਸਹੂਲਤ ਮਿਲੇ ਪੜ੍ਹਾਈ ਵੀ ਬੱਚਿਆਂ ਨੂੰ ਮਿਲਣੀ ਚਾਹੀਦੀ ਖਾਣਾ ਵੀ ਮਿਲਣਾ ਚਾਹੀਦਾ ਰਹਿਣ ਨੂੰ ਘਰ ਵੀ ਮਿਲਣਾ ਚਾਹੀਦਾ ਆ ਇਸਾਰੇ ਕੁਛ ਪਰੰਦ ਜਿਹੜਾ ਸਰਕਾਰ ਨੇ ਲੋਕਾਂ ਦੇ ਕਰਨਾ ਹੁੰਦਾ ਆ ਉਹਦੇ ਲਈ ਲੋਕਾਂ ਨੂੰ ਛਵਦਾਵਾਂ ਪ੍ਰਦਾਨ ਕਰਨੀਆਂ ਹੁੰਦੀਆਂ ਇੱਕ ਚੀਜ਼ ਇਹ ਹੋ ਗਈ ਆ ਹੁਣ ਦੂਸਰੀ ਚੀਜ਼ ਇੱਕ ਹੋਰ ਪਿਕਚਰ ਹੈਗੀ ਸਾਡੇ ਕੋਲ ਉਹ ਬੱਚਿਓ ਕੀ ਆ ਉਹਦੇ ਵਿੱਚ ਅਸੀਂ ਦੇਖਦੇ ਆ ਕੁਝ ਲੋਕ ਆ ਅਸੀਂ ਲੋਕ ਅਸੀਂ ਲੋਕ ਜਿਹੜੇ ਆ ਇਸ ਬੰਦੇ ਨੂੰ ਆਪਣਾ ਰਿਪ੍ਰੈਜ਼ੈਂਟੇਟਿਵ ਹੁੰਦੇ ਆ ਆਪਣਾ ਪ੍ਰਤੀਨਿਧੀ ਚੁਣਦੇ ਆ ਆਪਣਾ ਨੇਤਾ ਚੁਣਦੇ ਆ ਇਦਾਂ ਕਰਕੇ ਬਹੁਤ ਸਾਰੇ ਨੇਤਾ ਚੁਣੇ ਜਾਂਦੇ ਆ ਜੋ ਸਰਕਾਰ ਦਾ ਰੂਪ ਧਾਰਨ ਕਰਦੇ ਆ ਤੇ ਸਾਡੇ ਲਈ ਦੇਸ਼ ਤੇ ਲਈ ਕੰਮ ਕਰਦੇ ਆ ਸੋਚਦੇ ਆ ਵੀ ਕਿਵੇਂ ਕਿਹੜੀ ਨੀਤੀ ਅਪਣਾਈ ਜਾਵੇ ਤਾਂ ਕਿ ਦੇਸ਼ ਦਾ ਤੇ ਦੇਸ਼ ਦੇ ਲੋਕਾਂ ਦਾ ਭਲਾ ਹੋ ਸਕੇ ਉਹਨਾਂ ਨੂੰ ਸਾਰੀਆਂ ਸਹੂਲਤਾਂ ਮਿਲ ਸਕੇ ਤਾਂ ਇਹ ਲੋਕ ਵੋਟਾਂ ਪਾਉਂਦੇ ਆ ਆ ਜਿਹੜੇ ਲੋਕ ਆ ਵੋਟਾਂ ਪਾ ਕੇ ਨੇਤਾ ਨੂੰ ਚੁਣਦੇ ਇਦਾਂ ਦੇ ਨੇਤਾ ਕਈ ਹੋਰ ਚੁਣੇ ਜਾਂਦੇ ਆ ਉਹ ਸਾਰੇ ਮਿਲ ਕੇ ਸਰਕਾਰ ਬਣਾਉਂਦੇ ਆ ਤੇ ਸਰਕਾਰ ਦੇਸ਼ ਨੂੰ ਚਲਾਉਂਦੀ ਆ ਔਰ ਇਹ ਸਾਰਾ ਸਿਸਟਮ ਕਿਹਦੇ ਦੇ ਬੇਸ ਤੇ ਹੁੰਦਾ ਆ ਸੰਵਿਧਾਨ ਦੇ ਆਧਾਰ ਤੇ ਹੁਣ ਫਿਰ ਅੱਗੇ ਕੁਝ ਪਿਕਚਰਸ ਹੈਗੀਆਂ ਆ ਦੇਖੋ ਸੰਸਾਰ ਆ ਧਰਤੀ ਠੀਕ ਹੈ ਜੀ ਹੁਣ ਇਹਦੇ ਥੱਲੇ ਆ ਕੁਝ ਫੋਟੋਜ਼ ਹੈਗੀਆਂ ਇਹਨਾਂ ਦੇ ਬਾਰੇ ਆਪਾਂ ਜਾਣਕਾਰੀ ਅਗਲੇ 슬ਾਈਡ 'ਚ ਦੇਖਾਂਗੇ ਕਿਉਂਕਿ ਇੱਥੇ ਬਰੀਕ ਹੈ ਤੁਹਾਨੂੰ ਨਹੀਂ ਪਤਾ ਲੱਗਦਾ ਆ ਲਾ ਆ ਲਾ ਦਾ ਮਤਲਬ ਹੁੰਦਾ ਕਾਨੂੰਨ ਕਾਨੂੰਨ ਸਾਨੂੰ ਪਤਾ ਹੈ ਜੇ ਅਸੀਂ ਕਾਨੂੰਨ ਨੂੰ ਤੋੜਦੇ ਹਾਂ ਤੇ ਸਾਨੂੰ ਸਜ਼ਾ ਮਿਲਦੀ ਹੈ ਠੀਕ ਹੈ ਜੀ ਇਹ ਸਾਰੇ ਕਾਨੂੰਨ ਜਿਹੜੇ ਆ ਇਹ ਸਾਡੇ ਸੰਵਿਧਾਨ ਨੇ ਹੀ ਬਣਾਏ ਆ ਸੰਵਿਧਾਨ ਦੇ ਆਧਾਰ ਤੇ ਹੀ ਬਣਾਏ ਗਏ ਆ ਸੰਵਿਧਾਨ ਦੇ ਵਿੱਚ ਜੋ ਲਿਖਿਆ ਗਿਆ ਆ ਉਹਦੇ ਆਧਾਰ ਤੇ ਹੀ ਹਰੇਕ ਕਾਨੂੰਨ ਨੂੰ ਜਿਹੜਾ ਬਣਾਇਆ ਜਾਂਦਾ ਆ ਲਾਗੂ ਕੀਤਾ ਜਾਂਦਾ ਆ ਤੇ ਉਹਦੀ ਰੱਖਿਆ ਕੀਤੀ ਜਾਂਦੀ ਹੈ ਠੀਕ ਹੈ ਜੀ ਹੁਣ ਆ ਦੇਖੋ ਕੁਝ ਲੋਕ ਆ ਇਹਨਾਂ ਲੋਕਾਂ ਨੇ ਜਿਹੜੇ ਨੋਕ ਚੁਣੇ ਸੀ ਉਹ ਇੱਥੇ ਬੈ ਕੇ ਸਰਕਾਰ ਬਣਾਉਂਦੇ ਆ ਤੇ ਆਹ ਮਸ਼ੀਨਰੀ ਆ ਦੇਸ਼ ਦੀ ਇਹਨੂੰ ਚਲਾਉਂਦੇ ਆ ਠੀਕ ਹੈ ਪਰ ਇਹਨੂੰ ਚਲਾਉਣ ਲੱਗੇ ਉਹ ਸੰਵਿਧਾਨ ਦੇ ਹਿਸਾਬ ਨਾਲ ਚੱਲਦੇ ਆ ਤੇ ਸੰਵਿਧਾਨ ਦੇ ਹਿਸਾਬ ਨਾਲ ਚੱਲਦੇ ਹੋਏ ਆ ਕੀ ਆ ਟੱਕੜੀ ਦੇਖੋ ਬਣੀ ਯਾਨੀ ਦੋਵੇਂ ਟੱਕੜੀ ਦੇ ਦੋਵੇਂ ਪਾਸੇ ਜਿਹੜੇ ਬਰਾਬਰ ਹੋਣੇ ਚਾਹੀਦੇ ਯਾਨੀ ਨਿਆਂ ਮਿਲਣਾ ਚਾਹੀਦਾ ਹਰੇਕ ਬੰਦੇ ਨੂੰ ਇਹ ਪਿਕਚਰ ਇਹ ਸ਼ੋਕ ਕਰਦੀ ਪਈ ਆ ਔਰ ਇਹ ਸਾਰੀ ਚੀਜ਼ ਦਾ ਆਧਾਰ ਸਾਡਾ ਕਨਸਟੀਟਿਊਸ਼ਨ ਆ ਸਾਡਾ ਸੰਵਿਧਾਨ ਆ ਠੀਕ ਹੈ ਬੱਚਿਓ ਹੁਣ ਉਹ ਅੱਗੇ ਜੋ ਤਿੰਨ ਪਿਕਚਰ ਸਿਗੀਆਂ ਲੈਜਿਸਲੇਚਰ ਜੁਡੀਸ਼ੀਅਲ ਤੇ ਐਗਜ਼ੀਕਿਊਟਿਵ ਇਹ ਤਿੰਨ ਪਿਕਚਰਾਂ ਦੀ ਗੱਲ ਆਪਾਂ ਉਹਦੇ ਚ ਜ ਕਰਨੀ ਸੀ ਨਹੀਂ ਕੀਤੀ ਤਾਂ ਇਹਦੇ ਵਿੱਚ ਕੀ ਹੁੰਦਾ ਆਹ ਲੈਜਿਸਲੇਚਰ ਆ ਇਹ ਸਾਡੇ ਵੱਲੋਂ ਚੁਣੇ ਹੋਏ ਪ੍ਰਤੀਨਿਧੀ ਆ ਸਾਡੇ ਦੀ ਕਾਨੂੰਨ ਬਣਾਉਂਦੇ ਆ ਦੇਸ਼ ਨੂੰ ਚਲਾਉਣ ਲਈ ਕਾਨੂੰਨ ਬਣਾਉਂਦੇ ਆ ਆ ਐਗਜ਼ੀਕਿਊਟਿਵ ਐ ਇਹਨੂੰ ਕਾਰਜਪਾਲਿਕਾ ਕਹਿੰਦੇ ਆ ਡੈਜਿਸਲੇਟਰ ਨੂੰ ਵਿਧਾਨਪਾਲਿਕਾ ਕਹਿੰਦੇ ਆ ਐਗਜ਼ੀਕਿਊਟਿਵ ਨੂੰ ਕਾਰਜਪਾਲਿਕਾ ਕਹਿੰਦੇ ਤੇ ਕਾਰਜਪਾਲਿਕਾ ਜਿਹੜੀ ਆ ਇੰਨਾ ਕਾਨੂੰਨਾਂ ਨੂੰ ਲਾਗੂ ਕਰਦੀ ਆ ਇੱਥੇ ਕਾਨੂੰਨ ਬਣੇ ਆ ਇੱਥੋਂ ਕਾਨੂੰਨ ਲਾਗੂ ਹੋਏ ਆ ਆ ਨਿਆਂਪਾਲਿਕਾ ਸਾਡੀ ਸੁਪਰੀਮ ਕੋਰਟ ਹਾਈ ਕੋਰਟ ਤੇ ਲੋਕਲ ਕੋਰਟ ਇਹ ਜਿਹੜੇ ਆਹ ਵਾਲੇ ਕਾਨੂੰਨ ਬਣੇ ਆ ਲਾ ਬਣਿਆ ਉਹਨਾਂ ਦੀ ਰੱਖਿਆ ਕਰਦੀ ਆ ਰੱਖਿਆ ਕਿਵੇਂ ਕਰਦੀ ਆ ਜਿਹੜਾ ਬੰਦਾ ਕਾਨੂੰਨ ਤੋੜਦਾ ਆ ਉਹਨੂੰ ਸੰਵਿਧਾਨ ਦੇ ਮੁਤਾਬਕ ਸਜ਼ਾ ਦਿੱਤੀ ਜਾਂਦੀ ਬੱਚੇ ਤੁਸੀਂ ਸੁਣਦੇ ਹੋਵੋਗੇ ਵੀ 302 ਲੱਗ ਗਈ ਆ 326 ਲੱਗ ਗਈ ਆ 420 ਲੱਗ ਗਈ ਧਾਰਾ ਨਾ ਆਮ ਆਪਸ ਹੁੰਦੇ ਆ ਕੋਈ ਲੜਾਈ ਝਗੜਾ ਹੁੰਦਾ ਉਹਦੇ ਚ ਕੋਈ ਧਾਰਾ ਲੱਗਦੀ ਕਹਿੰਦੇ ਆ ਧਾਰਾ ਲਾਤੀ ਪੁਲਿਸ ਵਾਲਿਆਂ ਨੇ ਨਾ ਉਹ ਧਾਰਾ ਕਿਹੜੀ ਆ ਉਹ ਸਾਡੇ ਸੰਵਿਧਾਨ ਦੇ ਵਿੱਚ ਲਿਖੀ ਗਈ ਆ ਉਹਦੇ ਚ ਇਹ ਲਿਖਿਆ ਗਿਆ ਆ ਵੀ ਇਸ ਧਾਰਾ ਦੇ ਅਧੀਨ ਘੱਟ ਤੋਂ ਘੱਟ ਇੰਨੀ ਸਜ਼ਾ ਤੇ ਵੱਧ ਤੋਂ ਵੱਧ ਇੰਨੀ ਸਜ਼ਾ ਤੇ ਇੰਨਾ ਜੁਰਮਾਨਾ ਉਹ ਸਾਰਾ ਵਿੱਚ ਲਿਖਿਆ ਉਹਦੇ ਮੁਤਾਬਕ ਹੀ ਜਿਹੜਾ ਜੱਜ ਆ ਉਹ ਕਿਸੇ ਬੰਦੇ ਨੂੰ ਸਜ਼ਾ ਦਿੰਦਾ ਆ ਤੇ ਉਹ ਸਾਰਾ ਸਿਸਟਮ ਜਿਹੜਾ ਆ ਕਾਨੂੰਨ ਆ ਇਹ ਸਾਰੇ ਜਿਹੜੇ ਆ ਸਾਡੇ ਸੰਵਿਧਾਨ ਦੇ ਮੁਤਾਬਕ ਚੱਲਦੇ ਆ ਤੇ ਸਾਡੇ ਤੇ ਲਾਗੂ ਹੁੰਦੇ ਆ ਹੁਣ ਅਗਲੀ ਗੱਲ ਕਰਦੇ ਆ ਇੱਕ ਹੋਰ ਥੋੜੀ ਜੀ ਜਿਹੜੀ ਛੋਟੀ ਜੀ ਗੱਲ ਹੈਗੀ ਆ ਰਾਜਤੰਤਰ ਤੇ ਗਨਤੰਤਰ ਦੀ ਹੁਣ ਰਾਜਤੰਤਰ ਦੇ ਵਿੱਚ ਕੀ ਹੁੰਦਾ ਆ ਦੇਖੋ ਇਹ ਰਾਜਾ ਆ ਫਿਰ ਆ ਜਿਹਦਾ ਪੁੱਤਰ ਆ ਉਹ ਫਿਰ ਗਾਂ ਤੋਂ ਗਾਂ ਫਿਰ ਉਹਦੇ ਇੱਕ ਪਰਿਵਾਰ ਦਾ ਮੈਂਬਰ ਆ ਉਹ ਆ ਦੇਖੋ ਆ ਲੋਕ ਆ ਅਸੀਂ ਲੋਕ ਆ ਸਾਡੇ ਤੇ ਸ਼ਾਸਨ ਕਰਦੇ ਆ ਇਹ ਰਾਜਤੰਤਰ ਆ ਕੋਈ ਵੋਟਾਂ ਨਹੀਂ ਪੈਂਦੀਆਂ ਕੁਝ ਨਹੀਂ ਹੁੰਦਾ ਹੁਣ ਗਨਤੰਤਰ ਦੇ ਵਿੱਚ ਕੀ ਆ ਆ ਲੋਕ ਆ ਇਹ ਲੋਕ ਇਦਾਂ ਵੋਟਾਂ ਪਾ ਕੇ ਇਦਾਂ ਦੇ ਲੋਕ ਚੁੰਨਦੇ ਆ ਇਹ ਲੋਕ ਸਰਕਾਰ ਬਣਾਉਂਦੇ ਆ ਇਹ ਗਨਤੰਤਰ ਆ ਲੋਕਾਂ ਵੱਲੋਂ ਚੁਣੀ ਗਈ ਸਰਕਾਰ ਆ ਠੀਕ ਹੈ ਜੀ ਰਿਪਬਲਿਕ ਸਿਸਟਮ ਇਹਨੂੰ ਕਹਿੰਦੇ ਆ ਅੱਗੇ ਡੈਮੋਕ੍ਰੈਟਿਕ ਜਾਂ ਲੋਕਤੰਤਰੀ ਹਾਂ ਲੋਕਤੰਤਰੀ ਚ ਵੀ ਉਹੀ ਚੱਕਰ ਆ ਠੀਕ ਹੈ ਲੋਕਤੰਤਰ ਦੇ ਵਿੱਚ ਅਸੀਂ ਇਹਨਾਂ ਨੂੰ ਚੁੰਨਦੇ ਆ ਇਹ ਅੱਗੇ ਹੋਰ ਇਕੱਠੇ ਹੋ ਕੇ ਸਰਕਾਰ ਬਣਾਉਂਦੇ ਗਨਤੰਤਰ ਤੇ ਲੋਕਤੰਤਰ ਚ ਥੋੜਾ ਜਿਹਾ ਫਰਕ ਆ ਉਹ ਤੁਹਾਨੂੰ ਮੈਂ ਦੱਸ ਦਿੰਨਾ ਠੀਕ ਹੈ ਲੋਕਤੰਤਰ ਦੇ ਵਿੱਚ ਲੋਕਾਂ ਵੱਲੋਂ ਵੋਟ ਪਾ ਕੇ ਜਿਹੜਾ ਆ ਨੇਤਾ ਚੁਣਿਆ ਜਾਂਦਾ ਹੈ ਠੀਕ ਹੈ ਇਦਾਂ ਕਰਕੇ ਬਹੁਤ ਸਾਰੇ ਨੇਤਾ ਜਿਹੜੇ ਚੁਣੇ ਜਾਂਦੇ ਆ ਉਹ ਲੋਕਾਂ ਵੱਲੋਂ ਚੁਣੇ ਜਾਂਦੇ ਆ ਲੋਕਾਂ ਦੇ ਲਈ ਕੰਮ ਕਰਦੇ ਆ ਠੀਕ ਹੈ ਗਨਤੰਤਾ ਸ਼ਬਦ ਵੀ ਉਹਦੇ ਨਾਲ ਰਲਦਾ ਮਿਲਦਾ ਹੈ ਗਨਤੰਤਾ ਦਾ ਮਤਲਬ ਇਹ ਆ ਵੀ ਕੋਈ ਚੀਜ਼ ਹੈਗੀ ਜਿਹਦੇ ਆਧਾਰ ਦੇ ਉੱਤੇ ਸਾਰਾ ਜਿਹੜਾ ਸ਼ਾਸਨ ਪ੍ਰਬੰਧ ਕੀਤਾ ਜਾਂਦਾ ਆ ਜਿਵੇਂ ਸੰਵਿਧਾਨ ਆ ਠੀਕ ਹੈ ਜੀ ਹੁਣ ਅੱਗੇ ਹੈ ਗੈਰ ਲੋਕਤੰਤਰੀ ਉਹਦੇ ਵਿੱਚ ਕੀ ਆ ਆ ਦੇਖੋ ਆ ਵੋਟ ਆ ਇਹਦੇ ਵਿੱਚ ਵੋਟ ਪਾਉਣ ਦਾ ਅਧਿਕਾਰ ਕਿਸੇ ਨੂੰ ਨਹੀਂਗਾ ਕੁਝ ਲੋਕ ਜਾਂ ਇੱਕ ਵਿਅਕਤੀ ਸ਼ਾਸਨ ਕਰਦਾ ਆ ਧੱਕੇ ਦੇ ਨਾਲ ਜਿਹੜਾ ਸਰਕਾਰੀ ਤੰਤਰ ਦੇ ਉੱਤੇ ਸਰਕਾਰ ਦੇ ਉੱਤੇ ਕਬਜ਼ਾ ਕਰ ਲਿਆ ਜਾਂਦਾ ਆ ਉਹ ਫਿਰ ਆਪਣੀ ਮਰਜ਼ੀ ਕਰਦਾ ਕੋਈ ਵੋਟਾਂ ਨਹੀਂ ਪੈਂਦੀਆਂ ਇਹਨੂੰ ਅਸੀਂ ਕਹਿੰਦੇ ਆ ਗੈਰ ਲੋਕਤੰਤਰੀ ਸਰਕਾਰ ਠੀਕ ਹੈ ਜੀ ਹੁਣ ਅੱਗੇ ਅਗਲੀ ਗੱਲ ਜਿਹੜੀ ਆ ਲਿਖਤ ਸੰਵਿਧਾਨ ਤੇ ਆਹ ਲਿਖਤ ਸੰਵਿਧਾਨ ਲਿਖਤ ਸੰਵਿਧਾਨ ਦੇ ਵਿੱਚ ਕੀ ਆ ਆ ਦੇਖੋ ਜਿਵੇਂ ਉਹ ਕਿਤਾਬ ਤੁਹਾਨੂੰ ਦੱਸੀ ਸਾਡੀ ਕਿਤਾਬ ਦੇ ਵਿੱਚ ਇਦਾਂ ਸੰਵਿਧਾਨ ਦੇ ਸਾਰੀਆਂ ਧਾਰਾਵਾਂ ਲਿਖੀਆਂ ਐਡੀ ਮੋਟੀ ਕਿਤਾਬ ਹੈਗੀ ਆ ਤੁਹਾਡੀ ਲਾਇਬ੍ਰੇਰੀ ਦੇ ਵਿੱਚ ਸਕੂਲ ਦੇ ਵਿੱਚ ਬੱਚਿਓ ਪਈ ਹੋਊਗੀ ਤੁਸੀਂ ਆਪਣੇ ਅਧਿਆਪਕ ਨੂੰ ਸਮਾਜਿਕ ਸਿੱਖਿਆ ਦੇ ਅਧਿਆਪਕ ਨੂੰ ਕਹੋ ਵੀ ਸਾਨੂੰ ਸੰਵਿਧਾਨ ਦਿਖਾਓ ਜੇ ਨਹੀਂ ਵੀ ਹੋਊਗੀ ਤੇ ਬੱਚਿਓ ਤੁਸੀਂ YouTube ਦੇ ਉੱਤੇ ਜਾਂ Google ਦੇ ਉੱਤੇ ਸਰਚ ਕਰਕੇ ਸੰਵਿਧਾਨ ਦੀ ਕਿਤਾਬ ਦੇ ਬਾਰੇ ਦੇਖ ਸਕਦੇ ਹੋ ਜੋ ਸਾਡੇ ਦੇਸ਼ ਦੀ ਹੈਗੀ ਆ ਤੋ ਸਾਡੇ ਦੇਸ਼ ਦਾ ਸੰਵਿਧਾਨ ਜਿਹੜਾ ਲਿਖਤ ਸੰਵਿਧਾਨ ਹੈ ਸਾਰਾ ਕੁਝ ਲਿਖਿਆ ਹੋਇਆ ਹੁਣ ਕੁਝ ਜਗ੍ਹਾ ਦੇ ਉੱਤੇ ਅਲਿਖਤ ਸੰਵਿਧਾਨ ਹੁੰਦਾ ਤੁਸੀਂ ਕਹੋਗੇ ਅਲਿਖਤ ਸੰਵਿਧਾਨ ਹੈ ਪਰ ਫੋਟੋ ਫਿਰ ਕਿਤਾਬ ਦੀ ਬਣੀ ਆ ਬੱਚਿਓ ਸਾਰਾ ਦਾ ਸਾਰਾ ਸੰਵਿਧਾਨ ਅਲਿਖਤ ਨਹੀਂ ਹੁੰਦਾ ਉਹਦੇ ਵਿੱਚ ਕੁਝ ਚੀਜ਼ਾਂ ਲਿਖੀਆਂ ਵੀ ਹੁੰਦੀਆਂ ਪਰ ਉਹਦਾ ਕੋਈ ਸਿਸਟਮ ਨਹੀਂ ਹੁੰਦਾ ਕੋਈ ਚੀਜ਼ ਕਿਤੇ ਲਿਖੀ ਕੁਝ ਕੁਝ ਲਿਖੀ ਕੁਝ ਲਿਖਿਆ ਕੁਝ ਨਹੀਂ ਲਿਖਿਆ ਠੀਕ ਹੈ ਉਹਨੂੰ ਅਸੀਂ ਅਲਿਖਤ ਸੰਵਿਧਾਨ ਕਹਿੰਦੇ ਆ ਉਹਦੇ ਵਿੱਚ ਸਾਰੀ ਚੀਜ਼ ਪ੍ਰੋਪਰਲੀ ਪਲਾਨ ਨਹੀਂ ਹੁੰਦੀ ਬਿਲਕੁਲ ਇਹ ਨਹੀਂ ਹੈਗਾ ਵੀ ਬਿਲਕੁਲ ਕੁਝ ਨਹੀਂ ਲਿਖਿਆ ਹੁੰਦਾ ਕੁਝ ਇੰਪੋਰਟੈਂਟ ਗੱਲਾਂ ਲਿਖਿਆ ਹੁੰਦੀਆਂ ਉਹਨੂੰ ਡਿਟੇਲ ਚ ਨਹੀਂ ਲਿਖਿਆ ਹੁੰਦਾ ਠੀਕ ਹੈ ਉਹਨੂੰ ਅਲਿਖਤ ਸੰਵਿਧਾਨ ਆਪਾਂ ਕਹਿ ਦਿੰਦੇ ਆ ਅੱਗੇ ਬੱਚੋ ਲਚਕੀਲਾ ਸੰਵਿਧਾਨ ਆ ਤੇ ਕਠੋਰ ਸੰਵਿਧਾਨ ਆ ਇਹਦੇ ਵਿੱਚ ਕੀ ਹੁੰਦਾ ਲਚਕੀਲੇ ਸੰਵਿਧਾਨ ਦੇ ਵਿੱਚ ਹੁਣ ਦੇਖੋ ਸੰਵਿਧਾਨ ਸਾਡਾ 1950 ਚ ਬਣਿਆ ਹੁਣ 2021 ਚੱਲਦਾ ਪਿਆ ਸਮੇਂ ਦੇ ਨਾਲ-ਨਾਲ ਸੰਵਿਧਾਨ ਦੇ ਵਿੱਚ ਸੋਧ ਕਰਨ ਦੀ ਲੋੜ ਹੁੰਦੀ ਆ ਯਾਨੀ ਜਿਹੜੀਆਂ ਚੀਜ਼ਾਂ ਅੱਜ ਕੱਲ ਨਈ ਲੋੜਵੰਦ ਉਹਨਾਂ ਨੂੰ ਵਿੱਚੋਂ ਕੱਢ ਦਿੱਤਾ ਜਾਂਦਾ ਆ ਨਵੀਆਂ ਚੀਜ਼ਾਂ ਸ਼ਾਮਲ ਕੀਤੀਆਂ ਜਾਂਦੀਆਂ ਪੁਰਾਣੀਆਂ ਚੀਜ਼ਾਂ 'ਚ ਸੁਧਾਰ ਕੀਤਾ ਜਾਂਦਾ ਉਹਨੂੰ ਆਪਾਂ ਕਹਿੰਦੇ ਸੋਧ ਠੀਕ ਹੈ ਹੁਣ ਤੱਕ ਬੱਚਿਓ ਸਾਡੇ ਸੰਵਿਧਾਨ ਦੇ ਵਿੱਚ 100 ਤੋਂ ਵੱਧ ਸੋਧਾਂ ਹੋ ਚੁੱਕੀਆਂ ਯਾਨੀ ਅਸੀਂ ਪੁਰਾਣੇ ਜੋ ਲਿਖਿਆ ਸੀ ਉਹਨੂੰ ਸੋਧ ਕਰ ਚੁੱਕੇ ਹਾਂ ਉਹ 'ਚ ਨਵੀਆਂ ਚੀਜ਼ਾਂ ਸ਼ਾਮਲ ਕਰ ਚੁੱਕੇ ਹਾਂ ਠੀਕ ਹੈ ਜੀ ਹੁਣ ਇਹਦੇ ਵਾਸਤੇ ਦੋ ਢੰਗ ਹੈਗੇ ਇੱਕ ਤਾਂ ਲਚਕੀਲਾ ਜਿਹਨਾਂ ਜਿਹਦੇ ਵਿੱਚ ਆਰਾਮ ਨਾਲ ਆਪਾਂ ਸੋਧ ਕਰ ਲਈਏ ਇੱਕ ਹੈ ਕਠੋਰ ਜਿਹਦੇ ਵਿੱਚ ਸੋਧ ਕਰਨ ਦੇ ਲਈ ਸਾਨੂੰ ਬਹੁਤ ਵੱਡੇ ਪੱਧਰ ਦੇ ਉੱਤੇ ਕਾਰਵਾਈ ਕਰਨੀ ਪੈਂਦੀ ਹੈ ਠੀਕ ਹੈ ਸਾਡਾ ਸੰਵਿਧਾਨ ਲਚਕੀਲਾ ਵੀ ਹੈ ਜਿੱਥੇ ਸੋਧ ਕਰਨ ਦੀ ਲੋੜ ਹੈਗੀ ਆ ਉੱਥੇ ਆਪਾਂ ਆਰਾਮ ਨਾਲ ਕਰ ਸਕਦੇ ਹਾਂ ਕਠੋਰ ਵੀ ਆ ਜਿਹੜੇ ਕੁਝ ਸਰਕਾਰ ਵੱਲੋਂ ਜਾਂ ਦੇਸ਼ ਦੇ ਲਈ ਬਹੁਤ ਹੀ ਜ਼ਰੂਰੀ ਚੀਜ਼ਾਂ ਜਿਵੇਂ ਸੁਰੱਖਿਆ ਆ ਉਹਨਾਂ ਦੇ ਵਿੱਚ ਸੁਧਾਰ ਕਰਨਾ ਉੱਖਾ ਕੀਤਾ ਹੋਇਆ ਇਸ ਇਨੀਸ਼ੀਅਤੀ ਉੱਚ ਸੁਧਾਰ ਨਹੀਂ ਹੁੰਦਾ ਇਸ ਕਰਕੇ ਆਪਾਂ ਉਹਨੂੰ ਸੰਵਿਧਾਨ ਨੂੰ ਲਚਕੀਲਾ ਤੇ ਕਠੋਰ ਦੋਨੋਂ ਹੀ ਕਹਿ ਸਕਦੇ ਆ ਸਵਾਹ ਬੱਚੋ ਬੁੱਕ ਹੈਗਾ ਇਹਦਾ ਫਰੰਟ ਇਦਾਂ ਦਾ ਸਾਡੇ ਸੰਵਿਧਾਨ ਦਾ ਠੀਕ ਹੈ ਕਿਤੇ ਮੌਕਾ ਮਿਲੇ ਤੁਸੀਂ ਜ਼ਰੂਰ ਦੇਖਣ ਦੀ ਕੋਸ਼ਿਸ਼ ਕਰਿਓ ਕਨਸਟੀਟਿਊਸ਼ਨ ਆਫ ਇੰਡੀਆ ਇੰਗਲਿਸ਼ ਦੇ ਵਿੱਚ ਕਿੰਨੇ ਆਪਾਂ ਉਹਨਾਂ ਦੇਖੋ ਸਾਡਾ ਸੰਵਿਧਾਨ ਦੇਸ਼ ਦੇ ਵਿੱਚ ਏਕਾ ਪ੍ਰਦਾਨ ਕਰਦਾ ਆ ਕਿਉਂ ਕਿਉਂਕਿ ਸਾਡੇ ਦੇਸ਼ ਦੇ ਵਿੱਚ ਹਿੰਦੂ ਸਿੱਖ ਮੁਸਲਮਾਨ ਇਸਾਈ ਜੈਨੀ ਬੋਧੀ ਬਹੁਤ ਤਰ੍ਹਾਂ ਦੇ ਲੋਕ ਰਹਿੰਦੇ ਆ ਤੇ ਏਡੇ ਵੱਡੇ ਪੱਧਰ ਤੇ ਇਹਨੇ ਲੋਕਾਂ ਨੂੰ ਇਕੱਠੇ ਰੱਖਣਾ ਬਹੁਤ ਵੱਡੀ ਸਮੱਸਿਆ ਆ ਪਰ ਸਾਡੇ ਸੰਵਿਧਾਨ ਨੇ ਇੰਨਾ ਕੁ ਮਹੱਤਵਪੂਰਨ ਕੰਮ ਕੀਤਾ ਆ ਜਦੋਂ ਡਾਕਟਰ ਬੀ ਆਰ ਅੰਬੇਡਕਰ ਨੇ ਆਪਣੀ ਸੰਵਿਧਾਨ ਸਭਾ ਨੂੰ ਜਾਂ ਸੰਵਿਧਾਨ ਕਮੇਟੀ ਨੂੰ ਨਾਲ ਲੈ ਕੇ ਤਿੰਨ ਤਕਰੀਬਨ ਤਿੰਨ ਸਾਲ ਦਾ ਸਮਾਂ ਲੱਗਾ ਸੀ ਠੀਕ ਹੈ ਤਿੰਨ ਸਾਲ ਤੋਂ ਕੁਝ ਦਿਨ ਘੱਟ ਸੀਗੇ 22-23 ਦਿਨ ਘੱਟ ਸੀਗੇ ਪਰ ਫਿਰ ਵੀ ਜਿਹੜਾ ਇੰਨਾ ਉਹਨਾਂ ਨੇ ਸਮਾਂ ਲਾਇਆ ਇੰਨਾ ਸਮਾਂ ਲਾ ਕੇ ਸਾਰੇ ਦੇਸ਼ਾਂ ਦੇ ਸੰਵਿਧਾਨਾਂ ਦਾ ਅਧਿਐਨ ਕੀਤਾ ਚੰਗੀਆਂ ਗੱਲਾਂ ਵਿੱਚੋਂ ਚੱਕ ਕੇ ਉਹਦੇ ਵਿੱਚ ਲਿਖੀਆਂ ਤੇ ਇੱਕੋ ਗੱਲ ਤੇ ਜੋੜ ਦਿੱਤਾ ਵੀ ਸਾਡੇ ਦੇਸ਼ ਦੇ ਵਿੱਚ ਏਕਾ ਰਵੇ ਹੁਣ ਇਹ ਸਾਰੇ ਲੋਕ ਇਕੱਠੇ ਆ ਸਾਡਾ ਸੰਵਿਧਾਨ ਸਾਰਿਆਂ ਨੂੰ ਏਕਤਾ ਦੇ ਸੂਤਰ ਵਿੱਚ ਬੰਨਦਾ ਆ ਠੀਕ ਹੈ ਬੱਚਿਓ ਸੋ ਆਹ ਦੇਖੋ ਆਹ ਸੰਵਿਧਾਨ ਆ ਇਹ ਆਪਾਂ ਨੂੰ ਸਾਨੂੰ ਇਹਦੇ ਬਾਰੇ ਜਾਣਕਾਰੀ ਚਾਹੀਦੀ ਆ ਰਿਪਬਲਿਕ ਆ ਕਿਉਂਕਿ ਅਸੀਂ ਵੋਟ ਪਾਉਨੇ ਆ ਠੀਕ ਹੈ ਕਵਾਸੀ ਫੈਟਲਿਜ਼ਮ ਜਾਂ ਸੰਘਾਤਮਕ ਆ ਸੰਘਾਤਮਕ ਦੇ ਬਾਰੇ ਡਿਟੇਲ ਚ ਵੱਖਰਾ ਚੈਪਟਰ ਕਰਾਂਗੇ ਕਿਉਂਕਿ ਸੰਘਾਤਮਕ ਦਾ ਮਤਲਬ ਹੁੰਦਾ ਵੀ ਸੰਘ ਦਾ ਨਿਰਮਾਣ ਕਰਦਾ ਕਿਉਂਕਿ ਸਾਡੇ ਦੇਸ਼ ਦੇ ਵਿੱਚ ਬਹੁਤ ਸਾਰੇ ਰਾਜ ਆ ਜਿਨ੍ਹਾਂ ਦੇ ਉੱਤੇ ਕੇਂਦਰ ਸਰਕਾਰ ਕੰਟਰੋਲ ਕਰਦੀ ਆ ਠੀਕ ਹੈ ਜੀ ਇਹ ਅਲੱਗ ਟੌਪਿਕ ਹੈ ਉਹਦੇ ਬਾਰੇ ਆਪਾਂ ਵੱਖਰੇ ਤੌਰ ਤੇ ਗੱਲ ਕਰਾਂਗੇ ਹੁਣ ਅਗਲੀ ਗੱਲ ਹੈ ਰਾਈਟਸ ਅਧਿਕਾਰ ਸਾਨੂੰ ਪਹਿਲਾਂ ਪਤਾ ਹੋਣਾ ਚਾਹੀਦਾ ਅਧਿਕਾਰ ਕੀ ਹੁੰਦਾ ਹੈ ਅਧਿਕਾਰ ਵਿਅਕਤੀ ਜਾਂ ਵਿਅਕਤੀਆਂ ਦੇ ਸਮੂਹ ਵੱਲੋਂ ਕੀਤੀਆਂ ਗਈਆਂ ਉਹ ਉਚਿਤ ਮੰਗਾਂ ਹਨ ਜਿਨ੍ਹਾਂ ਨੂੰ ਸਮਾਜ ਅਤੇ ਰਾਜ ਮਾਨਤਾ ਦਿੰਦਾ ਹੈ ਦੋ ਚੀਜ਼ਾਂ ਯਾਦ ਰੱਖਣੀਆਂ ਸਮਾਜ ਸਮਾਜ ਦਾ ਮਤਲਬ ਜਿੱਥੇ ਅਸੀਂ ਰਹਿੰਦੇ ਹਾਂ ਸਾਡਾ ਆਲਾ ਦਵਾਲਾ ਸਾਡਾ ਪਿੰਡ ਸਾਡਾ ਕਸਬਾ ਸਾਡੇ ਰਿਸ਼ਤੇ ਸਾਡੇ ਭੈਣ ਭਰਾ ਸਾਡੇ ਯਾਰ ਦੋਸਤੋ ਸਮਾਜ ਆ ਜਿੰਨੇ ਵੀ ਲੋਕਾਂ ਨੂੰ ਤੁਸੀਂ ਮਿਲਦੇ ਹੋ ਉਹ ਸਮਾਜ ਦਾ ਹਿੱਸਾ ਆ ਠੀਕ ਹੈ ਰਾਜ ਮਤਲਬ ਪੂਰਾ ਇੱਕ ਲਾਕਾ ਜਿੱਥੇ ਇੱਕ ਸਰਕਾਰ ਕੰਮ ਕਰਦੀ ਆ ਦੋਹਾਂ ਚੀਜ਼ਾਂ ਵੱਲੋਂ ਜਿੰਨੂੰ ਮਾਨਤਾ ਮਿਲਦੀ ਆ ਸਾਡੀਆਂ ਲੋੜਾਂ ਆ ਸਾਡੀਆਂ ਮੰਗਾਂ ਆ ਪਰ ਉਹਨੂੰ ਮਾਨਤਾ ਸਮਾਜ ਵੱਲੋਂ ਵੀ ਮਿਲਣੀ ਚਾਹੀਦੀ ਐ ਤੇ ਰਾਜ ਵੱਲੋਂ ਹੁਣ ਸਾਡੀਆਂ ਲੋੜਾਂ ਬਹੁਤ ਤਰ੍ਹਾਂ ਦੀਆਂ ਅਲਗ-ਅਲਗ ਤਰ੍ਹਾਂ ਦੀਆਂ ਹੋ ਸਕਦੀਆਂ ਨਾ ਪਰ ਸਰਕਾਰ ਉਹਨਾਂ ਹੀ ਲੋੜਾਂ ਨੂੰ ਪੂਰੀਆਂ ਕਰ ਸਕਦੀ ਐ ਜੋ ਸਮਾਜ ਦੇ ਵਿੱਚ ਮੰਨੀਆਂ ਜਾ ਸਕਦੀਆਂ ਹੋਣ ਠੀਕ ਐ ਨਾ ਸਾਡੀਆਂ ਕੋਈ ਕਿਸੇ ਦੀ ਮੰਗ ਹੋ ਸਕਦੀ ਵੀ ਮੇਰੇ ਕੋ ਹਵਾਈ ਜਾਚ ਹੋਵੇ ਪਰ ਸਰਕਾਰ ਜਾਂ ਰਾਜ ਉਹਦਾ ਪ੍ਰਬੰਧ ਨਹੀਂ ਕਰਕੇ ਦੇ ਸਕਦਾ ਉਦਲੇ ਤੁਹਾਨੂੰ ਆਪ ਮਿਹਨਤ ਕਰਨੀ ਪੈਣੀ ਹੈ ਠੀਕ ਹੈ ਨਾ ਤੇ ਜਿਵੇਂ ਹੁਣ ਮੰਨ ਲਓ ਸਮਾਜ ਦੇ ਵਿੱਚ ਆਪਾਂ ਆਪਾਂ ਰਹਿੰਦੇ ਆ ਨਾ ਆਪਾਂ ਜਿੱਥੇ ਇਹ ਨਹੀਂ ਹੋਣਾ ਚਾਹੀਦਾ ਵੀ ਇਹ ਸਾਡੀ ਓਦਾਂ ਦੀ ਮੰਗ ਹੋਵੇ ਵੀ ਸਾਡੇ ਗਵਾਂਢੀ ਸਾਡੇ ਤੋਂ ਪਰੇਸ਼ਾਨ ਹੋਣ ਉਹਨਾਂ ਵੱਲੋਂ ਵੀ ਉਸ ਚੀਜ਼ ਨੂੰ ਮੰਨਤਾ ਹੋਣੀ ਚਾਹੀਦੀ ਆ ਤੁਸੀਂ ਉਹਨਾਂ ਦਾ ਖਿਆਲ ਰੱਖਣਾ ਅਸੀਂ ਤੇ ਉਹਨਾਂ ਨੇ ਤੁਹਾਡਾ ਖਿਆਲ ਰੱਖਣਾ ਇਦਾਂ ਕਰਕੇ ਜਿਹੜਾ ਸਮਾਜ ਜਿਹੜਾ ਉਹ ਬਣਦਾ ਹੈ ਤਾਂ ਕੀ ਆ ਅਧਿਕਾਰ ਕੀ ਆ ਵੀ ਸਾ ਤੁਹਾਡੀਆਂ ਉਹ ਮੰਗਾ ਜਿਹੜੀਆਂ ਤੁਹਾਡੇ ਗਵਾਂਢੀਆਂ ਨੂੰ ਤੁਹਾਡੇ ਯਾਰਾਂ ਦੋਸਤਾਂ ਨੂੰ ਤੁਹਾਡੇ ਸਾਰੇ ਇਲਾਕੇ ਨੂੰ ਵੀ ਮੰਨਣ ਯੋਗ ਹੋਣ ਤੇ ਸਰਕਾਰ ਨੂੰ ਵੀ ਮੰਨਣ ਯੋਗ ਹੋਵੇ ਉਹਨੂੰ ਅਸੀਂ ਅਧਿਕਾਰ ਕਹਿੰਦੇ ਆ ਠੀਕ ਹੈ ਜੀ ਹੁਣ ਇਹਦੇ ਚ ਤਿੰਨ ਚੀਜ਼ਾਂ ਸ਼ਾਮਿਲ ਆ ਦੇਖੋ ਵਿਅਕਤੀ ਵੱਲੋਂ ਕੀਤਾ ਗਿਆ ਉਚਿਤ ਦਾਵਾ ਉਚਿਤ ਦਾਵਾ ਮਤਲਬ ਉਚਿਤ ਮੰਗ ਜਿਹੜੀ ਵਾਕਈ ਲੋੜ ਹੈਗੀ ਆ ਦੂਜੀ ਆ ਸਮਾਜਿਕ ਮਾਨਤਾ ਸਮਾਜ ਵੱਲੋਂ ਮਾਨਤਾ ਤੀਜੀ ਆ ਰਾਜਨੀਤਿਕ ਮਾਨਤਾ ਰਾਜ ਵੱਲੋਂ ਮਾਨਤਾ ਮੰਗਾ ਉਹ ਜੋ ਤੁਹਾਡੀਆਂ ਉਚਿਤ ਹੋਣ ਸਹੀ ਹੋਣ ਸਮਾਜ ਨੇ ਵੀ ਮਾਨਤਾ ਦਿੱਤੀ ਹੋਵੇ ਤੇ ਰਾਜਨੀਤਿਕ ਮਾਨਤਾ ਵੀ ਪ੍ਰਾਪਤ ਹੋਵੇ ਉਹਨੂੰ ਅਸੀਂ ਅਧਿਕਾਰ ਕਹਿੰਦੇ ਆ ਵਾਇ ਰਾਈਟਸ ਆਰ ਫਾਰ ਹਿਊਮਨ ਬੀਇੰਗਸ ਅਧਿਕਾਰ ਮਨੁੱਖ ਲਈ ਕਿਉਂ ਜ਼ਰੂਰੀ ਆ ਕਿਉਂ ਜ਼ਰੂਰੀ ਆ ਸਾਡੇ ਲਈ ਠੀਕ ਹੈ ਸਾਡੇ ਕੋਲ ਅਧਿਕਾਰ ਨੇ ਬੀ ਯੂ ਹੈਵ ਰਾਈਟਸ ਐਵਰੀ ਹਿਊਮਨ ਹੈਜ਼ ਰਾਈਟਸ ਕਿਉਂ ਜ਼ਰੂਰੀ ਆ ਜਦੋਂ ਅੱਬਾ ਥੋੜਾ ਜਿਹਾ ਪਿੱਛੇ ਜਾਣੇ ਜਦੋਂ ਇਨਸਾਨ ਜੰਗਲਾਂ ਚ ਰਹਿੰਦਾ ਸੀਗਾ ਜਾਨਵਰਾਂ ਨੂੰ ਮਾਰ ਕੇ ਖਾਂਦਾ ਸੀ ਪੇੜ ਪੌਦੇ ਫਲ ਖਾਂਦਾ ਸੀ ਪੱਤੇ ਖਾਂਦਾ ਸੀਗਾ ਉਦੋਂ ਉਹਦੇ ਜੀਵਨ ਚ ਨਾ ਕੋਈ ਅਧਿਕਾਰ ਸੀਗਾ ਨਾ ਕੋਈ ਕਰਤੱਵ ਸੀਗਾ ਜੋ ਕੁਝ ਲੱਭ ਗਿਆ ਖਾ ਲਿਆ ਮਿਲ ਗਿਆ ਠੀਕ ਹੈ ਨਹੀਂ ਤਾਂ ਹੌਲੀ ਹੌਲੀ ਉਹ ਥੋੜਾ ਜਿਹਾ ਉਹਨੂੰ ਅਕਲ ਆਈ ਉਹ ਲੋਕਾਂ ਵਿੱਚ ਰਲ ਕੇ ਰਹਿਣ ਲੱਗ ਪਏ ਕਿਉਂਕਿ ਜਾਨਵਰਾਂ ਦਾ ਸ਼ਿਕਾਰ ਕਰਦੇ ਹੁੰਦੇ ਸੀ ਠੀਕ ਹੈ ਤੇ ਇਕੱਲੇ ਰਹਿਣਾ ਉਹਦੀ ਔਖਾ ਸੀ ਉਹਨੇ ਦੇਖਿਆ ਵੀ ਅਸੀਂ ਇਕੱਠੇ ਜੇ ਰਵਾਂਗੇ ਤੇ ਸਾਡਾ ਬਚਾਅ ਹੋਊਗਾ ਫਿਰ ਖੇਤੀ ਕਰਨਾ ਪਿਆ ਫਿਰ ਇਦਾਂ ਇਦਾਂ ਕਰਕੇ ਉਹਦਾ ਦਿਮਾਗ ਵਿਕਸਿਤ ਹੋਇਆ ਇਦਾਂ ਫਿਰ ਉਹ ਜਾ ਕੇ ਉਹਨੂੰ ਇਹ ਪਤਾ ਲੱਗਾ ਵੀ ਜੇ ਮੈਂ ਕੁਝ ਕਰਦਾ ਪਿਆ ਤੇ ਦੂਜਾ ਬੰਦਾ ਮੈਨੂੰ ਪਰੇਸ਼ਾਨ ਨਾ ਕਰੇ ਤੇ ਜੇ ਦੂਜੇ ਬੰਦੇ ਨੂੰ ਮੈਂ ਪਰੇਸ਼ਾਨ ਨਹੀਂ ਕਰੂੰਗਾ ਤੇ ਉਹ ਮੈਨੂੰ ਨਹੀਂ ਕਰੂਗਾ ਇਦਾਂ ਕਰਕੇ ਜਿਹੜਾ ਸਾਰਾ ਸਿਸਟਮ ਬਣ ਗਿਆ ਅਧਿਕਾਰ ਜਿਹੜੇ ਉਹ ਬੰਦੇ ਕੇ ਉਹਨਾਂ ਅਧਿਕਾਰ ਕਿਉਂ ਜ਼ਰੂਰੀ ਦੇਖੋ ਇੰਨੇ ਬੰਦੇ ਬੈਠੇ ਆ ਇਨਾਂ ਦੇ ਉੱਤੇ ਆ ਬੱਬਲ ਜੇ ਬਣੇ ਆ ਇਹਦਾ ਮਤਲਬ ਇਹ ਹਰੇਕ ਬੰਦਾ ਕੁਛ ਨਾ ਕੁਛ ਸੋਚ ਰਿਹਾ ਹੈ ਆਪਣੇ ਵਿਚਾਰ ਵਿਅਕਤ ਕਰਦਾ ਪਿਆ ਹੈ ਠੀਕ ਹੈ ਨਾ ਜੇਕਰ ਸਾਨੂੰ ਅਧਿਕਾਰ ਨਹੀਂ ਹੋਊਗਾ ਤੇ ਆਪਾਂ ਆਪਣੇ ਵਿਚਾਰ ਨਹੀਂ ਵਿਅਕਤ ਕਰ ਸਕੇ ਸਾਨੂੰ ਅਧਿਕਾਰ ਹੈ ਵੀ ਅਸੀਂ ਪੈਸੇ ਕਮਾ ਸਕਦੇ ਕਮਾਉਣ ਦਾ ਅਧਿਕਾਰ ਹੈ ਖੋਣ ਦਾ ਅਧਿਕਾਰ ਨਹੀਂ ਹੈਗਾ ਠੀਕ ਹੈ ਸਰਕਾਰ ਦਾ ਕੰਮ ਹੈ ਪ੍ਰਬੰਧ ਕਰਨਾ ਨੌਕਰੀ ਦੀ ਜੋ ਤੁਹਾਡੇ ਚ ਯੋਗਤਾ ਆ ਉਹਦੇ ਮੁਤਾਬਕ ਕੰਮ ਸਰਕਾਰ ਪ੍ਰਬੰਧ ਕਿਸੇ ਵੀ ਧਰਮ ਨੂੰ ਠੀਕ ਹੈ ਸਿੱਖਿਆ ਤਾਂ ਗੁਰਦੁਆਰੇ ਦੂਤਾ ਮੰਦਰ ਠੀਕ ਹੈ ਮੁਸਲਮਾਨ ਆਸ ਤਾਂ ਮਸਜਿਦ ਹਰੇਕ ਬੰਦਾ ਆਪਣੇ ਧਰਮ ਨੂੰ ਮੰਨ ਸਕਦਾ ਆ ਇਹ ਅਧਿਕਾਰ ਆ ਠੀਕ ਹੈ ਜੀ ਆ ਦੇਖੋ ਮੰਦਰ ਵੀ ਬਣ ਗਿਆ ਆ ਆ ਹੈਗੀ ਮਸਜਿਦ ਆ ਠੀਕ ਹੈ ਇਹ ਸਾਡੇ ਅਧਿਕਾਰ ਆ ਵੀ ਅਸੀਂ ਆ ਚਰਚ ਆ ਅਸੀਂ ਜਿੱਥੇ ਮਰਜੀ ਜਾਈਏ ਸੋ ਅਧਿਕਾਰ ਕੀ ਆ ਸਾਡੀਆਂ ਉਹ ਮੰਗਾ ਜੋ ਸਮਾਜ ਵੱਲੋਂ ਤੇ ਰਾਜ ਵੱਲੋਂ ਮਾਨਤਾ ਪ੍ਰਾਪਤ ਕਰਦੀ ਹੁਣ ਅਗਲਾ ਮੇਨ ਟਾਪਿਕ ਸ਼ੁਰੂ ਹੁੰਦਾ ਸਾਡਾ ਫੰਡਾਮੈਂਟਲ ਰਾਈਟਸ ਮੌਲਿਕ ਅਧਿਕਾਰ ਮੌਲਿਕ ਅਧਿਕਾਰ ਕੀ ਹੁੰਦੇ ਜਿਹੜੇ ਮੂਲ ਅਧਿਕਾਰ ਆ ਜਦੋਂ ਬੱਚਾ ਜਨਮ ਲੈਂਦਾ ਸੰਸਾਰ ਦੇ ਵਿੱਚ ਤਾਂ ਉਹਨੂੰ ਜਨਮ ਲੈਂਦੇ ਸਾਰ ਹੀ ਮਿਲ ਜਾਂਦੇ ਇਹਦੇ ਪਿੱਛੇ ਕੀ ਇਤਿਹਾਸ ਆ 1895 ਵਿੱਚ ਬਾਲ ਗੰਗਾ ਦਾ ਤਿਲਕ ਨੇ ਸਵਰਾਜ ਬਿੱਲ ਪਾਸ ਕਰਨ ਲਈ ਯਤਨ ਕੀਤਾ ਜਦੋਂ ਉਹਨਾਂ ਸਵਰਾਜ ਬਿੱਲ ਪਾਸ ਕਰਨ ਦੀ ਕੋਸ਼ਿਸ਼ ਕੀਤੀ ਉਹਦੇ ਵਿੱਚ ਉਹਨਾਂ ਨੇ ਮੌਲਿਕ ਅਧਿਕਾਰਾਂ ਦੀ ਗੱਲ ਕੀਤੀ 1928 ਵਿੱਚ ਨਹਿਰੂ ਰਿਪੋਰਟ ਵਿੱਚ ਅਧਿਕਾਰਾਂ ਦੀ ਮੰਗ ਕੀਤੀ ਗਈ 1935 ਵਿੱਚ ਗਵਰਨਮੈਂਟ ਆਫ ਇੰਡੀਆ ਐਕਟ ਵਿੱਚ ਭਾਰਤੀ ਲੋਕਾਂ ਲਈ ਮੌਲਿਕ ਅਧਿਕਾਰਾਂ ਦੀ ਸੂਚੀ ਨੂੰ ਨਹੀਂ ਸ਼ਾਮਲ ਕੀਤਾ ਗਿਆ ਤੇ ਲੋਕਾਂ ਨੇ ਵਿਰੋਧ ਕੀਤਾ। ਠੀਕ ਹੈ। 1946 ਵਿੱਚ ਕੈਬਨਟ ਮਿਸ਼ਨ ਨੇ ਭਾਰਤੀ ਲੋਕਾਂ ਲਈ ਮੌਲਿਕ ਅਧਿਕਾਰਾਂ ਦੀ ਮੰਗ ਕੀਤੀ। ਆਜ਼ਾਦੀ ਤੋਂ ਬਾਅਦ ਸੰਵਿਧਾਨ ਸਭਾ ਨੇ ਇੱਕ ਸਲਾਹਕਾਰੀ ਕਮੇਟੀ ਬਣਾਈ ਜਿਸ ਦੀ ਸਹਾਇਤਾ ਨਾਲ ਮੌਲਿਕ ਅਧਿਕਾਰਾਂ ਨੂੰ ਸੰਵਿਧਾਨ ਦੇ ਤੀਜੇ ਭਾਗ ਵਿੱਚ ਦਰਜ ਕੀਤਾ ਗਿਆ। ਠੀਕ ਹੈ ਜੀ ਇਹ ਜਿਹੜਾ ਮੌਲਿਕ ਅਧਿਕਾਰ ਹੈ ਉਹਦਾ ਛੋਟਾ ਜਿਹਾ ਸੰਖੇਪ ਦੇ ਵਿੱਚ ਸਾਡੇ ਕੋਲ ਜਾਣਕਾਰੀ ਸੀ ਹੁਣ ਮੌਲਿਕ ਅਧਿਕਾਰਾਂ ਦਾ ਸਰੂਪ ਕੀ ਆ ਪਹਿਲਾ ਲੰਬੇ ਤੇ ਲੰਮਾ ਤੇ ਵਿਸਤ੍ਰਿਤ ਸੰਵਿਧਾਨ ਸਾਡੇ ਦੇਸ਼ ਦਾ ਜਿਹੜਾ ਸੰਵਿਧਾਨ ਹੈ ਨਾ ਬਹੁਤ ਲੰਮਾ ਆ ਸਭ ਤੋਂ ਲੰਮਾ ਸੰਵਿਧਾਨ ਸਾਡੇ ਦੇਸ਼ ਦਾ ਆ ਜਦੋਂ ਸੰਵਿਧਾਨ ਬਣਿਆ ਸੀਗਾ ਉਸ ਵੇਲੇ ਇਹਨੂੰ ਜਿਹੜਾ ਆ ਇਹਦੇ ਵਿੱਚ 395 ਆਰਟੀਕਲ ਸੀ ਜਾਂ ਉਹਨਾਂ ਆਰਟੀਕਲ ਨੂੰ ਅਨੁਸ਼ੇਦ ਵੀ ਕਹਿ ਦਿੰਨੇ ਆ ਧਾਰਾਵਾਂ ਵੀ ਕਹਿ ਦਿੰਨੇ ਆ ਤਾਂ 395 ਸੀ ਹੁਣ ਦੇਖੋ 100 ਦੇ ਲਾਗੇ 100 ਦਾ ਹੋਈਆਂ ਸੋਧ ਹੋਣ ਤੋਂ ਬਾਅਦ ਤਕਰੀਬਨ ਗਿਣਤੀ ਕੁਝ ਨਵੇਂ ਵੀ ਸਵਿਧਾਨ ਧਾਰਾਵਾਂ ਐਡ ਕੀਤੀਆਂ ਗਈਆਂ 448 ਦੇ ਲਾਗੇ ਹੁਣ ਸਭ ਜਿਹੜੀਆਂ ਸਾਡੇ ਕੋਲ ਆਰਟੀਕਲ ਤੇ ਅਨੁਸ਼ੇਦ ਸੰਵਿਧਾਨ ਦੇ ਵਿੱਚ ਹੈਗੇ ਨੇ ਤੇ ਬਹੁਤ ਲੰਬਾ ਤੇ ਹਰ ਇੱਕ ਚੀਜ਼ ਨੂੰ ਡਿਟੇਲ ਦੇ ਵਿੱਚ ਦੱਸਿਆ ਹੋਇਆ ਹੈ ਨਕਾਰਾਤਮਕ ਅਤੇ ਸਕਾਰਾਤਮਕ ਅਧਿਕਾਰ ਇਹਦੇ ਵਿੱਚ ਸਾਰੇ ਸਭ ਅਧਿਕਾਰ ਹੈਗੇ ਜਿਹੜੇ ਤੁਹਾਨੂੰ ਬਹੁਤ ਸਾਰੀ ਆਜ਼ਾਦੀ ਦਿੰਦੇ ਆ ਤੇ ਜਿਹੜੇ ਤੁਹਾਡੀ ਆਜ਼ਾਦੀ ਤੇ ਰੋਕ ਵੀ ਲਾਉਂਦੇ ਆ ਠੀਕ ਹੈ ਜੀ ਇਹਨਾਂ ਦੇ ਬਾਰੇ ਤੁਸੀਂ ਨਾ ਸੰਵਿਧਾਨ ਦੀਆਂ ਜਦੋਂ ਵਿਸ਼ੇਸ਼ਤਾਵਾਂ ਪੜ੍ਹੀਆਂ ਹੋਵੰਗੀਆਂ ਸੰਵਿਧਾਨ ਵਾਲੇ ਪਾਠ ਦੇ ਵਿੱਚ ਉਹਦੇ ਚ ਡਿਟੇਲ ਚ ਦੱਸਿਆ ਆਪਾਂ ਸੰਖੇਪ ਜਾਣਕਾਰੀ ਲੈਣੀ ਆ ਵਿਦੇਸ਼ੀ ਅਤੇ ਨਾਗਰਿਕ ਵਿੱਚ ਅੰਤਰ ਆ ਜਿਹੜਾ ਸਾਡੇ ਮੌਲਿਕ ਅਧਿਕਾਰ ਆ ਨਾ ਉਹ ਵਿਦੇਸ਼ੀ ਤੇ ਨਾਗਰਿਕਾਂ ਦੇ ਵਿੱਚ ਅੰਤਰ ਸਪਸ਼ਟ ਕਰਦੇ ਆ ਠੀਕ ਹੈ ਨਾਗਰੀਕਾਂ ਨੂੰ ਉਹ ਅਧਿਕਾਰ ਪ੍ਰਾਪਤ ਹੈ ਵਿਦੇਸ਼ੀਆਂ ਨੂੰ ਕੁਝ ਅਧਿਕਾਰ ਪ੍ਰਾਪਤ ਹੈ ਪਰ ਸਾਰੇ ਮੌਲਿਕ ਅਧਿਕਾਰ ਵਿਦੇਸ਼ੀਆਂ ਨੂੰ ਨਹੀਂ ਪ੍ਰਾਪਤ ਹੈਗੇ ਉਹ ਅੰਤਰ ਸਾਨੂੰ ਉਥੋਂ ਪਤਾ ਲੱਗਦਾ ਹੈ ਪੁਲਿਸ ਅਤੇ ਸੁਰੱਖਿਆ ਬਲਾਂ ਦੇ ਮੌਲਿਕ ਅਧਿਕਾਰਾਂ ਤੇ ਰੋਕ ਹੁਣ ਦੇਖੋ ਕਈ ਚੀਜ਼ਾਂ ਹੁੰਦੀਆਂ ਜਿਹੜੀਆਂ ਆਮ ਲੋਕਾਂ ਨੂੰ ਉਹ ਅਧਿਕਾਰ ਦਿੱਤੇ ਗਏ ਪਰ ਪੁਲਿਸ ਨੂੰ ਤੇ ਜਿਹੜੀ ਸਾਡੀ ਸੁਰੱਖਿਆ ਹੈਗੀ ਜਿਵੇਂ ਆਰਮੀ ਆ 에ਅਰ ਫੋਰਸ ਆ ਨੇਵੀ ਆ ਸੀਆਰਪੀਐਫ ਆ ਬੀਐਸਐਫ ਆ ਇਨਾਂ ਦੇ ਕੁਝ ਅਧਿਕਾਰ ਤੇ ਰੋਕ ਲੱਗੀ ਹੁੰਦੀ ਕਿਉਂਕਿ ਇਹ ਸੁਰੱਖਿਆ ਨਾਲ ਸੰਬੰਧਿਤ ਹੁੰਦੇ ਦੇਸ਼ ਦੀ ਸੁਰੱਖਿਆ ਦੇ ਲਈ ਇਹਨਾਂ ਨੂੰ ਕੁਝ ਅਧਿਕਾਰਾਂ ਦਾ ਕੁਝ ਹਿੱਸਾ ਜਿਹੜਾ ਨਹੀਂ ਦਿੱਤਾ ਜਾਂਦਾ ਇਹ ਅਧਿਕਾਰ ਅਸੀਮਤ ਨਹੀਂ ਹਨ ਅਧਿਕਾਰ ਦਾ ਮਤਲਬ ਇਹ ਨਹੀਂ ਵੀ ਤੁਹਾਨੂੰ ਜਿਵੇਂ ਅਧਿਕਾਰ ਦਿੱਤਾ ਵੀ ਤੁਸੀਂ ਜਿਹੜਾ ਹੈਗਾ ਵੀ ਆਪਣਾ ਵਿਚਾਰ ਪ੍ਰਗਟ ਕਰ ਸਕਦੇ ਹੋ ਤੇ ਤੁਸੀਂ ਲੋਕਾਂ ਨੂੰ ਗਾਲ੍ਹਾਂ ਕੱਢਣ ਲੱਪੋ ਇੰਦਾ ਨਹੀਂ ਹੈਗਾ ਤੁਹਾਡੇ ਅਧਿਕਾਰ ਇੱਕ ਸੀਮਾ ਤੱਕ ਆ ਉਥੋਂ ਤੱਕ ਆ ਜਿੱਥੇ ਤੱਕ ਦੂਜੇ ਦਾ ਅਧਿਕਾਰ ਸ਼ੁਰੂ ਨਹੀਂ ਹੋ ਜਾਂਦਾ ਦੂਜੇ ਬੰਦੇ ਨੂੰ ਵੀ ਉਹੀ ਅਧਿਕਾਰ ਹੈ ਤੁਹਾਨੂੰ ਵੀ ਉਹੀ ਅਧਿਕਾਰ ਹੈ ਤਾਂ ਆਪਣੀ ਸੀਮਾ ਦੇ ਵਿੱਚ ਰਹਿ ਕੇ ਤੁਸੀਂ ਆਪਣੇ ਅਧਿਕਾਰ ਨੂੰ ਮੰਨਣਾ ਆ ਮੌਲਿਕ ਅਧਿਕਾਰ ਨਾਗਰਿਕ ਅਤੇ ਰਾਜਨੀਤਿਕ ਦੋਨੋਂ ਸਰੂਪ ਦੇ ਹਨ ਠੀਕ ਹੈ ਨਾਗਰਿਕ ਸਰੂਪ ਦੇ ਵੀ ਆ ਤੇ ਰਾਜਨੀਤਿਕ ਮਨੋ ਇੱਕ ਐਜ਼ ਅ ਨਾਗਰਿਕ ਵੀ ਅਸੀਂ ਸਭ ਮੌਲਿਕ ਅਧਿਕਾਰ ਸਾਨੂੰ ਮਿਲਦੇ ਆ ਰਾਜਨੀਤਿਕ ਮਨੋ ਜਦੋਂ ਆਪਾਂ ਰਾਜ ਦੀ ਗੱਲ ਕਰਨੀ ਆ ਰਾਜ ਦਾ ਹਿੱਸਾ ਬਣਨਾ ਆ ਵੋਟਾਂ ਪਾਉਣੀਆਂ ਆ ਜਾਂ ਵੋਟਾਂ ਵਿੱਚ ਖੜੇ ਹੋਣਾ ਆ ਜਾਂ ਸਰਕਾਰ ਤੱਕ ਆਪਣੀ ਗੱਲ ਪਹੁੰਚਾਉਣੀ ਆ ਪਰ ਉਹਦੇ ਵਿੱਚ ਇਹ ਸਾਰੀਆਂ ਚੀਜ਼ਾਂ ਸ਼ਾਮਲ ਹੁੰਦੀਆਂ ਹਨ ਮੌਲਿਕ ਅਧਿਕਾਰਾਂ ਦੀ ਉਲੰਘਣਾ ਨਹੀਂ ਕੀਤੀ ਜਾ ਸਕਦੀ ਜਿਹੜੇ ਮੌਲਿਕ ਅਧਿਕਾਰ ਹਨ ਇਹ ਕੋਈ ਬੰਦਾ ਕਿਸੇ ਨੂੰ ਮੌਲਿਕ ਅਧਿਕਾਰ ਦੀ ਪ੍ਰਾਪਤੀ ਲਈ ਰੋਕ ਨਹੀਂ ਕਰ ਸਕਦਾ ਜੇ ਕੋਈ ਰੋਕਦਾ ਹੈ ਤਾਂ ਕਾਨੂੰਨੀ ਕਾਰਵਾਈ ਹੋ ਸਕਦੀ ਹੈ ਮੌਲਿਕ ਅਧਿਕਾਰ ਨਿਆਂ ਸੰਗਤ ਅਨਿਆਂ ਸੰਗਤ ਮਨੁੱਖ ਲੋਕ ਅਸੀਂ ਇਹਦੇ ਲਈ ਅਦਾਲਤ ਵਿੱਚ ਜਾ ਸਕਦੇ ਹਾਂ ਅਦਾਲਤ ਵਿੱਚ ਜਾ ਕੇ ਅਸੀਂ ਨਿਆਂ ਪ੍ਰਾਪਤ ਕਰ ਸਕਦੇ ਹਾਂ ਤੇ ਸਾਨੂੰ ਸਾਡਾ ਅਧਿਕਾਰ ਮਿਲ ਸਕਦਾ ਇਹ ਇਹਦਾ ਸਰੂਪ ਹੈ ਇਹਦੀਆਂ ਕੁਝ ਵਿਸ਼ੇਸ਼ਤਾਵਾਂ ਆ। ਕੁਝ ਹੋਰ ਜ਼ਰੂਰੀ ਗੱਲਾਂ ਆ। ਮੌਲਿਕ ਅਧਿਕਾਰਾਂ ਨੂੰ ਸੰਵਿਧਾਨ ਦੇ ਤੀਜੇ ਭਾਗ ਚ ਸ਼ਾਮਲ ਕੀਤਾ ਗਿਆ ਹੈ। ਇਹ ਯਾਦ ਰੱਖਣਾ ਵੀ ਕਿਹੜੇ ਭਾਗ ਚ ਸ਼ਾਮਲ ਕੀਤਾ ਹੈ ਤੀਜੇ ਭਾਗ ਦੇ ਵਿੱਚ। ਅਨੁਸ਼ੇਦ ਅਨੁਸ਼ੇਦ ਇੰਗਲਿਸ਼ ਵਾਲੇ ਬੱਚਿਆਂ ਲਈ ਆਰਟੀਕਲ A R T I C L E ਆਰਟੀਕਲ ਕਹਿੰਦੇ ਆ। ਠੀਕ ਹੈ ਪੰਜਾਬੀ ਜੀ ਇਹਨੂੰ ਅਨੁਸ਼ੇਦ ਕਹਿੰਦੇ ਆ। 12 ਤੋਂ ਲੈ ਕੇ 32 ਤੱਕ ਜਿਹੜੇ ਸਾਡੇ ਮੌਲਿਕ ਅਧਿਕਾਰ ਸ਼ਾਮਿਲ ਕੀਤੇ ਗਏ ਆ ਭਾਗ 3 ਦੇ ਵਿੱਚ ਸੰਵਿਧਾਨ 'ਚ ਔਰ ਇਹ ਜਿਹੜੇ ਆ ਮੌਲਿਕ ਅਧਿਕਾਰ ਯਾਨੀ ਫੰਡਾਮੈਂਟਲ ਰਾਈਟ ਆ ਇਹ ਅਮਰੀਕਾ ਦੇ ਸੰਵਿਧਾਨ 'ਚੋਂ ਲਏ ਗਏ ਆ ਯੂ ਐਸ اے ਯੂਨਾਈਟਿਡ ਸਟੇਟਸ ਆਫ ਅਮਰੀਕਾ ਤਾਂ ਮੈਗਨਾ ਕਾਰਟਾ ਇੱਕ ਸ਼ਬਦ ਵਿੱਚ ਬੱਚਿਓ ਵਰਤਿਆ ਗਿਆ ਮੈਗਨਾ ਕਾਰਟਾ ਇਹ ਇੰਗਲੈਂਡ ਤੋਂ ਲਿਆ ਗਿਆ ਆ ਠੀਕ ਹੈ ਇੰਗਲੈਂਡ ਦੇ ਵਿੱਚ ਇਹ ਜਿਹੜਾ ਸ਼ਬਦ ਪ੍ਰਚਲਿਤ ਸੀਗਾ ਕਿਵੇਂ ਪਰਚਲਦਾ ਸੀਗਾ ਵੀ ਕੁਝ ਲੋਕ ਮਜ਼ਦੂਰ ਜਿਹੜੇ ਸੀ ਉਹ ਕਸ਼ ਕੰਮ ਕਰਦੇ ਪਏ ਸੀ ਉਹਨਾਂ ਨੂੰ ਕਿਸੇ ਟਾਈਮ ਦੇ ਵਿੱਚ ਪੁਰਾਣੇ ਸਮੇਂ 'ਚ ਜਿਹੜੇ ਕੁਛ ਅਧਿਕਾਰ ਦਿੱਤੇ ਗਏ ਉਹਨੂੰ ਮੈਗਨਾ ਕਾਰਟਾ ਦੇ ਨਾਂ ਨਾਲ ਜਾਣਿਆ ਜਾਂਦਾ। ਉੱਥੋਂ ਇਹ ਜਿਹੜੀ ਚੀਜ਼ ਪ੍ਰਸਿੱਧ ਹੋਈ ਉਹਦੇ ਵਿੱਚੋਂ ਜਿਹੜੇ ਫੰਡਾਮੈਂਟਲ ਰਾਈਟਸ ਜਾਂ ਮੌਲਿਕ ਅਧਿਕਾਰ ਨਿਕਲ ਕੇ ਬਾਹਰ ਆਏ ਆ। ਤਾਂ ਸ਼ੁਰੂ ਵਿੱਚ ਇਹਨਾਂ ਦੀ ਗਿਣਤੀ 7 ਸੀ ਜਦੋਂ 1950 ਵਿੱਚ ਸਾਡਾ ਸੰਵਿਧਾਨ ਲਾਗੂ ਹੋਇਆ ਉਦੋਂ ਸਾਡੇ ਮੌਲਿਕ ਅਧਿਕਾਰਾਂ ਦੀ ਗਿਣਤੀ 7 ਸੀ। ਬਾਅਦ ਵਿੱਚ ਇੱਕ ਅਧਿਕਾਰ ਨੂੰ ਵਿੱਚੋਂ ਕੱਢ ਕੇ 300A ਅਧੀਨ ਕਾਨੂੰਨੀ ਅਧਿਕਾਰ ਬਣਾਇਆ ਦਿੱਤਾ ਗਿਆ ਉਹ ਸੀ ਸਾਡਾ ਸੰਪਤੀ ਦਾ ਅਧਿਕਾਰ ਪ੍ਰੋਪਰਾਈਟ ਟੂ ਪ੍ਰੋਪਰਟੀ ਕਿਹੜੀ ਸੋਧ 1978 ਦੇ ਵਿੱਚ 44ਵੀਂ ਸੋਧ ਮਲਟੀਪਲ ਟਾਈਪ ਕੁਐਸਚਨ ਤੁਹਾਨੂੰ ਆਉਣੇ ਆ ਤੁਹਾਨੂੰ ਪੁੱਛਿਆ ਜਾ ਸਕਦਾ ਹੈ ਵੀ ਕਿਹੜੀ ਸੋਧ ਦੇ ਰਾਹੀਂ ਜਿਹੜਾ ਆ ਸੰਪਤੀ ਦੇ ਅਧਿਕਾਰ ਨੂੰ ਮੌਲਿਕ ਅਧਿਕਾਰਾਂ ਚੋਂ ਬਾਹਰ ਕੱਢ ਦਿੱਤਾ ਗਿਆ ਤੇ ਆਨਸਰ 44ਵੀਂ ਸੋਧ ਸਾਲ 1978 ਠੀਕ ਹੈ ਜੀ ਕਾਨੂੰਨੀ ਅਧਿਕਾਰ ਬਣਾਇਆ ਗਿਆ 300A अनुच्छेद दे, दे, है दे है। रहे हैं तेंसो ए आर्टिकल दे रहे हैं ये कुछ गल्ला है संविधान के बारे में वर्तमान में मौलिक अधिकारों की गिनती 6 है हुण 6 रह गए एक 7 सी ना संपत्ति का अधिकार وچوں کڈتا ਸਾਨੂੰ 2002 وچ ਭਾਰਤੀ ਸੰਸਦ ਨੇ 86ਵੀਂ ਸੋਧ ਪਾਸ ਕਰਕੇ ਬੱਚਿਆਂ ਦੇ ਸਿੱਖਿਆ ਦੇ ਅਧਿਕਾਰ ਨੂੰ ਮੌਲਿਕ ਅਧਿਕਾਰ ਬਣਾ ਦਿੱਤਾ ਹੈ ਸਿੱਖਿਆ ਦੇ ਅਧਿਕਾਰ ਨੂੰ ਮੌਲਿਕ ਅਧਿਕਾਰ ਬਣਾਤਾ ਅਬ ਸਿੱਖਿਆ ਦੇਣੀ ਹਰੇਕ ਬੱਚੇ ਨੂੰ ਜ਼ਰੂਰੀ ਆ ਇਹ ਸਰਕਾਰ ਦੀ ਜ਼ਿੰਮੇਵਾਰੀ ਆ ਪਰ ਇਹ ਸਧਿਕਾਰ ਨੂੰ ਸੰਵਿਧਾਨ ਵਿੱਚ ਦਰਜ ਮੌਲਿਕ ਅਧਿਕਾਰਾਂ ਦੀ ਸੂਚੀ ਵਿੱਚ ਨਵਾਂ ਨੰਬਰ ਨਹੀਂ ਦਿੱਤਾ ਗਿਆ। ਇਹ ਸਧਿਕਾਰ ਨੂੰ 19 ਤੋਂ 22 ਵਿੱਚ ਸਵਤੰਤਰਤਾ ਦੇ ਅਧਿਕਾਰ ਅਧੀਨ 21A ਵਿੱਚ ਸ਼ਾਮਲ ਕੀਤਾ ਗਿਆ। ਯਾਨੀ ਨਵਾਂ ਨੰਬਰ ਨਹੀਂ ਦਿੱਤਾ ਗਿਆ। ਜਿਹੜਾ ਸੰਵਿਧਾਨ ਦਾ ਅਨੁਸ਼ੇਦ 21C ਉਹਦੇ ਵਿੱਚ 21A ਇੱਕ ਨੰਬਰ ਜੋੜ ਦਿੱਤਾ ਗਿਆ। ਉਹਦੇ ਵਿੱਚ ਜਿਹੜਾ ਸਿੱਖਿਆ ਦਾ ਅਧਿਕਾਰ ਸ਼ਾਮਲ ਕਰ ਦਿੱਤਾ ਗਿਆ। ਇਹ ਵੀ ਗੱਲ ਯਾਦ ਰੱਖਣੀ ਹੋਵੇਗਾ। ਹੁਣ ਅੱਗੇ ਆਪਾਂ ਆਪਣੇ ਮੌਲਿਕ ਅਧਿਕਾਰਾਂ ਦੀ ਗੱਲ ਕਰਦੇ ਹਾਂ ਮੌਲਿਕ ਅਧਿਕਾਰਾਂ ਦੀ ਗਿਣਤੀ 6 ਆ ਬੱਚਿਓ ਯਾਦ ਰੱਖਿਓ ਪਹਿਲਾਂ 7 ਸੀ ਇੱਕ ਕੱਢ ਦਿੱਤਾ ਗਿਆ ਫਿਰ 6 ਰਹਿ ਗਈ ਆ 6 ਕਿਹੜੇ-ਕਿਹੜੇ ਆ ਸਮਾਨਤਾ ਦਾ ਅਧਿਕਾਰ ਸਤੰਤਰਤਾ ਦਾ ਅਧਿਕਾਰ ਸ਼ੋਸ਼ਣ ਦੇ ਵਿਰੋਧ ਦਾ ਅਧਿਕਾਰ ਧਾਰਮਿਕ ਆਜ਼ਾਦੀ ਦਾ ਅਧਿਕਾਰ ਸੱਭਿਆਚਾਰਕ ਤੇ ਵਿੱਦਿਅਕ ਅਧਿਕਾਰ ਸੰਵਿਧਾਨਕ ਉਪਚਾਰਾਂ ਦਾ ਅਧਿਕਾਰ ਇਹ 6 ਅਧਿਕਾਰ ਆ ਅੱਗੇ ਉਹਨਾਂ ਦੇ ਅਨੁਸ਼ੇਦ ਦਿੱਤੇ ਆ ਅਨੁਸ਼ੇਦ ਮਤਲਬ ਆਰਟੀਕਲ ਏ ਆਰ ਟੀ ਆਈ ਸੀ ਐਲ ਆਰਟੀਕਲ ਫਾਰ ਇੰਗਲਿਸ਼ ਸਟੂਡੈਂਟਸ ਠੀਕ ਹੈ ਆਰਟੀਕਲ 14 ਤੋਂ 18 ਆਰਟੀਕਲ 19 ਤੋਂ 22 ਇਹ ਸਾਰੇ ਆਰਟੀਕਲ ਅਲੱਗ-ਅਲੱਗ ਹੈਗੇ ਇਹਨਾਂ ਨੂੰ ਆਪਾਂ ਅੱਗੇ ਡਿਟੇਲ ਦੇ ਵਿੱਚ ਪੜਾਂਗੇ ਠੀਕ ਹੈ ਬੱਚੋ ਸਭ ਤੋਂ ਪਹਿਲਾਂ ਹੈਗਾ ਸਮਾਨਤਾ ਦਾ ਅਧਿਕਾਰ ਰਾਈਟ ਟੂ ਇਕੁਐਲਿਟੀ ਇੰਗਲਿਸ਼ ਦੇ ਵਿੱਚ ਸਮਾਨਤਾ ਮਤਲਬ ਇਕੁਐਲਿਟੀ ਇਹ 14 ਤੋਂ ਲੈ ਕੇ 18 ਦੇ ਵਿੱਚ ਠੀਕ ਹੈ ਸੰਵਿਧਾਨ ਦੀਆਂ ਧਾਰਾਵਾਂ ਤੁਹਾਨੂੰ ਯਾਦ ਰੱਖਣੇ ਪਣੀਆਂ ਬੱਚਿਓ ਪੇਪਰ 'ਚ ਬਰੀਕੀ ਨਾਲ ਕੁਐਸਚਨ ਪੁੱਛਿਆ ਜਾ ਸਕਦਾ ਵੀ ਸੰਵਿਧਾਨ ਦੀ ਧਾਰਾ ਕਿਹੜੇ ਅਧਿਕਾਰ ਨਾਲ ਸੰਬੰਧਿਤ ਹੈ ਥੱਲੇ ਆਪਸ਼ਨ ਦਿੱਤੇ ਹੋਣੇ ਤੁਸੀਂ ਸਹੀ ਲੱਭਣਾ ਹੈ ਠੀਕ ਹੈ ਮੰਨ ਲਓ ਹੁਣ ਸੰਵਿਧਾਨ ਦੀ ਧਾਰਾ ਜਿਹੜੀ ਜਾਂ ਸੰਵਿਧਾਨ ਦਾ ਅਨੁਸ਼ੇਦ 14 ਲਿਖਿਆ ਹੋਇਆ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਕਾਨੂੰਨ ਦੇ ਸਾਹਮਣੇ ਸਮਾਨਤਾ ਇਦਾਂ ਹੀ 15 ਵਿਤਕਰੇ ਦੀ ਮਨਾਹੀ 16 ਅਫਸਰ ਦੀ ਸਮਾਨਤਾ 17 ਛੂਹੂਛਤ ਵਿਰੋਧ ਅਧਿਕਾਰ 18 ਖਿਤਾਬਾਂ ਦੀ ਸਮਾਪਤੀ ਠੀਕ ਹੈ ਬੱਚਿਓ ਤਾਂ ਹੁਣ ਕੀ ਆ ਸਾਨੂੰ ਜਿਹੜੇ ਆ ਇਹ ਆਰਟੀਕਲ ਜਿਹੜੇ ਹੈਗੇ ਆ ਇਹਨਾਂ ਦੇ ਬਾਰੇ ਪਤਾ ਹੋਣਾ ਚਾਹੀਦਾ ਹੈ ਤਾਂ ਪਹਿਲਾ ਸਾਡਾ ਹੈਗਾ ਆਰਟੀਕਲ ਦੇਖੋ 14 ਅਨੁਸ਼ੇਦ 14 ਕਾਨੂੰਨ ਦੇ ਸਾਹਮਣੇ ਸਮਾਨਤਾ ਦੇਖ ਲਓ ਅੱਗੇ ਪਿਕਚਰ ਆਏਗੀ ਯਾਨੀ ਕਾਨੂੰਨ ਦੇ ਸਾਹਮਣੇ ਸਾਰੇ ਲੋਕ ਬਰਾਬਰ ਆ ਇਹਦਾ ਮਤਲਬ ਇਹ ਆ ਕਿਵੇਂ ਅਮੀਰ ਗਰੀਬ ਉੱਚੀ ਜਾਤ ਦਾ ਛੋਟੀ ਜਾਤ ਦਾ ਪੁਰਸ਼ ਈਸਤਰੀ ਬੱਚਾ ਬੁੱਢਾ ਸਾਰੇ ਦੇ ਸਾਰੇ ਰਾਸ਼ਟਰਪਤੀ ਤੇ ਆਮ ਵਿਅਕਤੀ ਸਾਰੇ ਦੇ ਸਾਰੇ ਲੋਕ ਕਾਨੂੰਨ ਦੇ ਸਾਹਮਣੇ ਬਰਾਬਰ ਆ ਦੇਖੋ ਫੋਟੋਆਂ ਬਣੀਆਂ ਇਕਵਲਟੀ ਬਿਫੋਰ ਲਾ ਪੂਰ ਐਂਡ ਰਿਚ ਠੀਕ ਹੈ ਫੋਰਨਰ ਐਂਡ ਇੰਡੀਅਨ ਵਿਦੇਸ਼ੀ ਤੇ ਭਾਰਤੀ ਦੋਵੇਂ ਕਾਨੂੰਨ ਦੇ ਸਾਹਮਣੇ ਬਰਾਬਰ ਆ ਆ ਪੁਰਸ਼ ਤੇ ਈਸਤਰੀ ਜਦੋਂ ਕਿਸੇ ਕਾਨੂੰਨ ਨੂੰ ਤੋੜਨ ਦੀ ਗੱਲ ਹੋਊਗੀ ਤਾਂ ਉਹਦੇ ਵਿੱਚ ਕੀ ਹੋਊਗਾ ਜੇ ਸਜ਼ਾ ਮਿਲਣੀ ਆ ਤਾਂ ਇਹ ਨਹੀਂ ਦੇਖਿਆ ਜਾਊਗਾ ਵੀ ਕੋਈ ਟਾਟਾ ਬਿਰਲਾ ਜਾਂ ਅੰਬਾਨੀ ਆ ਜਾਂ ਕੋਈ ਪ੍ਰਧਾਨ ਮੰਤਰੀ ਆ ਕਿ ਰਾਸ਼ਟਰਪਤੀ ਆ ਜਿਹੜੀ ਤਾਰਾ ਲੱਗੂਗੀ ਸੰਵਿਧਾਨ ਦਾ ਜਿਹੜਾ ਅਨੁਛੇਦ ਲੱਗੂਗਾ ਉਹਦੇ ਉਦੀ ਜੋ ਸਜ਼ਾ ਹੋਊਗੀ ਉਹ ਸਜ਼ਾ ਉਸ ਵਿਅਕਤੀ ਨੂੰ ਦਿੱਤੀ ਜਾਊਗੀ ਇਹ ਸੰਵਿਧਾਨ ਦੇ ਵਿੱਚ ਲਿਖਿਆ ਗਿਆ ਆ ਇਹਨੂੰ ਅਸੀਂ ਸੰਵਿਧਾਨ ਦਾ ਅਨੁਛੇਦ 14 ਕਹਿੰਦੇ ਆ ਰਾਈਟ ਟੂ ਇਕੁਐਲਟੀ ਦੇ ਵਿੱਚ ਆ ਇਕੁਐਲਟੀ ਬਿਫੋਰ ਲਾ ਕਾਨੂੰਨ ਦੇ ਸਾਹਮਣੇ ਸਮਾਨਤਾ ਜਾਂ ਬਰਾਬਰੀ ਠੀਕ ਹੈ ਜੀ ਅੱਗੇ ਬੱਚਿਓ ਆਰਟੀਕਲ 15 ਅਨੁਛੇਦ 15 ਠੀਕ ਹੈ ਅਨੁਛੇਦ 15 ਕੀ ਆ ਸਾਡੇ ਕੋਲ ਆਪਾਂ ਪਿੱਛੇ ਉਹ ਵੀ ਦੇਖ ਲੈਨੇ ਆ 15 ਹੈਗਾ ਵਿਤਕਰੇ ਦੀ ਮਨਾਹੀ ਵਿਤਕਰਾ ਕੀ ਹੁੰਦਾ ਭੇਦਪਾਉ ਭੇਦਪਾਉ ਹੁੰਦਾ ਨਾ ਕਿਵੇਂ ਹੁੰਦਾ ਮੰਦਰਾਂ ਦੇ ਵਿੱਚ ਜਿਹੜੇ ਲੋਕ ਜਾਂਦੇ ਆ ਕਹਿੰਦੇ ਨਹੀਂ ਜੀ ਆ ਤੂੰ ਨੀਵੀਂ ਜਾਤ ਦਾ ਤੈਨੂੰ ਨਹੀਂ ਜਾਣ ਦੇਣਾ ਅਮੀਰ ਗਰੀਬ ਨਾਲ ਵਿਤਕਰਾ ਹੁੰਦਾ ਅਮੀਰ ਬੰਦਾ ਜਦੋਂ ਕਿਸੇ ਦਫਤਰ ਚ ਜਾਂਦਾ ਉਹਨੂੰ ਕੁਰਸੀ ਦਿੱਤੀ ਜਾਂਦੀ ਗਰੀਬ ਨੂੰ ਅੰਦਰ ਨਹੀਂ ਬਣ ਦਿੱਤਾ ਜਾਂਦਾ ਇਹਨੂੰ ਕਹਿੰਦੇ ਵਿਤਕਰਾ ਤਾਂ ਸਰਕਾਰ ਨੇ ਸੰਵਿਧਾਨ ਦੇ ਅਧਿਰਾਹੀਂ ਜਿਹੜਾ ਵਿਤਕਰੇ ਦੀ ਮਨਾਹੀ ਕੀਤੀ ਹੋਈ ਆ ਵਿਤਕਰਾ ਕਾਦੇ ਵਾਸਤੇ ਕਿਸੇ ਵੀ ਸਰਕਾਰੀ ਜਾਂ ਗੈਰ ਸਰਕਾਰੀ ਇੰਸਟੀਚੂਸ਼ਨ ਦੇ ਵਿੱਚ ਦਾਖਲਾ ਲੈਣ ਲਈ ਜਿਵੇਂ ਬੱਚੇ ਨੇ ਕਿਸੇ ਨੇ ਪੜ੍ਹਨਾ ਆ ਤਾਂ ਕੋਈ ਸਰਕਾਰੀ ਸਕੂਲ ਸਰਕਾਰੀ ਕਾਲਜ ਨੂੰ ਮਨਾ ਨਹੀਂ ਕਰ ਸਕਦਾ ਵੀ ਨਹੀਂ ਜੀ ਇੱਥੇ ਤਾਂ ਅਮੀਰਾਂ ਦੇ ਬੱਚੇ ਹੀ ਪੜ੍ਹਨੇ ਆ ਇਦਾਂ ਨਹੀਂ ਹੋ ਸਕਦਾ ਨੌਕਰੀ ਪ੍ਰਾਪਤ ਕਰਨ ਦੇ ਲਈ ਜਿਹੜਾ ਹੈਗਾ ਜਾਂ ਕਿਸੇ ਤਰ੍ਹਾਂ ਦਾ ਕੋਈ ਵੀ ਵਿਤਕਰਾ ਕਿਸੇ ਵਿਅਕਤੀ ਨਾਲ ਪੇਦ ਭਾਵ ਨਹੀਂ ਕੀਤਾ ਜਾਊਗਾ ਠੀਕ ਹੈ ਇਹ ਆਰਟੀਕਲ 15 ਆ 16 ਇਕਵਲਟੀ ਆਫ ਓਪਰਚੁਨਿਟੀ ਇਨ ਪਬਲਿਕ এমਪਲੋਇਮੈਂਟ ਅਫਸਰ ਦੀ ਸਮਾਨਤਾ ਅਫਸਰ ਯਾਨੀ ਮੌਕੇ ਦੀ ਸਮਾਨਤਾ ਇਹ ਆ 16ਵਾਂ ਮੌਕਾ ਕਿਹੜਾ ਕਿਤੇ ਵੀ ਸਰਕਾਰੀ ਨੌਕਰੀ ਪ੍ਰਾਪਤ ਕਰਨ ਦੇ ਲਈ ਸਰਕਾਰ ਜਦੋਂ ਵੀ ਨੌਕਰੀਆਂ ਕੱਢਦੀ ਹੈ ਨਾ ਉਹਦੇ ਵਿੱਚ ਲਿਖਿਆ ਹੁੰਦਾ ਵੀ ਆਹ ਆ ਜੇ ਯੋਗਤਾ ਕੋਈ ਵਿਅਕਤੀ ਪੂਰੀ ਕਰਦਾ ਹੈ ਤਾਂ ਉਹ ਅਪਲਾਈ ਕਰ ਸਕਦਾ ਹੈ ਤੇ ਉਹਨੂੰ ਨੌਕਰੀ ਮਿਲ ਸਕਦੀ ਹੈ ਤਾਂ ਸਾਰੇ ਵਿਅਕਤੀ ਜੇ ਉਹ ਯੋਗਤਾ ਪੂਰੀ ਕਰਦੇ ਆ ਤਾਂ ਉਸ ਪੋਸਟ ਦੇ ਲਈ ਨੌਕਰੀ ਪ੍ਰਾਪਤ ਕਰਨ ਦੇ ਲਈ ਯਤਨ ਕਰ ਸਕਦੇ ਉਹਨੂੰ ਜਿਹੜਾ ਆ ਕਾਨੂੰਨ ਦੁਆਰਾ ਜਿਹੜਾ ਮਾਨਤਾ ਦਿੱਤੀ ਗਈ ਹੈ ਸਾਡਾ ਸੰਵਿਧਾਨ ਉਸ ਗੱਲ ਨੂੰ ਆਰਟੀਕਲ 16 ਦੇ ਰਾਹੀਂ ਮਾਨਤਾ ਦਿੰਦਾ ਹੈ ਕੋਈ ਵੀ ਵਿਅਕਤੀ ਜਿਹੜਾ ਆ ਸਰਕਾਰ ਵੱਲੋਂ ਦਿੱਤੇ ਗੇ ਮੌਕੇ ਦਾ ਫਾਇਦਾ ਚੱਕ ਸਕਦਾ ਹੈ ਨੌਕਰੀ ਪ੍ਰਾਪਤ ਕਰ ਸਕਦਾ ਹੈ ਬਸ਼ਰਤੇ ਉਹਨੇ ਉਹ ਯੋਗਤਾ ਪੂਰੀ ਕੀਤੀ ਹੋਵੇ ਠੀਕ ਹੈ ਨਾ ਹੁਣ ਜੇ ਟੀਚਰ ਬਣਨ ਦੇ ਲਈ ਅਧਿਆਪਕ ਬਣਨ ਦੇ ਲਈ ਤੁਸੀਂ ਯੋਗਤਾ ਪੂਰੀ ਕਰਦੇ ਹੋ ਬੀਐਡ ਕੀਤੀ ਹੋਈ ਆ ਗ੍ਰੈਜੂਏਸ਼ਨ ਕੀਤੀ ਹੋਈ ਆ ਟੈਟ ਟੈਸਟ ਪਾਸ ਆ ਤਾਂ ਤੁਹਾਨੂੰ ਮੌਕਾ ਮਿਲ ਸਕਦਾ ਜੇਕਰ ਤੁਹਾਡੇ ਨੰਬਰ ਬਾਕੀਆਂ ਬੰਦਿਆਂ ਨਾਲੋਂ ਉੱਪਰ ਆ ਠੀਕ ਹੈ ਇਸ ਨੂੰ ਅਸੀਂ ਆਰਟੀਕਲ 16 ਦੇ ਵਿੱਚ ਕਹਿੰਦੇ ਆ ਇਕਵੈਲਟੀ ਆਫ ਓਪਰਚ्युनिटी ਇਨ ਪਬਲਿਕ এমਪਲॉयਮੈਂਟ ਅਗੇ 17 ਐਬੋਲਿਸ਼ਨ ਆਫ ਅਨਟੱਚੇਬਿਲਟੀ ਕੀ ਹੁੰਦਾ ਸੀਗਾ ਸ਼ੂਆ ਸ਼ੂਤਰ ਦੀ ਮਨਾਈ ਕੀਤੀ ਗਈ ਇਸ ਰਾਹੀਂ ਸ਼ੂਆ ਸ਼ੂਤ ਇੱਕ ਨਾਂ ਦਿੱਤਾ ਗਿਆ ਉਹਦੇ ਵਿੱਚ ਕੀ ਹੁੰਦਾ ਸੀ ਜਿਹੜੇ ਉੱਚ ਵਰਗ ਦੇ ਲੋਕ ਸੀ ਉਹ ਨੀਵੀਂ ਜਾਤ ਦੇ ਲੋਕਾਂ ਨੂੰ ਜਿਹੜਾ ਉਹਨਾਂ ਨੂੰ ਆਪਣੇ ਤੋਂ ਦੂਰ ਰੱਖਦੇ ਸੀ ਜੇਕਰ ਉਹ ਗਲਤੀ ਨਾਲ ਟੱਚ ਕਰ ਜਾਂਦੇ ਸੀ ਤੇ ਫਿਰ ਉਹ ਆਪਣੇ ਆਪ ਨੂੰ ਇਹ ਕਹਿੰਦੇ ਸੀ ਵੀ ਸਾਡਾ ਧਰਮ ਭ੍ਰਿਸ਼ਟ ਹੋ ਗਿਆ ਫਿਰ ਉਹ ਗੰਗਾ ਇਸ਼ਨਾਨ ਕਰਦੇ ਸੀ ਜਾਂ ਇਦਾਂ ਨਾਲ ਉਕੇ ਆਉਂਦੇ ਸੀ ਉਹ ਇੱਕ ਟੰਗ ਸੀਗਾ ਮੰਦਰਾਂ ਵਿੱਚ ਵੀ ਉਹਨਾਂ ਲੋਕਾਂ ਨੂੰ ਐਂਟਰ ਨਹੀਂ ਕਰਨ ਦਿੱਤਾ ਜਾਂਦਾ ਸੀਗਾ ਤਾਂ ਇਹ ਸੰਵਿਧਾਨ ਦੇ ਵਿੱਚ ਇਸ ਗੱਲ ਨੂੰ ਲਿਖ ਹੀ ਦਿੱਤਾ ਗਿਆ ਵੀ ਸੰਵਿਧਾਨ ਦੀ ਧਾਰਾ 17 ਦੇ ਅਧੀਨ ਜੇਕਰ ਕੋਈ ਵਿਅਕਤੀ ਇਦਾਂ ਦੀ ਗੱਲ ਕਰੂਗਾ ਇਦਾਂ ਦਾ ਕੰਮ ਕਰੂਗਾ ਉਹਨੂੰ ਜਿਹੜਾ ਆ ਕਾਨੂੰਨੀ ਤੌਰ ਤੇ ਸਜ਼ਾ ਦਿੱਤੀ ਗਈ ਹੈ ਜਾਊਗੀ ਉਹਨੂੰ ਅਸੀਂ ਕਹਿੰਨੇ ਆ ਸ਼ੂਵਾ ਸ਼ੂਤ ਦੀ ਮਨਾਹੀ abolition of untouchability ਆ ਦੇਖੋ ਇਦਾਂ ਹੁੰਦਾ ਸੀਗਾ ਜਿਹੜੇ ਗਰੀਬ ਲੋਕ ਸੀਗੇ ਜਾਂ ਨੀਵੀਂ ਜਾਤ ਦੇ ਲੋਕ ਸੀ ਉਹਨਾਂ ਨੂੰ ਇਦਾਂ ਘਰੋਂ ਬਾਹਰ ਦੂਰ ਬਿਠਾ ਕੇ ਪਾਣੀ ਪਿਆ ਜਾਂਦਾ ਸੀ ਅੱਗੇ ਆ ਸੰਵਿਧਾਨ ਦੀ ਧਾਰਾ ਜਾਂ ਅਨੁਸ਼ੇਦ 18 ਇਹਦੇ ਅੰਦਰ ਆ ਐਬੋਲੀਸ਼ਨ ਆਫ ਟਾਈਟਲਸ ਟਾਈਟਲ ਹੁੰਦਾ ਉਪਾਦੀਆਂ ਖਤਾਬਾਂ ਉਪਾਦੀ ਖਿਤਾਬ ਕੀ ਹੁੰਦੇ ਪਹਿਲਾਂ ਜਦੋਂ ਅੰਗਰੇਜ਼ਾਂ ਦਾ ਸਮਾਂ ਸੀ ਨਾ ਜਾਂ ਉਸ ਤੋਂ ਪਹਿਲਾਂ ਰਾਜੇ ਮਹਾਰਾਜਾ ਦਾ ਸਮਾਂ ਸੀ ਤਾਂ ਲੋਕਾਂ ਨੂੰ ਜਿਵੇਂ ਨਵਾਬ ਦੀ ਜਾਂ ਜ਼ਗੀਰਦਾਰ ਦੀ ਇਦਾਂ ਦੀ ਦਿੱਤੀ ਜਾਂਦੀ ਸੀ ਉਪਾਦੀ ਦਿੱਤੀ ਜਾਂਦੀ ਸੀ ਉਹਨੂੰ ਉਪਾਦੀ ਕਿਹਾ ਜਾਂਦਾ ਨਾਂ ਜੋੜ ਦਿੱਤਾ ਜਾਂਦਾ ਸੀ ਠੀਕ ਹੈ ਤਾਂ ਇਹਨੂੰ ਬੰਦ ਕਰ ਦਿੱਤਾ ਗਿਆ ਜਦੋਂ ਸੰਵਿਧਾਨ ਲਾਗੂ ਹੋਇਆ 1950 ਦੇ ਵਿੱਚ ਵੀ ਕਿਸੇ ਬੰਦੇ ਨੂੰ ਕਿਉਂਕਿ ਇਹਦੇ ਨਾਲ ਇਹ ਹੁੰਦਾ ਸੀ ਵੀ ਉਹ ਬੰਦਾ ਕਹਿੰਦਾ ਸੀ ਮੈਂ ਇਹਨਾਂ ਤੋਂ ਸਪੈਸ਼ਲ ਹਾਂ ਜਿਹਦੇ ਨਾਂ ਦੇ ਅੱਗੇ ਨਵਾਬ ਲੱਗਦਾ ਹੈ ਜ਼ਗੀਰਦਾਰ ਲੱਗਦਾ ਸੀ ਨਾ ਉਹ ਸੋਚਦਾ ਸੀ ਮੈਂ ਬਾਕੀਆਂ ਤੋਂ ਉੱਚਾ ਬੰਦਾ ਇਸ ਕਰਕੇ ਉਹਨੂੰ ਖਤਮ ਕਰ ਦਿੱਤਾ ਗਿਆ ਉਪਾਦੀਆਂ ਨੂੰ ਟਾਈਟਲ ਨੂੰ ਖਤਮਾਪਤ ਕਰ ਦਿੱਤਾ ਗਿਆ ਠੀਕ ਹੈ ਜੀ ਇਹ ਸੰਵਿਧਾਨ ਦੀ ਧਾਰਾ ਆਰਟੀਕਲ 18 ਸੀ ਯਾਨੀ ਅਨੁਛੇਦ 18 ਸੀ ਸੋ ਬੱਚਿਓ ਉਸੇ ਸਾਰੇ ਸਮਾਨਤਾ ਦੇ ਅਧਿਕਾਰ 14 ਤੋਂ ਲੈ ਕੇ 18 ਤੱਕ ਠੀਕ ਹੈ ਨਾ ਕਾਨੂੰਨ ਦੇ ਸਾਹਮਣੇ ਸਮਾਨਤਾ ਵਿਤਕਰੇ ਦੀ ਵਿਤਕਰਾ ਦਿਸ ਦੀ ਜਿਹੜੀ ਮਨਾਈ ਕੀਤੀ ਗਈ ਸੀ ਠੀਕ ਹੈ ਜੀ ਮੌਕੇ ਦੀ ਸਮਾਨਤਾ ਸੀ ਅਤੇ ਸ਼ੂਅ ਸ਼ੂਦ ਦੀ ਮਨਾਈ ਸੀ ਖਤਾਬਾਂ ਜਾਂ ਉਪਾਦੀਆਂ ਦੀ ਸਮਾਪਤੀ ਸੀ ਉਪਾਦੀਆਂ ਦੀ ਮਨਾਈ ਸੀ ਖਤਮ ਕਰਤਾ ਸੀ ਤਾਂ ਇਹ ਚਾਰ ਜਿਹੜੀਆਂ ਜਿਹੜੇ ਅਨੁਸ਼ੇਦ ਸੀਗੇ ਸਮਾਨਤਾ ਨਾਲ ਸੰਬੰਧਿਤ ਸੀ ਹੁਣ ਆਪਾਂ ਕਰਨਾ ਆ ਆਜ਼ਾਦੀ ਦਾ ਅਧਿਕਾਰ ਅਨੁਸ਼ੇਦ 19 ਤੋਂ ਲੈ ਕੇ 22 ਤੱਕ ਪਹਿਲਾ ਸਮਾਨਤਾ ਯਾਨੀ ਬਰਾਬਰੀ ਦਾ ਅਧਿਕਾਰ ਸੀ ਉਹਦੇ ਵਿੱਚ 4 ਸੀ 14 ਤੋਂ ਲੈ ਕੇ 18 ਤੱਕ ਅੱਗੇ ਸਵਤੰਤਰਤਾ ਆਜ਼ਾਦੀ ਦਾ 19 ਤੋਂ ਲੈ ਕੇ 22 19 20 21 22 4 ਇਹਦੇ ਚ ਆ ਠੀਕ ਹੈ ਜੀ ਕੀ ਆ ਦੇਖਦੇ ਆ ਸੰਵਿਧਾਨ ਦਾ ਜਿਹੜਾ ਆਰਟੀਕਲ 19 ਸੀ ਉਨੁਸ਼ੇਦ 19 ਸੀ ਉਹਦੇ 6 ਪ੍ਰਕਾਰ ਦੀਆਂ ਆਜ਼ਾਦੀਆਂ ਦਿੱਤੀਆਂ ਗਈਆਂ ਵਿਚਾਰ ਪ੍ਰਗਟ ਕਰਨ ਦੀ ਆਜ਼ਾਦੀ ਭਾਸ਼ਣ ਦੇਣ ਦੀ ਆਜ਼ਾਦੀ ਬਿਨਾਂ ਧਿਆਨਾਂ ਤੋਂ ਇਕੱਠੇ ਹੋਣ ਦੀ ਆਜ਼ਾਦੀ ਭਾਰਤ ਵਿੱਚ ਘੁੰਮਣ ਫਿਰਨ ਦੀ ਆਜ਼ਾਦੀ ਸੰਘ ਜਾਂ ਯੂਨੀਅਨ ਬਣਾਉਣ ਦੀ ਆਜ਼ਾਦੀ ਦੇਸ਼ ਦੇ ਕਿਸੇ ਭਾਗ ਵਿੱਚ ਨਿਵਾਸ ਸਥਾਨੋਂ ਵੱਲੋਂ ਘਰ ਬਣਾਉਣ ਦੀ ਆਜ਼ਾਦੀ ਕੋਈ ਵੀ ਕੀਤਾ ਵਪਾਰ ਧੰਦਾ ਕਰਨ ਦੀ ਆਜ਼ਾਦੀ ਇਹ 6 ਟੋਟਲ ਜਿਹੜੀਆਂ ਆ ਆਜ਼ਾਦੀਆਂ ਅਨੁਛੇਦ 19 ਦੇ ਵਿੱਚ ਦਿੱਤੀਆਂ ਗਈਆਂ ਸੀ ਅੱਗੇ ਦੇਖਦੇ ਆ ਆ ਦੇਖੋ ਜਿਹੜੀਆਂ 6 ਉਹਨੂੰ ਥੋੜਾ ਜਿਹਾ ਪਿਕਚਰਾਈਜ਼ ਕਰਕੇ ਆਪਾਂ ਦੇਖਿਆ ਆ ਦੇਖੋ ਮਾਈਕ ਫੜਿਆ ਹੋਇਆ ਤੇ ਇਹਦੇ ਵਿੱਚ ਕੀ ਆ ਜਾਂ ਪੈਨ ਫੜਿਆ ਆ ਵੀ ਤੁਸੀਂ ਕੁਝ ਵੀ ਲਿਖ ਸਕਦੇ ਆ ਕੁਝ ਵੀ ਬੋਲ ਸਕਦੇ ਆ ਪਰ ਤੁਸੀਂ ਉਹ ਨਹੀਂ ਬੋਲ ਸਕਦੇ ਜਿਹੜਾ ਦੂਜਿਆਂ ਨੂੰ ਮਾੜਾ ਲੱਗੇ ਕੋਈ ਸੁਝਾਅ ਦੇ ਸਕਦੇ ਆ ਕੋਈ ਚੰਗੀਆਂ ਗੱਲਾਂ ਲਿਖ ਸਕਦੇ ਆ ਵੀ ਇਦਾਂ ਕੀਤਾ ਜਾਵੇ ਤਾਂ ਕਿ ਸਮਾਜ ਦੇ ਵਿੱਚ ਸੁਧਾਰ ਹੋਵੇ ਠੀਕ ਹੈ ਜੀ ਇਹ ਸਾਨੂੰ ਹੈਗਾ ਵੀ ਚਾਰ ਵਿਅਕਤ ਕਰਨ ਦੀ ਆਜ਼ਾਦੀ ਆ ਦੇਖੋ ਫੋਟੋ ਬਣੀ ਹੋਈ ਹੈ ਇਹ ਇਹਦੇ ਵਿੱਚ ਹੈ ਵੀ ਇਕੱਠੇ ਹੋਣ ਦੀ ਆਜ਼ਾਦੀ ਸਾਨੂੰ ਕੋਈ ਗੱਲ ਚੰਗੀ ਨਹੀਂ ਨਾ ਲੱਗਦੀ ਸਰਕਾਰ ਦੀ ਤੇ ਅਸੀਂ ਲੋਕਾਂ ਨੂੰ ਇਕੱਠੇ ਕਰ ਸਕਦੇ ਆ ਪਰ ਬਿਨਾ ਹਥਿਆਰਾਂ ਤੋਂ ਹਥਿਆਰ ਸਾਡੇ ਕੋਲ ਨਹੀਂ ਹੋਣੇ ਚਾਹੀਦੇ ਠੀਕ ਹੈ ਜਿਹੜਾ ਜੇ ਕੋਈ ਹਥਿਆਰ ਫੜੂਗਾ ਤੇ ਉਹਨੂੰ ਸਜ਼ਾ ਮਿਲ ਸਕਦੀ ਫਿਰ ਸਾਡੀ ਧਾਰਮਿਕ ਆਜ਼ਾਦੀ ਆ ਠੀਕ ਹੈ ਜੀ ਧਾਰਮਿਕ ਨਹੀਂ ਇੱਥੇ ਗਲਤ ਹੋ ਗਿਆ ਧਾਰਮਿਕ ਦੀ ਨਹੀਂ ਗੱਲ ਹੈਗੀ ਇਹ ਹੈਗੀ ਘੁੰਮਣ ਫਿਰਨ ਦੀ ਆਜ਼ਾਦੀ ਜਿਵੇਂ ਆ ਹੈਗਾ ਕੁੱਤਬ ਮਨਾਰ ਆ ਸਾਡਾ ਹੈਗਾ ताजमहल ਆ ਲਾਲ ਕਿਲਾ ਠੀਕ ਹੈ ਇੰਡੀਆ ਗੇਟ ਇਦਾਂ ਹੋ ਸਥਾਨ ਹੈਗੇ ਯਾਨੀ ਅਸੀਂ ਦੇਸ਼ ਦੇ ਵਿੱਚ ਕਿਤੇ ਵੀ ਘੁੰਮ ਫਿਰ ਸਕਦੇ ਇਸ ਗੱਲ ਦੀ ਸਾਨੂੰ ਆਜ਼ਾਦੀ ਪ੍ਰਾਪਤ ਹੈਗੀ ਆ ਤੇ ਧਰਨੇ ਲਾਉਣ ਦੀ ਆਜ਼ਾਦੀ ਸੰਘ ਬਣਾਉਣ ਦੀ ਆਜ਼ਾਦੀ ਉਹ ਸਾਡੇ ਕਿੰਨੇ ਕਿਸਾਨ ਬੈਠੇ ਦਿੱਲੀ ਦੇਣ ਕਿਉਂ ਬੈਠੇ ਕਿਉਂਕਿ ਉਹਨਾਂ ਨੂੰ ਲੱਗਦਾ ਵੀ ਕੁਝ ਕਾਨੂੰਨ ਬਣੇ ਆ ਸਾਡੇ ਹੱਕ ਚ ਨਹੀਂ ਹੈਗੇ ਉਹਨਾਂ ਨੇ ਕਿਸਾਨ ਸੰਗ ਬਣਾਏ ਉਹ ਸੰਗ ਜਿਹੜੇ ਇਕੱਠੇ ਹੋ ਕੇ ਉੱਥੇ ਜਾ ਕੇ ਧਰਨੇ ਲਾਏ ਹੋਏ ਆ ਉਹ ਇਹ ਸਰਕਾਰ ਦੇ ਖਿਲਾਫ ਵੀ ਇਹਨੂੰ ਤੁਸੀਂ ਵਾਪਸ ਲੈ ਲਓ ਸਾਰੇ ਇਕੱਠੇ ਉੱਥੇ ਬੈਠੇ ਯਾਨੀ ਸੰਗ ਬਣਾਉਣ ਦੀ ਆਜ਼ਾਦੀ ਸੰਗ ਦਾ ਮਤਲਬ ਹੁੰਦਾ ਵੀ ਕੁਝ ਬੰਦੇ ਜੁੜ ਕੇ ਇੱਕ ਸੰਸਥਾ ਬਣਾ ਲੈਂਦੇ ਆ ਤੇ ਉਹਦੇ ਵਿੱਚ ਹੋਰ ਲੋਕਾਂ ਨੂੰ ਨਾਲ-ਨਾਲ ਜੋੜ ਦਿਆਂਦੇ ਆਪਣੀਆਂ ਗੱਲਾਂ ਉਹਨੂੰ ਦੱਸਦੇ ਵੀ ਆਹ ਗਲਤ ਹੋ ਰਿਹਾ ਆਪਾਂ ਆਹ ਠੀਕ ਕਰਨਾ ਆ ਠੀਕ ਹੈ ਜੀ ਆ ਨਿਵਾਸ ਸਥਾਨ ਜਾਂ ਘਰ ਘਰ ਇਹ ਨਹੀਂ ਵੀ ਤੁਸੀਂ ਪੰਜਾਬ ਚ ਰਹਿੰਦੇ ਹੋ ਵੀ ਤੁਸੀਂ ਜਾ ਕੇ ਜਿਹੜਾ ਹਰਿਆਣੇ ਚ ਜਾਂ ਮੱਧ ਪ੍ਰਦੇਸ਼ ਦੇ ਵਿੱਚ ਜਾਂ ਕੇਰਲ ਦੇ ਵਿੱਚ ਘਰ ਨਹੀਂ ਬਣਾ ਸਕਦੇ ਤੁਹਾਨੂੰ ਆਜ਼ਾਦੀ ਆ ਪੂਰੇ ਦੇਸ਼ ਚ ਕਿਤੇ ਵੀ ਜਾ ਕੇ ਤੁਸੀਂ ਆਪਣਾ ਨਿਵਾਸ ਸਥਾਨ ਜਾਂ ਘਰ ਬਣਾ ਸਕਦੇ ਹੋ ਠੀਕ ਹੈ ਜੀ ਕੋਈ ਵੀ ਕਿੱਤਾ ਜਾਂ ਕੰਮ ਤੰਦਾ ਠੀਕ ਹੈ ਫੈਕਟਰੀ ਲਾ ਸਕਦੇ ਹੋ ਤੁਸੀਂ ਤੁਸੀਂ ਜੇ ਜਿੰਨੀ ਤੁਹਾਡੇ ਕੋਲ ਮਾਇਆ ਹੈਗੀ ਆ ਜੇ ਘਾਟਿਆ ਤੇ ਰੇੜੀਆਂ ਲਾ ਸਕਦੇ ਹੋ ਕੋਈ ਵੀ ਕੰਮ ਦੁਕਾਨ ਖੋਲ੍ਹ ਸਕਦੇ ਹੋ ਸਵੀਟ ਸ਼ਾਪ ਖੋਲ੍ਹ ਸਕਦੇ ਹੋ ਨਾ ਪਾਰਲਰ ਖੋਲ੍ਹ ਸਕਦੇ ਹੋ ਇਹ ਆਜ਼ਾਦੀ ਆ ਸੰਵਿਧਾਨ ਦੀ ਧਾਰਾ 19 ਦੇ ਅਧੀਨ ਤੁਹਾਨੂੰ ਸਾਰਿਆਂ ਨੂੰ ਵੀ ਇਸ ਆਜ਼ਾਦੀ ਦੇ ਰਾਹੀਂ ਤੁਸੀਂ ਲੋਕ ਜਿਹੜਾ ਆ ਆਪਣੇ ਮੌਲਿਕ ਅਧਿਕਾਰ ਜਿਹੜੇ ਆ ਪ੍ਰਾਪਤ ਕਰ ਸਕਦੇ ਹੋ ਅੱਗੇ ਆ ਅਨੁਸ਼ੇਦ 20 ਤੋਂ 22 ਅਨੁਸ਼ੇਦ 19 ਹੋ ਗਿਆ ਛੇ ਤਰ੍ਹਾਂ ਦੀਆਂ ਆਜ਼ਾਦੀਆਂ ਆ ਉਹ ਸਾਰੀਆਂ ਤੁਹਾਨੂੰ ਫੋਟੋ ਦੇ ਰਾਹੀਂ ਦਿਖਾਤੀਆਂ ਕਿ ਕਿਹੜੇ ਕਿਹੜੀਆਂ ਆ ਹੁਣ ਉਹਨਾਂ ਨੂੰ ਛੇਦ 19 ਜਿਹੜਾ ਹੈਗਾ ਆਰਟੀਕਲ 19 ਉਹਦੇ ਤੇ ਵਿਅਕਤੀਗਤ ਸੁਤੰਤਰਤਾ ਦਿੱਤੀ ਗਈ ਜਾਨੀ ਇੱਕ ਵਿਅਕਤੀ ਨੂੰ ਜਿਹੜੀ ਆ ਆਜ਼ਾਦੀ ਦਿੱਤੀ ਕਿਸ ਤਰ੍ਹਾਂ ਦੀ ਜੇਕਰ ਵਿਅਕਤੀ ਨੂੰ ਕਿਸੇ ਅਜਿਹੇ ਕਾਨੂੰਨ ਦੀ ਉਲੰਘਣਾ ਕਰਨ ਸਮੇਂ ਸਜ਼ਾ ਨਹੀਂ ਦਿੱਤੀ ਜਾ ਸਕਦੀ ਜੋ ਕਾਨੂੰਨ ਉਸ ਦੇ ਅਪਰਾਧ ਸਮੇਂ ਨਹੀਂ ਸੀ ਹੁਣ ਕੀ ਹੁੰਦਾ ਦੇਖੋ ਮੰਨ ਲਓ ਕਿਸੇ ਨੇ ਅਪਰਾਧ ਕੀਤਾ ਨਾ ਕੋਈ ਚੋਰੀ ਕੀਤੀ ਆ ਕਿਸੇ ਨਾਲ ਧੋਖਾ ਕੀਤਾ ਆ ਉਸ ਵੇਲੇ ਜਿਹੜਾ ਸੀਗਾ ਕਾਨੂੰਨ ਕੋਈ ਹੋਰ ਸੀਗਾ ਮੰਨ ਲਓ 5 ਸਾਲ ਪਹਿਲਾਂ ਕੀਤਾ ਹੋਇਆ ਨਾ ਉਤ ਕੇਸ ਅੱਜ ਕੱਲ ਤੁਹਾਨੂੰ ਪਤਾ 10 10 20 20 ਸਾਲ ਤੱਕ ਚੱਲਦੇ ਰਹਿੰਦੇ ਆ ਤੇ ਜੇਕਰ ਕੋਈ ਕੇਸ ਚੱਲਦਾ ਪਿਆ ਨਾ ਤਾਂ ਉਸ ਵਿਅਕਤੀ ਨੂੰ ਸਜ਼ਾ ਉਸ ਸਮੇਂ ਦੌਰਾਨ ਜੋ ਧਾਰਾ ਸੀ ਉਸ ਸਮੇਂ ਦੌਰਾਨ ਜੋ ਅਨੁਸ਼ੇਦ ਸੀ ਆਰਟੀਕਲ ਸੀ ਉਹਦੇ ਮੁਤਾਬਕ ਹੀ ਮਿਲੂਗਾ ਕਿਉਂਕਿ 10 ਸਾਲਾਂ ਬਾਅਦ ਉਹ ਹੋ ਸਕਦਾ ਉਸ ਧਾਰਾ ਵਿੱਚ ਕੋਈ ਸੋਧ ਕਰ ਦਿੱਤੀ ਗਈ ਹੋਵੇ ਸਜ਼ਾ ਵਧਾ ਦਿੱਤੀ ਗਈ ਹੋਵੇ ਤਾਂ ਉਸ ਬੰਦੇ ਨੂੰ ਵਧੀ ਹੋਈ ਸਜ਼ਾ ਦੇ ਮੁਤਾਬਕ ਜਿਹੜੀ ਆ ਉਹ ਨਹੀਂ ਮਿਲੂਗੀ ਕਿਉਂਕਿ ਉੱਤੇ ਉਹੀ ਹੀ ਧਾਰਾ ਲਾਗੂ ਹੋਊਗੀ ਜੋ ਉਸ ਸਮੇਂ ਸੀ ਜਦੋਂ ਉਹਨੇ ਕੋਈ ਅਪਰਾਧ ਕੀਤਾ ਸੀ ਫਿਰ ਜੇਕਰ ਉਹਨੇ ਇੱਕ ਅਪਰਾਧ ਕੀਤਾ ਉਹਦੀ ਇੱਕ ਵਾਰੀ ਸਜ਼ਾ ਮਿਲ ਗਈ ਹੈ ਤੇ ਉਹਨੂੰ ਬਾਰ-ਬਾਰ ਨਹੀਂ ਮਿਲਣੀ ਤੇ ਤੀਸਰੀ ਗੱਲ ਹੈ ਵੀ ਉਹਨੂੰ ਆਪਣੇ ਖਿਲਾਫ ਕੋਈ ਵੀ ਗਵਾਹੀ ਦੇਣ ਲਈ ਮਜਬੂਰ ਨਹੀਂ ਕੀਤਾ ਜਾ ਸਕਦਾ ਠੀਕ ਹੈ ਜੀ ਇਹ ਕਿਹੜੀ ਧਾਰਾ ਆ ਧਾਰਾ ਹੈਗੀ 20 ਇਹ ਵਿਅਕਤੀ ਦੀ ਵਿਅਕਤੀਗਤ ਆਜ਼ਾਦੀ ਦੇ ਸਬੰਧ ਦੇ ਵਿੱਚ ਆ ਦੇਖੋ ਜੇਲ੍ਹ ਦੇ ਵਿੱਚ ਜੇਕਰ ਉਹ ਬੰਦ ਆ ਤੇ ਤਿੰਨ ਚੀਜ਼ਾਂ ਦਾ ਜਿਹੜਾ ਹੁੰਦਾ ਉਹ ਵਿਚਾਰ ਰੱਖਿਆ ਜਾਂਦਾ ਵੀ ਜਿਹੜਾ ਕਾਨੂੰਨ ਉਸ ਸਮੇਂ ਚੱਲਦਾ ਸੀ ਜਦੋਂ ਉਹਨੇ ਉਹਪਰਾਧ ਕੀਤਾ ਸੀ ਉਹਦੇ ਅਧੀਨ ਹੀ ਸਜ਼ਾ ਹੋਊਗੀ ਫਿਰ ਦੂਜੀ ਗੱਲ ਆ ਵੀ ਉਹਨੂੰ ਮਜਬੂਰ ਨਹੀਂ ਕੀਤਾ ਜਾਊਗਾ ਆਪਣੇ ਖਿਲਾਫ ਜਿਹੜਾ ਆ ਅ ਕਿਸੇ ਤਰ੍ਹਾਂ ਦੀ ਕੋਈ ਗਵਾਹੀ ਦੇਣ ਦੇ ਤੇ ਇੱਕ ਗੱਲ ਹੋਰ ਰਹਿ ਗਈ ਆ ਉਹ ਸਿੱਗੀ ਵੀ ਉਹਨੂੰ ਉਸ ਜਿਹੜੀ ਵੀ ਗੱਲ ਉਹਨੇ ਕੀਤਾ ਅਪਰਾਧ ਕੀਤਾ ਉਹਦੇ ਮੁਤਾਬਕ ਦੁਬਾਰਾ ਸਜ਼ਾ ਨਹੀਂ ਦਿੱਤੀ ਜਾਊਗੀ ਜੇਕਰ ਇੱਕ ਵਾਰੀ ਸਜ਼ਾ ਹੋ ਗਈ ਹੈ ਤਾਂ ਅਗਲੀ ਵਾਰੀ ਸਜ਼ਾ ਉਹਨੂੰ ਨਹੀਂ ਹੋਊਗੀ ਤੱਗੇ ਆਨੁਛੇਦ 21 ਆਪਾਂ ਗੱਲ ਕਰਦੇ ਆ ਆਜ਼ਾਦੀ ਦੇ ਅਧਿਕਾਰ ਦੀ ਇਹਦੇ ਵਿੱਚ ਵਿਵਸਥਾ ਵੀ ਕਾਨੂੰਨ ਦੁਆਰਾ ਸਥਾਪਿਤ ਵਿਧੀ ਤੋਂ ਬਿਨਾਂ ਕਿਸੇ ਵੀ ਵਿਅਕਤੀ ਨੂੰ ਉਸ ਦੇ ਜੀਵਨ ਅਤੇ ਵਿਅਕਤੀਗਤ ਸੁਤੰਤਰਤਾ ਤੋਂ ਵਾਂਝਿਆ ਨਹੀਂ ਕੀਤਾ ਜਾ ਜੀਵਨ ਮਤਲਬ ਉਹਦੀ ਜ਼ਿੰਦਗੀ ਜੇਕਰ ਕਾਨੂੰਨ ਨੇ ਸਜ਼ਾ ਦਿੱਤੀ ਹੈ ਫਾਂਸੀ ਦੀ ਫੇਰ ਉਹਨੂੰ ਉਹਦਾ ਜੀਵਨ ਉੱਤੋਂ ਲਿਆ ਜਾ ਸਕਦਾ ਨਹੀਂ ਤਾਂ ਨਹੀਂ ਇਹ ਸਵਿਧਾਨ ਦਾ ਅਨੁਛੇਦ 21 ਆ ਹੁਣ 21ਏ ਇਹ ਨਵਾਂ ਐਡ ਕੀਤਾ ਗਿਆ 86ਵੀਂ ਸੋਧ ਕਰਕੇ 2002 ਦੇ ਵਿੱਚ ਨਾਗਰਿਕਾਂ ਨੂੰ ਮੁਫਤ ਤੇ ਜ਼ਰੂਰੀ ਸਿੱਖਿਆ ਦਾ ਅਧਿਕਾਰ ਦਿੱਤਾ ਗਿਆ ਜੇ 6 ਤੋਂ 14 ਸਾਲ ਦੇ ਬੱਚਿਆਂ ਨੂੰ ਮੁਫਤ ਫ੍ਰੀ ਤੇ ਕੰਪਲਸਰੀ ਐਜੂਕੇਸ਼ਨ ਹੁਣ ਸਕੂਲਾਂ ਦੇ ਵਿੱਚ ਦੇਖੋ 6 ਤੋਂ 14 14 ਸਾਲ ਜਿਹੜਾ 8ਵੀਂ ਕਲਾਸ ਤੱਕ ਦਾ ਬੱਚਾ ਜਾਂਦਾ ਸਰਕਾਰੀ ਸਕੂਲਾਂ ਦੇ ਵਿੱਚ ਸਾਰੇ ਬੱਚਿਆਂ ਨੂੰ ਫ੍ਰੀ ਦੇ ਵਿੱਚ ਕੋਈ ਫੀਸ ਨਹੀਂ ਲਈ ਜਾਂਦੀ ਤੇ ਮੁਫਤ ਵਿੱਚ ਕਿਤਾਬਾਂ ਦਿੱਤੀ ਜਾਂਦੀਆਂ ਵਾਧੀਆਂ ਦਿੱਤੀਆਂ ਜਾਂਦੀਆਂ ਖਾਣਾ ਦਿੱਤਾ ਜਾਂਦਾ ਇਹ ਸਰਕਾਰ ਦੀ ਜ਼ਿੰਮੇਵਾਰੀ ਇਸ ਕਰਕੇ ਜਿਹੜਾ ਇਹ ਕਾਨੂੰਨ ਬਣਿਆ ਸੀ ਤਾਂ ਕਰਕੇ ਸੂਝਦਾਰਾਂ ਲੋਕਾਂ ਨੂੰ ਕਿ ਜਨਨੀਆਂ ਬੱਚਿਆਂ ਨੂੰ ਦਿੱਤੇ ਜਾਂਦੀਆਂ ਠੀਕ ਹੈ ਜੀ ਆ ਦੇਖੋ ਰਾਈਟ ਆਫ ਚਿਲड्रन ਫ੍ਰੀ ਐਂਡ ਕੰਪਲਸਰੀ ਐਜੂਕੇਸ਼ਨ ਅੱਗੇ ਆਜ਼ਾਦੀ ਦੇ ਅਧਿਕਾਰ ਵਿੱਚ ਲਾਸਟ ਅਧਿਕਾਰ ਹੈਗਾ ਕੈਦੀਆਂ ਸੰਬੰਧੀ ਇਹ ਅਧਿਕਾਰ ਦਿੱਤੇ ਆ ਕਿਸੇ ਵੀ ਵਿਅਕਤੀ ਨੂੰ ਉਸ ਦੇ ਅਪਰਾਧ ਤੋਂ ਜਾਣੂ ਕਰਵਾਏ ਬਿਨਾ ਕੈਦ ਨਹੀਂ ਕੀਤਾ ਜਾਵੇਗਾ ਤੇ 24 ਘੰਟੇ ਦੇ ਅੰਦਰ ਅੰਦਰ ਉਹਨੂੰ ਜਿਹੜਾ ਆ ਜੱਜ ਦੇ ਸਾਹਮਣੇ ਪੇਸ਼ ਕੀਤਾ ਜਾਊਗਾ ਤੇ ਅਦਾਲਤ ਦੀ ਅਗਿਆ ਤੋਂ ਬਿਨਾ ਕਿਸੇ ਦੋਸ਼ੀ ਨੂੰ 24 ਘੰਟਿਆਂ ਤੋਂ ਵੱਧ ਸਮੇਂ ਦੀ ਕੈਦ ਨਹੀਂ ਰੱਖਿਆ ਜਾ ਸਕਦਾ ਜੇਕਰ ਕੋਈ ਬੰਦਾ ਐਸਾ ਨਾ ਜਿਹਨੂੰ ਫੜਿਆ ਗਿਆ ਤੇ 24 ਘੰਟੇ ਤੱਕ ਉਹਨੂੰ ਪੇਸ਼ ਨਹੀਂ ਕੀਤਾ ਤੇ ਉਹਨੂੰ ਛੱਡਣਾ ਪੈਣਾ ਨਹੀਂ ਤਾਂ 24 ਘੰਟੇ ਦੇ ਅੰਦਰ-ਅੰਦਰ ਉਹਨੂੰ ਜੱਜ ਦੇ ਕੋਲ ਪੇਸ਼ ਕੀਤਾ ਜਾਣਾ ਇਹ ਜਿਹੜੀ ਹੈ ਵਿਅਕਤੀ ਨੂੰ ਅਧਿਕਾਰ ਦਿੱਤਾ ਗਿਆ ਅਨੁਸ਼ੇਦ 22 ਦੇ ਅਧੀਨ ਸੋ ਇਹ ਅਧਿਕਾਰ ਸੀਗੇ ਸਾਡੇ ਆਜ਼ਾਦੀ ਦੇ ਅਧਿਕਾਰ ਠੀਕ ਹੈ ਬੱਚਿਓ ਹੁਣ ਬਰਾਬਰੀ ਦਾ ਅਧਿਕਾਰ ਸਮਾਨਤਾ ਦਾ ਅਧਿਕਾਰ ਵੀ ਹੋ ਗਿਆ ਫੋਂ ਦੂਜੀ ਗੱਲ ਸਾਡਾ ਸਵਤੰਤਰਤਾ ਦਾ ਆਜ਼ਾਦੀ ਦਾ ਅਧਿਕਾਰ ਵੀ ਹੋ ਗਿਆ ਪਿਆਰੇ ਬੱਚਿਓ ਆਪਣਾ ਅਗਲਾ ਅਨੁਸ਼ੇਦ ਹੈ ਅਨੁਸ਼ੇਦ 23 ਇਹ ਹੈ ਸ਼ੋਸ਼ਣ ਦੇ ਵਿਰੁੱਧ ਅਧਿਕਾਰ ਤਾਂ ਜੋ ਸ਼ੋਸ਼ਣ ਸ਼ਬਦ ਤੋਂ ਭਾਵੇਂ ਆ ਵੀ ਕਿਸੇ ਦੀ ਲੁੱਟ ਖਸੂਟ ਕਰਨੀ ਕਿਸੇ ਤੇ ਅਤਿਆਗਿਆਰ ਕਰਨਾ ਤੇ ਇਹਦੇ ਵਿਰੁੱਧ ਸਾਨੂੰ ਦੋ ਅਧਿਕਾਰ ਮਿਲਦੇ ਆ ਅਨੁਸ਼ੇਦ 23 ਤੇ ਅਨੁਸ਼ੇਦ 24 ਤਾਂ 23 ਦੇ ਵਿੱਚ ਕੀ ਆ ਆਪਾਂ ਦੇਖਦੇ ਹਾਂ ਹਰ ਕਿਸਮ ਦੀ ਬੰਦੂਆ ਮਜ਼ਦੂਰੀ ਬੰਦੂਆ ਮਜ਼ਦੂਰੀ ਹੁੰਦੀ ਜਦੋਂ ਆਪਾਂ ਜ਼ਬਰਦਸਤੀ ਕਿਸੇ ਤੋਂ ਕੰਮ ਕਰਾਉਂਦੇ ਆ ਬੇਗਾਰ ਬੇਗਾਧਾ ਮਤਲਬ ਬਿਨਾਂ ਪੈਸਿਆਂ ਤੋਂ ਆਪਾਂ ਜੇ ਕਿਸੇ ਤੋਂ ਕੰਮ ਕਰਾਈਏ ਤੇ ਮਨੁੱਖਾਂ ਦੇ ਵਪਾਰ ਨੂੰ ਰੋਕਦਾ ਮਨੁੱਖਾਂ ਦੇ ਵਪਾਰ ਕੀ ਆ ਇਹਦੇ ਵਿੱਚ ਕੀ ਹੁੰਦਾ ਵੀ ਕੁਝ ਲੋਕ ਜਿਹੜੇ ਆ ਕੁਝ ਲੋਕਾਂ ਕੁਝ ਲੋਕ ਜਿਹੜੇ ਆਪਣੇ ਅਧੀਨ ਲੋਕਾਂ ਨੂੰ ਵੇਚ ਦਿੰਦੇ ਆ ਪਹਿਲਾਂ 10 ਪ੍ਰਥਾ ਚੱਲਦੀ ਹੁੰਦੀ ਸੀਗੀ ਹੁਣ ਤਾਂ ਖੈਰ ਇਦਾਂ ਦੀ ਸਿਚੁਏਸ਼ਨ ਕਿਤੇ ਵੀ ਨਹੀਂ ਹੋਣੀ ਪਹਿਲਾਂ ਕੀ ਹੁੰਦਾ ਸੀਗਾ ਵੀ ਰਾਜੇ ਜਦੋਂ ਕਿਸੇ ਇਲਾਕੇ ਨੂੰ ਜਿੱਤ ਲੈਂਦੇ ਸੀ ਉੱਥੋਂ ਦੇ ਲੋਕਾਂ ਨੂੰ ਜਿਹੜੇ ਸੀ ਉਹ ਕੈਦ ਕਰ ਲੈਂਦੇ ਸੀ ਫਿਰ ਉਹਨੂੰ ਬਾਜ਼ਾਰ ਦੇ ਵਿੱਚ ਮੰਡੀਆਂ ਦੇ ਵਿੱਚ ਉਹਨਾਂ ਨੂੰ ਵੇਚਿਆ ਜਾਂਦਾ ਸੀ ਤਾਂ ਉਹਨੂੰ ਆਪਾਂ ਕਹਿੰਦੇ ਸੀ ਮਨੁੱਖਾਂ ਦਾ ਵਪਾਰ ਇਹਨਾਂ ਥਾਵਾਂ ਨੂੰ ਅਮਲ ਵਿੱਚ ਲਿਆਉਣਾ ਇੱਕ ਕਾਨੂੰਨੀ ਅਪਰਾਧ ਹੈ। ਯਾਨੀ ਇਦਾਂ ਦੀ ਜੇਕਰ ਅਪ ਕੋਈ ਕੰਮ ਕਰਦੇ ਆ ਤਾਂ ਉਹ ਕਾਨੂੰਨੀ ਅਪਰਾਧ ਆ। ਕਾਨੂੰਨ ਅਨਸਾਰ ਇਹਨਾਂ ਅਪਰਾਧਾਂ ਦੀ ਸਜ਼ਾ ਵੀ ਦਿੱਤੀ ਜਾਂਦੀ ਹੈ ਜਨਤਕ ਉਦੇਸ਼ਾਂ ਲਈ ਰਾਜ ਵਿਅਕਤੀਆਂ ਕੋਲੋਂ ਜ਼ਰੂਰੀ ਸੇਵਾਵਾਂ ਲੈ ਸਕਦਾ ਹੈ ਪਰ ਅਜਿਹਾ ਕਰਦੇ ਸਮੇਂ ਕਿਸੇ ਵੀ ਵਿਅਕਤੀ ਨਾਲ ਧਰਮ ਜਾਤੀ ਲਿੰਗ ਜਨਮ ਸਥਾਨ ਦੇ ਆਧਾਰ ਤੇ ਵਿਤਕਰਾਨੇ ਕੀਤਾ ਜਾ ਸਕਦਾ। ਕਈ ਵਾਰੀ ਦੇਸ਼ ਦੇ ਹਾਲਾਤ ਜਿਹੜੇ ਜਿਆਦਾ ਠੀਕ ਨਹੀਂ ਹੁੰਦੇ ਜਾਂ ਕੁਝ ਗਰਬੜ ਹੁੰਦੀ ਆ ਤਾਂ ਉਸ ਹਾਲਾਤ ਹਾਲਤ ਦੇ ਵਿੱਚ ਜਿਹੜਾ ਆ ਲੋਕਾਂ ਤੋਂ ਕੰਮ ਲਏ ਜਾ ਸਕਦੇ ਆ ਜ਼ਬਰਦਸਤੀ ਵੀ ਤੁਸੀਂ ਆ ਕੰਮ ਕਰਨਾ ਆ ਉਹ ਵੀ ਤਾਂ ਜੇਕਰ ਆਪਾਂ ਦੇਸ਼ ਦੇ ਲਈ ਕੁਝ ਕਰਨਾ ਹੋਵੇ ਜਾਂ ਦੇਸ਼ ਜੇ ਕੋਈ ਸਾਡਾ ਮੁਸੀਬਤ ਦੇ ਵਿੱਚ ਹੋਵੇ ਤਾਂ ਫਿਰ ਜਿਹੜਾ ਆ ਉਹਨਾਂ ਲੋਕਾਂ ਤੋਂ ਜ਼ਬਰਦਸਤੀ ਕੰਮ ਕਰਾਇਆ ਜਾ ਸਕਦਾ ਪਰ ਇਸ ਇਦਾਂ ਕਰਦੇ ਹੋਏ ਕਿਸੇ ਦੇ ਨਾਲ ਵੀ ਕੋਈ ਵਿਤਕਰਾ ਨਹੀਂ ਕੀਤਾ ਜਾਣਾ ਚਾਹੀਦਾ ਇਹ ਆ ਅਨੁਛੇਦ 23 शोषण ਦੇ ਅਧਿਕਾਰ ਆ ਦੇਖੋ ਵਿੱਚ ਫੋਟੋ ਤੁਸੀਂ ਦੇਖੋਗੇ ਇਹਦੇ ਵਿੱਚ ਆ ਲੋਕਾਂ ਨੂੰ ਜ਼ਬਰਦਸਤੀ ਕੰਮ ਕਰਾਇਆ ਜਾਂਦਾ ਆ ਉਹਨਾਂ ਨੂੰ ਬੰਨ ਕੇ ਰੱਖਿਆ ਜਾਂਦਾ ਸੀ ਖਾਣ ਨੂੰ ਵੀ ਬਹੁਤ ਘੱਟ ਦਿੱਤਾ ਜਾਂਦਾ ਸੀਗਾ ਤੇ ਆ ਦੇਖੋ ਲੋਕ ਕੰਮ ਕਰਦੇ ਪਏ ਨੇ ਸ਼ੋਸ਼ਣ ਦੇ ਵਿਰੁੱਧ ਅਧਿਕਾਰ ਦੇ ਵਿੱਚ ਇੱਕ ਅਧਿਕਾਰ ਹੋ ਰਿਹਾ ਅਨੁਛੇਦ 24 ਚ ਆਉਂਦਾ ਉਹ ਇਦੇ ਵਿੱਚ ਇਹ ਵੀ ਜਿਹੜੇ 14 ਸਾਲ ਤੋਂ ਘੱਟ ਉਮਰ ਦੇ ਬੱਚੇ ਆ ਉਹਨਾਂ ਤੋਂ ਫੈਕਟਰੀਆਂ ਵਿੱਚ ਘਰਾਂ ਵਿੱਚ ਜਾਂ ਦੁਕਾਨਾਂ 'ਤੇ ਕੰਮ ਕਰਾਉਣ ਦੀ ਮਨਾਹੀ ਹੈ। ਅਕਸਰ ਆਪਾਂ ਦੇਖਦੇ ਹਾਂ ਛੋਟੇ-ਛੋਟੇ ਬੱਚੇ ਜਿਹੜੇ ਆ ਢਾਬਿਆਂ ਦੇ ਉੱਤੇ ਜਾਂ ਚਾਹ ਦੀ ਦੁਕਾਨ ਦੇ ਉੱਤੇ ਕੰਮ 'ਤੇ ਲੱਗੇ ਹੁੰਦੇ ਆ ਉਹ ਜਿਹੜਾ ਇੱਕ ਅਪਰਾਧ ਆ। ਆ ਦੇਖੋ ਛੋਟੇ ਬੱਚਿਆਂ ਤੋਂ ਕੰਮ ਕਰਾਇਆ ਜਾਂਦਾ। ਕਈ ਵਾਰੀ ਮਾਂ ਪਿਓ ਕੰਮ 'ਤੇ ਲੱਗੇ ਹੁੰਦੇ ਤਾਂ ਛੋਟੇ ਬੱਚਿਆਂ ਨੂੰ ਵੀ ਨਾਲ ਲਵਾਇਆ ਜਾਂਦਾ ਹੈ ਨਾ। ਤੇ ਇਹ ਜਿਹੜਾ ਕਾਨੂੰਨੀ ਅਪਰਾਧ ਹੈ ਇਦਾਂ ਦੇ ਹੀ ਦੇਖਿਆ ਹਣਾ ਇਦਾਂ ਦੇ ਹਾਲਾਤ। ਪੇ ਠਾਬਿਆਂ ਦੇ ਉੱਤੇ ਜਾਂ ਚਾਹ ਦੀ ਦੁਕਾਨਾਂ ਤੇ ਬੱਚੇ ਕੰਮ ਕਰਦੇ ਆ ਤਾਂ ਜੇਕਰ ਇਦਾਂ ਦੀ ਕੋਈ ਸਥਿਤੀ ਹੈਗੀ ਇਸ ਸਥਿਤੀ ਵਿੱਚ ਜਿਹੜਾ ਬੰਦਾ ਇਹਨਾਂ ਤੋਂ ਕੰਮ ਕਰਾਉਂਦਾ ਤਾਂ ਉਸ ਬੰਦੇ ਨੂੰ ਸਜ਼ਾ ਦਿੱਤੀ ਜਾ ਸਕਦੀ ਹੈ ਤਾਂ ਦੋ ਅਧਿਕਾਰ ਸੀਗੇ ਅ ਸ਼ੋਸ਼ਣ ਦੇ ਵਿਰੁੱਧ ਅਧਿਕਾਰ ਹੁਣ ਅੱਗੇ ਆ ਧਾਰਮਿਕ ਆਜ਼ਾਦੀ ਦਾ ਅਧਿਕਾਰ 25 ਤੋਂ 28 ਆਪਾਂ ਜਿਹੜੇ ਅਨੁਛੇਦ ਇਹ ਬੱਚੋ ਆਰਟੀਕਲ ਜਿਹੜੇ ਆ ਉਹ ਯਾਦ ਰੱਖਣੇ ਆ ਵੀ 25 ਚ ਕੀ ਸੀ 26 ਚ ਕੀ ਸੀ 24 ਚ ਕੀ ਸੀ ਤੇ ਫਿਰ ਜਿਹੜਾ ਆ ਸਾਡੀ ਜਿਹੜੀ ਐ एनटीਐਸਸੀ ਦੀ ਤਿਆਰੀ ਵਧੀਆ ਹੋ ਸਕਦੀ ਹੈ। ਅਨੁਸ਼ੇਦ 25 ਦੇ ਵਿੱਚ ਕੀ ਆ? ਸਾਰੇ ਵਿਅਕਤੀਆਂ ਨੂੰ ਕੋਈ ਵੀ ਧਰਮ ਅਪਣਾਉਣ, ਵਿਸ਼ਵਾਸ ਜਾਂ ਉਪਾਸਨਾ ਕਰਨ ਦੀ ਆਜ਼ਾਦੀ ਪ੍ਰਦਾਨ ਕਰਦਾ ਹੈ। ਇਹ ਅਧਿਕਾਰ ਭਾਰਤ ਦੇ ਸੰਵਿਧਾਨ ਦੀ ਪ੍ਰਸਤਾਵਨਾ ਵਿੱਚ ਦਿੱਤੇ ਗਏ ਭਾਰਤ ਦੇ ਧਰਮ ਨਿਰਪੱਖ ਹੋਣ ਦੇ ਉਦੇਸ਼ ਨੂੰ ਪੂਰਾ ਕਰਨ ਲਈ ਦਿੱਤਾ ਹੈ। ਧਾਰਮਿਕ ਆਜ਼ਾਦੀ ਦਾ ਅਧਿਕਾਰ ਭਾਰਤ ਵਿੱਚ ਰਹਿ ਰਹੇ ਵਿਦੇਸ਼ੀਆਂ ਨੂੰ ਵੀ ਸਮਾਨ ਰੂਪ ਵਿੱਚ ਪ੍ਰਾਪਤ ਹੈ। ਹੁਣ ਧਾਰਮਿਕ ਆਜ਼ਾਦੀ ਧਰਮ ਸ਼ਬਦ ਸਾਨੂੰ ਸਾਰਿਆਂ ਨੂੰ ਪਤਾ ਹੈ ਧਰਮ ਕੀ ਹੈ ਕਿਉਂਕਿ ਤੁਸੀਂ ਹਰ ਇੱਕ ਬੱਚਾ ਕਿਸ ਨਾ ਕਿਸੇ ਧਰਮ ਨਾਲ ਜੁੜਿਆ ਹੋਇਆ ਕੋਈ Hindu ਆ ਕੋਈ Sikh ਆ ਕੋਈ Musalman ਹੈ ਨਾ ਤਾਂ ਧਰਮ ਦੇ ਸਬੰਧ ਵਿੱਚ ਸਾਡਾ ਦੇਸ਼ ਕਿਸੇ ਤਰ੍ਹਾਂ ਦਾ ਕੋਈ ਆਦੇਸ਼ ਨਹੀਂ ਜਾਰੀ ਕਰਦਾ ਕਿਉਂਕਿ ਸਾਡਾ ਦੇਸ਼ ਜਿਹੜਾ ਆ ਉਹ ਧਰਮ ਨਿਰਪੱਖ ਰਾਜ ਆ ਯਾਨੀ ਸਾਡੇ ਦੇਸ਼ ਦਾ ਕੋਈ ਆਪਣਾ ਧਰਮ ਨਹੀਂ ਹੈਗਾ ਤਾਂ ਕੋਈ ਵੀ ਵਿਅਕਤੀ ਕਿਸੇ ਵੀ ਧਰਮ ਨੂੰ ਅਪਣਾ ਸਕਦਾ ਆ ਉਸ ਦੇ ਵਿੱਚ ਵਿਸ਼ਵਾਸ ਰੱਖ ਸਕਦਾ ਆ ਆਪਣੀ ਪੂਜਾ ਪ੍ਰਾਰਥਨਾ ਕਰ ਸਕਦਾ ਹੈ ਕਿਸੇ ਨੂੰ ਵੀ ਕੋਈ ਬੰਦਾ ਕਿਸੇ ਵੀ ਧਰਮ ਨੂੰ ਅਪਣਾਉਣ ਤੋਂ ਰੋਕ ਨਹੀਂ ਸਕਦਾ ਇਹ ਆ ਅਨੁਸ਼ੇਦ 25 ਧਾਰਮਿਕ ਆਜ਼ਾਦੀ ਦੇ ਅਧਿਕਾਰ ਦੇ ਵਿੱਚ ਆ ਦੇਖੋ ਤੁਸੀਂ ਦੇਖਿਆ ਹੋਣਾ ਕਿ ਕਿੰਨੇ ਤਰ੍ਹਾਂ ਦੇ ਮੰਦਰ ਗੁਰਦੁਆਰੇ ਜਾਂ ਹੋਰ ਸੰਸਥਾਵਾਂ ਸਾਡੇ ਦੇਸ਼ 'ਚ ਮਿਲਦੀਆਂ ਆ ਤਾਂ ਇਹਨਾਂ ਸਾਰਿਆਂ ਦੇ ਵਿੱਚ ਜਿਹੜਾ ਬੰਦਾ ਜਿੱਥੇ ਵੀ ਜਾਵੇ ਉੱਥੇ ਜਾ ਸਕਦਾ ਭਾਵੇਂ ਚਰਚ ਆ ਭਾਵੇਂ ਮਸਜਿਦ ਆ ਭਾਵੇਂ ਗੁਰਦੁਆਰਾ ਆ ਤਾਂ ਇਹਨਾਂ ਸਥਾਨਾਂ ਤੇ ਅਸੀਂ ਜਾ ਸਕਦੇ ਆ ਆਪਣੇ ਧਰਮ ਦੇ ਵਿੱਚ ਵਿਸ਼ਵਾਸ ਰੱਖ ਸਕਦੇ ਹਾਂ ਤੇ ਇਹ ਸਾਡਾ ਧਾਰਮਿਕ ਆਜ਼ਾਦੀ ਦਾ ਅਧਿਕਾਰ ਆ ਅੱਗੇ ਅਨੁਛੇਦ 26 ਆ ਇਹ ਵੀ ਧਾਰਮਿਕ ਸੁਤੰਤਰਤਾ ਦਾ ਅਧਿਕਾਰ ਦੇ ਵਿੱਚ ਹੀ ਆਉਂਦਾ ਲੋਕਾਂ ਨੂੰ ਆਪਣੇ ਧਰਮ ਦਾ ਪ੍ਰਚਾਰ ਕਰਨ ਹੁਣ ਇੱਕ ਤਾਂ ਹੋ ਗਿਆ ਵੀ ਆਪਾਂ ਮੰਨਦੇ ਆ ਨਾ ਧਰਮ ਨੂੰ ਜਿਵੇਂ ਆਪਾਂ ਗੁਰਦੁਆਰੇ ਚੱਲ ਕੇ ਮੱਥਾ ਟੇਕ ਕੇ ਆ ਗਏ ਨਾ ਹੁਣ ਦੂਜੀ ਗੱਲ ਹੈ ਵੀ ਜੇ ਅਸੀਂ ਚਾਹੁੰਦੇ ਆ ਵੀ ਅਸੀਂ ਆਪਣੇ ਧਰਮ ਦਾ ਫੈਲਾਕ ਰਹੀਏ ਹੋਰ ਲੋਕਾਂ ਤੱਕ ਆਪਣੇ ਧਰਮ ਨੂੰ ਪਹੁੰਚਾਈਏ ਹੋਰ ਪ੍ਰਚਾਰ ਕਰੀਏ ਜਾਂ ਧਾਰਮਿਕ ਸੰਸਥਾਵਾਂ ਸਥਾਪਿਤ ਕਰਨ ਜਾਂ ਜਿਵੇਂ ਗੁਰਦੁਆਰੇ ਬਣੇ ਹੋਏ ਆ ਇੱਕ ਗੁਰਦੁਆਰਾ ਹੋਰ ਬਣਾ ਦਈਏ ਜਾਂ ਕੋਈ ਹੋਰ ਸੰਸਥਾ ਜਿਹੜੀ ਧਰਮ ਦੇ ਨਾਲ ਸੰਬੰਧਤ ਹੈਗੀ ਆ ਉਹ ਬਣਾਈਏ ਉਸ ਵਿੱਚ ਅਚਲ ਜਾਂ ਅਚਲ ਸੰਪਤੀ ਰੱਖਣ ਉਸ ਦਾ ਪ੍ਰਬੰਧ ਕਰਨ ਦੀ ਆਜ਼ਾਦੀ ਦਿੰਦਾ ਹੈ ਮਤਲਬ ਜੇਕਰ ਅਸੀਂ ਧਾਰਮਿਕ ਮਾਮਲਿਆਂ ਦੇ ਵਿੱਚ ਪ੍ਰਚਾਰ ਕਰਨਾ ਚਾਹੁੰਦੇ ਆ ਪ੍ਰਸਾਰ ਕਰਨਾ ਚਾਹੁੰਦੇ ਆ ਉਹਦਾ ਫਲਾ ਕਰਨਾ ਚਾਹੁੰਦੇ ਆ ਉਦਨ ਸੰਬੰਧਿਤ ਕੋਈ ਸੰਸਥਾਵਾਂ ਬਣਾਉਣਾ ਚਾਹੁੰਦੇ ਆ ਤੇ ਸਾਨੂੰ ਜੜਾਇਆ ਕੋਈ ਰੋਕ ਟੋਕ ਨਹੀਂ ਹੈਗੀ ਪਰ ਉਹਦੇ ਵਿੱਚ ਇਹ ਹੈ ਵੀ ਅਸੀਂ ਕਿਸੇ ਹੋਰ ਧਰਮ ਨੂੰ ਜੜਾ ਠੇਸ ਨਾ ਪਹਚਾਈਏ ਪਰ ਇਸ ਦੇ ਨਾਲ ਨਾਲ ਜਨਤਕ ਵਿਵਸਥਾ ਸੇਤ ਅਤੇ ਨੈਤਿਕਤਾ ਦਾ ਖਿਆਲ ਰੱਖਣਾ ਵੀ ਜ਼ਰੂਰੀ ਹੈ ਇਹ ਹੈਗਾ ਸਾਡਾ ਅਨੁਛੇਦ 26 ਤੁਸੀਂ ਆ ਦੇਖੋ ਧਾਰਮਿਕ ਜਗ੍ਹਾਵਾਂ ਦੇ ਉੱਤੇ ਕਿੰਨਾ ਕਿੰਨਾ ਇਕੱਠ ਹੁੰਦਾ satsang ਦੇ ਵਿੱਚ ਜਾਂ ਕਿੱਥੇ ਲੋਕ ਜਿਹੜੇ ਜਿੱਥੇ ਚੀਜ਼ ਨੂੰ ਮੰਨਦੇ ਵਿਸ਼ਵਾਸ ਕਰਦੇ ਆ ਅੱਗੇ ਅਨੁਛੇਦ 27 ਆ ਇਦੇ ਇਦਿ ਇੰਨ ਧਰਮ ਦੇ ਨਾਂ ਤੇ ਚੰਦਾ ਲੈਣ ਚੰਦਾ ਲੈਣ ਮਤਲਬ ਡੋਨੇਸ਼ਨ ਲੈਣ ਪੈਸੇ ਇਕੱਠੇ ਕਰਨ ਦੇ ਕਿਉਂਕਿ ਕੋਈ ਵੀ ਕੰਮ ਹੈ ਪੈਸਿਆਂ ਤੋਂ ਬਿਨਾਂ ਨਹੀਂ ਹੋ ਸਕਦਾ ਜੇਕਰ ਸਾਡੇ ਕੋਲ ਪੈਸੇ ਹੋਣਗੇ ਤਾਂ ਹੀ ਅਸੀਂ ਸੰਸਥਾ ਬਣਾ ਸਕਦੇ ਹਾਂ ਕੋਈ ਮੰਦਿਰ ਗੁਰਦੁਆਰਾ ਬਣਾ ਸਕਦੇ ਹਾਂ ਪੈਸੇ ਇਕੱਠੇ ਕਰਨ ਜਨਨੀ ਧਰਮ ਦੇ ਨਾਂ ਤੇ ਪੈਸੇ ਲੈਣ ਦੀ ਮਨਾਈ ਕਰਦਾ ਹੈ ਠੀਕ ਹੈ ਕਿਸੇ ਵੀ ਵਿਅਕਤੀ ਕੋਲ ਕੋਈ ਵੀ ਧਾਰਮਿਕ ਸੰਸਥਾ ਜ਼ਬਰਦਸਤੀ ਉਗराई ਨਹੀਂ ਕਰ ਸਕਦੀ ਹੁਣ ਇਹ ਨਹੀਂ ਹੈਗਾ ਵੀ ਜੇਕਰ ਸਾਡੇ ਦੇਸ਼ ਦੇ ਵਿੱਚ ਹਿੰਦੂ ਧਰਮ ਦੇ ਲੋਕ ਜ਼ਿਆਦਾ ਹੈਗੇ ਆ ਤਾਂ ਉਹ ਧੱਕੇ ਦੇ ਨਾਲ ਬਾਕੀ ਧਰਮ ਦੇ ਲੋਕਾਂ ਕੋਲੋਂ ਪੈਸੇ ਇਕੱਠੇ ਕਰਨ ਵੀ ਨਹੀਂ ਅਸੀਂ ਆਪਣਾ ਕੋਈ ਸੰਸਥਾ ਬਣਾਉਣੀ ਕੋਈ ਗੁਰਦੁਆਰਾ ਮੰਦਿਰ ਬਣਾਉਣਾ ਹੈ ਤੇ ਤੁਸੀਂ ਪੈਸੇ ਦਿਓ ਇਦਾਂ ਨਹੀਂ ਹੋ ਸਕਦਾ ਜੇਕਰ ਵਿਅਕਤੀ ਦੀ ਆਪਣੀ ਇੱਛਾ ਆ ਤਾਂ ਹੀ ਜਿਹੜਾ ਹੈ ਉਹਦੇ ਕੋਲ ਚੰਦਾ ਜਾਂ ਦਾਨ ਲਿਆ ਜਾ ਸਕਦਾ ਆ ਅਨੁਸ਼ੇਦ 28 ਅਧੀਨ ਵਿਦਿਅਕ ਸੰਸਥਾਵਾਂ ਵਿੱਚ ਧਾਰਮਿਕ ਸਿੱਖਿਆ ਦੇਣ ਦੀ ਮਨਾਹੀ ਕੀਤੀ ਗਈ ਹੁਣ 27 ਜਿਹੜਾ ਸੀ ਉਹਦੇ ਚ ਆਪਾਂ ਮਤਲਬ ਕਿ ਡੋਨੇਸ਼ਨ ਲੈਣ ਦੀ ਸਾਨੂੰ ਮਤਲਬ ਕਿ ਜੇ ਅਸੀਂ ਨਹੀਂ ਦੇਣਾ ਚਾਹੁੰਦੇ ਤੇ ਉਦਾਂ ਦਾ ਤੁਸੀਂ ਜਿੱਥੋਂ ਮਰਜ਼ੀ ਜਿਹੜਾ ਆ ਪੈਸੇ ਇਕੱਠੇ ਕਰ ਸਕਦੇ ਆ ਆਪਾਂ ਦੇਖਦੇ ਆ ਕੋਈ ਵੀ ਆਪਾਂ ਪ੍ਰੋਗਰਾਮ ਕਰਨਾ ਹੋਵੇ ਤੇ ਲੋਕ ਜਿਵੇਂ ਕੋਈ ਕੀਰਤਨ ਦਰਬਾਰ ਕਰਨਾ ਆ ਜਾਂ ਜਾਗਰਤਾ ਕਰਨਾ ਤਾਂ ਸਾਰੇ ਲੋਕ ਜਿਹੜੇ ਆ ਹੱਸ ਕੇ ਜਿਹੜਾ ਆ ਚੰਦਾ ਦਿੰਦੇ ਆ ਜਾਂ ਡੋਨੇਸ਼ਨ ਦਿੰਦੇ ਆ ਪਰ ਜੇ ਕੋਈ ਨਹੀਂ ਦੇਣਾ ਚਾਹੁੰਦਾ ਤੇ ਆਪਾਂ ਧੱਕੇ ਦੇ ਨਾਲ ਉਹਦੇ ਉੱਤੇ ਕੋਈ ਜਿਹੜਾ ਨਹੀਂ ਲਾ ਸਕਦੇ ਵੀ ਨਹੀਂ ਤੂੰ ਦੇਣਾ ਹੀ ਦੇਣਾ ਇਹ ਇਸ ਗੱਲ ਦੀ ਆਜ਼ਾਦੀ ਉਸ ਵਿਅਕਤੀ ਨੂੰ ਹੈਗੀ ਆ ਅਨੁਛੇਦ 27 ਇਹ ਆਜ਼ਾਦੀ ਦਿੰਦਾ ਉਹਨੂੰ 28 ਦੇ ਅਧੀਨ ਜਿਵੇਂ ਵਿਦਿਅਕ ਸੰਸਥਾਵਾਂ ਜਿਵੇਂ ਸਰਕਾਰੀ ਸਕੂਲ ਹੈ ਸਰਕਾਰੀ ਸੰਸਥਾਵਾਂ ਆ ਉਹਦੇ ਵਿੱਚ ਕਿਸੇ ਵੀ ਧਰਮ ਨੂੰ ਪ੍ਰਚਾਰ ਕਰਨ ਦੇ ਲਈ ਉਹਦੇ ਪ੍ਰਸਾਰ ਦੇ ਲਈ ਆਪਾਂ ਕੁਝ ਨਹੀਂ ਕਰ ਸਕਦੇ ਠੀਕ ਹੈ ਪ੍ਰਾਈਵੇਟ ਸੰਸਥਾਵਾਂ ਤਾਂ ਹੈਗੀਆਂ ਜਿਵੇਂ ਕੋਈ ਕੁਐਸਚਨ ਸੰਸਥਾਵਾਂ ਹੈਗੀਆਂ ਆਪਣੇ ਕੁਐਸਚਨ ਧਰਮ ਦਾ ਕਰਦੇ ਕਿਵੇਂ ਸਿੱਖਿਆ ਨਾਲ ਸੰਬੰਧਿਤ ਕੋਈ ਸੰਸਥਾ ਹੈਗੀ ਉਹ ਸਿੱਖ ਧਰਮ ਦੇ ਵਿੱਚ ਨਾਲ ਸੰਬੰਧਿਤ ਗੱਲਾਂ ਦਾ ਪ੍ਰਚਾਰ ਆਪਣੇ ਨਿਜੀ ਤੌਰ ਤੇ ਕਰ ਸਕਦੇ ਪਰ ਸਰਕਾਰੀ ਸੰਸਥਾ ਦੇ ਵਿੱਚ ਕਿਸੇ ਵੀ ਧਰਮ ਦਾ ਪ੍ਰਚਾਰ ਜਿਹੜਾ ਉਹ ਕਰਨ ਦੀ ਮਨਾਹੀ ਹੈ ਇਹ ਅਨੁਛੇਦ 28 ਆ ਹੁਣ ਤੁਸੀਂ ਦੇਖੋ ਆ ਜਿਵੇਂ ਸਾਰੇ ਮੁਸਲਮ ਬੱਚੇ ਬੈਠੇ ਆ ਇਹਨਾਂ ਦੀ ਸੰਸਥਾ ਜਿਹੜੀ ਹੈਗੀ ਆ ਇਹਨੂੰ ਮਦਰਸਾ ਕਿਹਾ ਜਾਂਦਾ ਹੈ ਮਦਰਸੇ ਦੇ ਵਿੱਚ ਜਿਹੜੇ ਆ ਉਹਨਾਂ ਨੂੰ ਮੁਸਲਮ ਤਨੂੰ ਦੀ ਜਿਹੜੀ ਆ ਸਿੱਖਿਆ ਵੀ ਦਿੱਤੀ ਜਾਂਦੀ ਆ ਤਾਂ ਆਪਾਂ ਉਹਨੂੰ ਰੋਕ ਨਹੀਂ ਸਕਦੇ ਇਦਾਂ ਹੀ ਸਿੱਖ ਧਰਮ ਦੇ ਉਹਨਾਂ ਸੰਬੰਧ ਜਿਵੇਂ ਸ਼੍ਰੋਮਣੀ ਕਮੇਟੀ ਦੀਆਂ ਸੰਸਥਾਵਾਂ ਆ ਤੇ ਉਹਦੇ ਵਿੱਚ ਸਿੱਖ ਧਰਮ ਦੇ ਪ੍ਰਚਾਰ ਦੇ ਲਈ ਵੀ ਕੰਮ ਕੀਤਾ ਜਾ ਸਕਦਾ ਆ ਪਰ ਇਹ ਜਿਹੜੇ ਪ੍ਰਾਈਵੇਟ ਸੰਸਥਾਵਾਂ ਸਰਕਾਰੀ ਸੰਸਥਾ ਦੇ ਵਿੱਚ ਸਰਕਾਰੀ ਸਕੂਲ ਸਰਕਾਰੀ ਕਾਲਜ ਦੇ ਵਿੱਚ ਇਹ ਨਹੀਂ ਹੋ ਸਕਦਾ ਇਹ ਸੀ ਧਾਰਮਿਕ ਸੁਤੰਤਰਤਾ ਦਾ ਅਧਿਕਾਰ ਰੱਗਿਆ ਸਭਿਆਚਾਰਕ ਤੇ ਵਿਦਿਅਕ ਅਧਿਕਾਰ 29 ਤੇ 30 ਸਭਿਆਚਾਰਕ ਤੇ ਵਿਦਿਅਕ ਅਧਿਕਾਰ ਇਹ ਅਨੁਛੇਦ ਜਿਹੜੇ ਸਾਨੂੰ ਯਾਦ ਰੱਖਣੇ ਪੈਣੇ ਆ ਫਿਰ ਗੱਲ ਬਣਨੀ ਆ ਹੁਣ ਅਨੁਛੇਦ 29 ਕੀ ਕਹਿੰਦਾ ਆ ਇਸ ਦੇ ਅਨੁਸਾਰ ਘੱਟ ਗਿਣਤੀ ਲੋਕਾਂ ਨੂੰ ਆਪਣੀ ਭਾਸ਼ਾ ਲਿਪੀ ਅਤੇ ਸੱਭਿਆਚਾਰ ਕਾਇਮ ਰੱਖਣ ਦਾ ਅਧਿਕਾਰ ਹੈ ਘੱਟ ਗਿਣਤੀ ਲੋਕ ਕੌਣ ਹੁੰਦੇ ਹਨ ਦੇਖੋ ਸਭ ਤੋਂ ਵੱਧ ਸਾਡੇ ਦੇਸ਼ ਦੇ ਵਿੱਚ Hindu ਧਰਮ ਹੈ ਤੇ ਉਸ ਤੋਂ ਬਾਅਦ ਦੇ ਵਿੱਚ ਜਿਵੇਂ ਮੁਸਲਮਾਨ ਸਿੱਖ ਜਾਂ ਐਸਾਈ ਜਾਂ ਜੈਨੀਆਂ ਬੋਧੀ ਜਾਂ ਹੋਰ ਇਸ ਤਰ੍ਹਾਂ ਦੇ ਬਹੁਤ ਸਾਰੇ ਲੋਕ ਹੈਗੇ ਆ ਇਹਨਾਂ ਲੋਕਾਂ ਨੂੰ ਅਸੀਂ ਘੱਟ ਗਿਣਤੀ ਕਹਿੰਦੇ ਕਿਉਂਕਿ ਇੱਕ ਪਾਸੇ ਬਹੁਤ ਵੱਡਾ ਵਰਗ ਜਿਹੜਾ ਆ ਉਹ Hindu ਧਰਮ ਨਾਲ ਸੰਬੰਧਿਤ ਹੈਗਾ ਆ ਤੇ ਇਹ ਲੋਕ ਥੋੜੇ ਥੋੜੇ ਹੈਗੇ ਆ ਇਹਨੂੰ ਅਸੀਂ ਘੱਟ ਗਿਣਤੀ ਕਹਿੰਦੇ ਆ ਇਦਾਂ ਦੇ ਹੋਰ ਵੀ ਕਈ ਲੋਕ ਹੈਗੇ ਕਈ ਵੀ ਧਰਮਾਂ ਦੇ ਲੋਕ ਹੋਣਗੇ ਕਈ ਜਾਤਾਂ ਦੇ ਲੋਕ ਹੋਣਗੇ ਉਹਨੂੰ ਘੱਟ ਗਿਣਤੀ ਕਹਿਆ ਜਾਂਦਾ ਹੈ ਤੇ ਹੁਣ ਕੀ ਹੁੰਦਾ ਵੀ ਜਿੱਥੇ ਜ਼ਿਆਦਾ ਲੋਕ ਜਿਸ ਚੀਜ਼ ਨਾਲ ਸੰਬੰਧਿਤ ਹੋਣਗੇ ਉਹਦਾ ਪ੍ਰਸਾਰ ਜ਼ਿਆਦਾ ਹੁੰਦਾ ਪਰ ਇਨ੍ਹਾਂ ਘੱਟ ਗਿਣਤੀ ਦੇ ਲੋਕਾਂ ਨੂੰ ਵੀ ਆਪਣੀ ਭਾਸ਼ਾ ਲਿਪੀ ਤੇ ਸੱਭਿਆਚਾਰ ਦਾ ਪ੍ਰਸਾਰ ਕਰਨ ਦਾ ਮੌਕਾ ਦਿੱਤਾ ਜਾਂਦਾ ਹੈ ਤੇ ਇਹ ਅਧਿਕਾਰ ਵੀ ਦਿੱਤਾ ਜਾਂਦਾ ਕੋਈ ਰੋਕ ਟੋਕ ਇਸ ਮਾਮਲੇ 'ਚ ਨਹੀਂ ਹੈਗੀ ਇਸੇ ਅਧਿਕਾਰ ਦੀ ਰਾਜ ਆਰਥਿਕ ਤੌਰ ਤੇ ਪਛੜੀਆਂ ਸ਼੍ਰੇਣੀਆਂ ਅਨੁਸੂਚਿਤ ਜਾਤੀਆਂ ਕਬੀਲੀਆਂ ਲਈ ਵਿਦਿਅਕ ਸੰਸਥਾਵਾਂ ਵਿੱਚ ਸੀਟਾਂ ਰੱਖੀਆਂ ਰੱਖ ਸਕਦਾ ਆ ਹੁਣ ਵਿਦਿਅਕ ਸੰਸਥਾਵਾਂ ਦੇ ਵਿੱਚ ਜਿਹੜੇ ਹੈਗੇ ਹੁਣ ਤਾਂ ਸਕੂਲਿੰਗ ਦੇ ਵਿੱਚ ਜਾਂ ਉਸ ਤੋਂ ਬਾਅਦ ਕਾਲਜ ਦੇ ਵਿੱਚ ਜਿਵੇਂ ਕਿਸੇ ਬੰਦੇ ਨੇ ਜੇ ਡਾਕਟਰੀ ਕਰਨੀ ਹੈ ਇੰਜੀਨੀਅਰਿੰਗ ਕਰਨੀ ਹੈ ਤਾਂ ਜਿਹੜੀਆਂ ਸਰਕਾਰੀ ਸੰਸਥਾਵਾਂ ਆ ਉਹਦੇ ਵਿੱਚ ਖਰਚਾ ਘੱਟ ਹੁੰਦਾ ਤਾਂ ਹਰ ਇੱਕ ਬੰਦਾ ਕੋਸ਼ਿਸ਼ ਕਰਦਾ ਵੀ ਸਾਨੂੰ ਸਰਕਾਰੀ ਕਾਲਜ ਦੇ ਵਿੱਚ ਜਿਹੜੀਆਂ ਐਡਮਿਸ਼ਨ ਮਿਲੇ ਜਦੋਂ ਵੀ ਕੋਈ ਡਾਕਟਰੀ ਵਗੈਰਾ ਕਰਨੀ ਆ ਤਾਂ ਇਹਦੇ ਵਿੱਚ ਕੀ ਆ ਸਰਕਾਰ ਨੇ ਕੁਝ ਸੀਟਾਂ ਜਿਹੜੀਆਂ ਆ ਕੁਝ ਜਿਹੜੀਆਂ ਸੀਟਾਂ ਇਹ ਮੰਨ ਲਓ ਕਿ ਉਹਦੀ ਕੋਈ ਉਹਨਾਂ ਨੇ ਫਾਰਮੂਲਾ ਬਣਾਇਆ ਵੀ ਇਹਦੇ ਮੁਤਾਬਕ ਜੇਕਰ 100 ਸੀਟ ਇੱਕ ਕਾਲਜ ਦੇ ਵਿੱਚ ਹੈਗੀ ਉਹਦੇ ਵਿੱਚੋਂ 40 ਜਾਂ 50% ਸੀਟਾਂ ਰਿਜ਼ਰਵ ਹੁੰਦੀਆਂ ਜਿਹੜੀਆਂ ਐਸਸੀ ਜਿਹੜੇ ਬੱਚੇ ਉਹਨਾਂ ਦੇ ਲਈ ਜਾਂ ਬੀਸੀ ਉਹਨਾਂ ਦੇ ਬੱਚੇ ਲਈ ਜਿਹੜੇ ਪਿਛੜੀਆਂ ਸ਼੍ਰੇਣੀਆਂ ਦੇ ਆ ਜਾਂ ਜਿਹੜੇ ਬੱਚੇ ਅਨੁਸੂਚਿਤ ਕਬੀਲਿਆਂ ਨਾਲ ਸੰਬੰਧ ਰੱਖਦੇ ਆ ਜਾਂ ਹੋਰ ਇਦਾਂ ਕਰਕੇ ਬਹੁਤ ਸਾਰੀਆਂ ਕੈਟਾਗਰੀਆਂ ਬਣੀਆਂ ਹੋਈਆਂ ਆ ਤਾਂ ਕਿ ਉਹਨਾਂ ਲੋਕਾਂ ਨੂੰ ਜਿਹੜੀ ਆ ਸਹੂਲਤ ਮਿਲ ਸਕੇ ਠੀਕ ਹੈ ਇਹ ਆ ਅਨੁਸ਼ੇਦ 29 ਘੱਟ ਗਿਣਤੀ ਦੇ ਲੋਕਾਂ ਦੇ ਵਾਸਤੇ ਸਹੂਲਤ ਦੇਣ ਦੇ ਲਈ ਹੁਣ ਆ ਦੇਖੋ ਤੁਸੀਂ ਇੱਕ ਚਾਰਟ ਹੈਗਾ ਸਾਡੇ ਕੋਲ ਇਹਦੇ ਵਿੱਚ ਕੀ ਆ ਇਹਦੇ ਵਿੱਚ ਲਿਖਿਆ ਲੈਂਗੁਏਜ ਡਿਸਟ੍ਰਿਬਿਊਸ਼ਨ ਇਨ ਇੰਡੀਆ ਇਹ ਭਾਸ਼ਾ ਦੇ ਸਬੰਧ ਵਿੱਚ ਦੱਸਿਆ ਗਿਆ ਹੁਣ ਬਹੁਤ ਵੱਡਾ ਹਿੱਸਾ ਸਭ ਤੋਂ ਵੱਡਾ ਹਿੱਸਾ ਹਿੰਦੀ ਆ ਠੀਕ ਹੈ ਹੁਣ ਸਭ ਤੋਂ ਵੱਡਾ ਹਿੱਸਾ ਜਿਹੜਾ ਹਿੰਦੀ ਆ ਆ ਦੇਖੋ ਇੰਨਾ ਸਾਰਾ ਏਡਾ ਸਾਰਾ ਹਿੰਦੀ ਦਾ ਆ ਫੇਰ ਬਾਕੀ ਕਿਤੇ ਅਸਾਮੀ 1% ਆ ਹਨਾ ਪੰਜਾਬੀ ਵੀ 3% ਜਿਹੜੀ ਭਾਸ਼ਾ ਬੋਲੀ ਜਾਂਦੀ ਆ ਮਲਿਆਲਮ ਆ ਕੰਨੜ ਆ ਗੁਜਰਾਤੀ ਜਿਹੜੀ ਆ ਉਹ ਵੀ 5% ਹੈਗੀ ਆ ਤਮਿਲ ਵੀ ਹੈਗੀ ਆ ਇਹ ਆ ਇੰਨਾ ਏਰੀਆ ਜਿਹੜਾ ਆ ਸਾਰਾ ਹਿੰਦੀ ਦਾ ਆ ਬਾਕੀ ਸਾਰੀਆਂ ਭਾਸ਼ਾਵਾਂ ਜਿੰਨੀਆਂ ਭਾਰਤ ਦੀਆਂ ਹੈਗੀਆਂ ਤਾਂ ਇਹਦਾ ਮਤਲਬ ਇਹ ਆ ਕਿ ਹਿੰਦੀ ਭਾਸ਼ਾ ਜਿਹੜੀ ਆ ਹਿੰਦੀ ਬੋਲਣ ਵਾਲੇ ਲੋਕ ਜ਼ਿਆਦਾ ਆ ਤੇ ਬਾਕੀ ਭਾਸ਼ਾਵਾਂ ਬੋਲਣ ਲੋਕ ਥੋੜੇ ਆ ਤੋ ਇਹਨਾਂ ਲੋਕਾਂ ਨੂੰ ਜਿਹੜੇ ਆ ਲੋਕ ਹੈ ਇਹਨਾਂ ਨੂੰ ਆਪਣੀ ਭਾਸ਼ਾਵਾਂ ਦੇ ਪ੍ਰਚਾਰ ਦੇ ਲਈ ਜਿਹੜਾ ਆ ਸਰਕਾਰ ਵੱਲੋਂ ਮੌਕਾ ਦਿੱਤਾ ਜਾਂਦਾ ਹੈ ਸੰਵਿਧਾਨ ਸਾਡਾ ਇਹ ਮੌਕਾ ਦਿੰਦਾ ਉਹਨਾਂ ਨੂੰ 1930 ਇਸ ਦੇ ਦਿਨ ਭਾਸ਼ਾ ਤੇ ਧਰਮ ਦੇ ਆਧਾਰ ਤੇ ਘੱਟ ਗਿਣਤੀ ਲੋਕ ਆਪਣੀਆਂ ਵਿਦਿਅਕ ਸੰਸਥਾਵਾਂ ਖੋਲ੍ਹ ਸਕਦੇ ਹਨ ਉਹਨਾਂ ਦਾ ਪ੍ਰਬੰਧ ਚਲਾ ਸਕਦੇ ਹਨ ਰਾਜ ਵਿਦਿਅਕ ਸੰਸਥਾਵਾਂ ਨੂੰ ਵਿੱਤੀ ਸਹਾਇਤਾ ਦਿੰਦੇ ਸਮੇਂ ਵਿਤਕਰਾ ਨਹੀਂ ਕਰ ਸਕਦਾ ਕਿ ਇਹ ਘੱਟ ਗਿਣਤੀ ਵੱਲੋਂ ਚੁਣਿਆ ਜਾ ਰਿਹਾ ਘੱਟ ਗਿਣਤੀ ਤੁਹਾਨੂੰ ਸਮਝ ਲੱਗ ਗਈ ਹੋਣੀ ਆ ਘੱਟ ਗਿਣਤੀ ਕਿਹਨੂੰ ਕਿਹਾ ਗਿਆ ਆ ਹੁਣ ਇਹ ਲੋਕ ਆਪਣੇ ਤੌਰ ਤੇ ਪੈਸੇ ਇਕੱਠੇ ਕਰਕੇ ਆ ਜਿਹੜਾ ਆ ਆਪਣੇ ਲੋਕਾਂ ਲਈ ਆਪਣੇ ਬੱਚਿਆਂ ਦੇ ਲਈ ਭਾਵੇਂ ਉਹ ਕੰਮ ਨਾਲ ਸੰਬੰਧਤ ਆ ਭਾਵੇਂ ਉਹ ਸਿੱਖਿਆ ਨਾਲ ਸੰਬੰਧਤ ਆ ਸੰਸਥਾ ਬਣਾ ਸਕਦੇ ਆ ਤੇ ਸਰਕਾਰ ਸਮੇਂ-ਸਮੇਂ ਤੇ ਜਿਹੜੀ ਇਹਨਾਂ ਨੂੰ ਵਿੱਤੀ ਸਹਾਇਤਾ ਯਾਨੀ ਪੈਸੇ ਵੀ ਦਿੰਦੀ ਆ ਵੀ ਤਾਂ ਕਿ ਤੁਸੀਂ ਆਪਣਾ ਜਿਹੜਾ ਆ ਸੱਭਿਆਚਾਰ ਆ ਆਪਣੀ ਭਾਸ਼ਾ ਆ ਆਪਣੀ ਲਿਪੀ ਆ ਆਪਣੇ ਲੋਕਾਂ ਨੂੰ ਜਿਹੜਾ ਉੱਚਾ ਚੱਕ ਸਕੋ ਠੀਕ ਹੈ ਜੀ ਇਹ ਹੈ ਅਨੁਸ਼ੇਦ 30 ਆ ਦੇਖੋ ਬੈਨੀਫਿਟਸ ਆਫ ਮਿਨੋਰਿਟੀ 스테ਟਸ ਕਈ ਕੁਛ ਦਿੱਤਾ ਗਿਆ ਇਹਦੇ ਵਿੱਚ ਨਾ ਇਹ ਐਗਜ਼ੈਂਪਸ਼ਨ ਦਿੱਤੀਆਂ ਹੋ ਗਈਆਂ ਹੈਗੀਆਂ ਤੇ ਆ ਲਿਖਿਆ ਹੋਇਆ ਵੀ No government interference in educational in institution and trust ਮਿਕ ਸਰਕਾਰ ਜੇਕਰ ਇਹਨਾਂ ਨੇ ਕੋਈ ਆਪਣੀ ਸੰਸਥਾ ਬਣਾਈ ਉਹ ਸਰਕਾਰ ਜਿਹੜੇ ਆ ਹਸਤਕਸ਼ੇਪ ਨਹੀਂ ਕਰ ਸਕਦੀ ਉਹ ਆਪਣੇ ਵੱਲੋਂ ਕੋਈ ਧੱਕੇ ਨਾਲ ਕੁਝ ਨਹੀਂ ਕਰਾ ਸਕਦੀ ਤਾਂ ਜਿਵੇਂ ਆ ਦੇਖੋ ਫੋਟੋ ਹੈਗੀ ਆ ਇਹਦੇ ਵਿੱਚ ਕੀ ਆ ਵੀ ਜਿਹੜੇ ਘੱਟ ਗਿਣਤੀ ਲੋਕਾਂ ਹੁਣ ਦੇ ਕੋਈ ਮੰਦਿਰ ਆ ਜਾਂ ਕੋਈ ਉਹ ਧਾਰਮਿਕ ਸੰਸਥਾਵਾਂ ਉਹਨੂੰ ਵੀ ਤੋੜਿਆ ਨਹੀਂ ਜਾ ਸਕਦਾ ਠੀਕ ਹੈ ਇਹਨਾਂ ਦਾ ਜਿਹੜਾ ਰੱਖਿਆ ਜਾ ਸਕਦਾ ਫਿਰ ਉਹ ਆਪਣੇ ਧਰਮ ਦੇ ਪ੍ਰਚਾਰ ਦੇ ਲਈ ਵੀ ਕੋਸ਼ਿਸ਼ ਕਰ ਸਕਦੇ ਆ ਤੇ ਗਵਰਨਮੈਂਟ ਜਿਹੜੀ ਫੰਡਿੰਗ ਕਰਦੀ ਫੰਡਿੰਗ ਮਤਲਬ ਪੈਸੇ ਦਿੰਦੀ ਇਹਨਾਂ ਲੋਕਾਂ ਨੂੰ ਵੀ ਤੁਸੀਂ ਜਿਹੜਾ ਆ ਆਪਣੇ ਜੜੀਆਂ ਤੇ ਤੁਹਾਡੀਆਂ ਧਰਮ ਦੇ ਨਾਲ ਸੰਬੰਧਿਤ ਚੀਜ਼ਾਂ ਜਾਂ ਤੁਹਾਡੀ ਸਿੱਖਿਆ ਲਿਪੀ ਜਾਂ ਸੱਭਿਆਚਾਰ ਆ ਤੁਸੀਂ ਉਹਦਾ ਪ੍ਰਚਾਰ ਕਰੋ ਇਹ ਹੈਗਾ ਘਟ ਗਿਣਤੀ ਵਾਸਤੇ ਮਿਨੋਰਟੀ ਕਹਿੰਦੇ ਘਟ ਗਿਣਤੀ ਨੂੰ ਇੰਗਲਿਸ਼ ਦੇ ਵਿੱਚ ਅਗਲਾ ਸਾਡਾ ਅਧਿਕਾਰ ਹੈਗਾ ਸੰਵਿਧਾਨਿਕ ਉਪਚਾਰਾਂ ਦਾ ਅਧਿਕਾਰ ਅਨੁਛੇਦ 32 ਸਭ ਤੋਂ ਇੰਪੋਰਟੈਂਟ ਅਧਿਕਾਰ ਇਹ ਆ ਸੰਵਿਧਾਨਕ ਉਪਚਾਰਾਂ ਦਾ ਉਪਚਾਰ ਵੈਸੇ ਆਪਾਂ ਕਹਿੰਦੇ ਵੀ ਕਿਸੇ ਚੀਜ਼ ਦਾ ਇਲਾਜ ਕਰਨਾ ਸ਼ਬਦ ਤੋਂ ਸਾਨੂੰ ਪਤਾ ਹੋਣਾ ਚਾਹੀਦਾ ਸੰਵਿਧਾਨ ਨਿਰਪਾਤਕਾਂ ਨੂੰ ਭਾਰਤ ਦੇ ਨਾਗਰਿਕਾਂ ਦੇ ਮੌਲਿਕ ਅਧਿਕਾਰਾਂ ਨੂੰ ਸੰਵਿਧਾਨ ਵਿੱਚ ਦਰਜ ਕਰਨ ਦੇ ਨਾਲ-ਨਾਲ ਇਹਨਾਂ ਅਧਿਕਾਰਾਂ ਨੂੰ ਲਾਗੂ ਕਰਾਉਣ ਦਾ ਉਪਬੰਧ ਵੀ ਕੀਤਾ ਗਿਆ। ਉਹ ਕਹਿੰਦੇ ਵੀ ਜੇ ਆਪਾਂ ਤਾਂ ਅਧਿਕਾਰ ਕੋਈ ਬਣਾ ਲਏ ਆ ਤੇ ਇਹ ਲਾਗੂ ਵੀ ਹੋਣੇ ਚਾਹੀਦੇ ਆ। ਇਹ ਨਹੀਂ ਹੈਗਾ ਵੀ ਪੇਪਰਾਂ ਦੇ ਵਿੱਚ ਲਿਖੇ ਗਏ ਹੋਣ ਤੇ ਅੱਗੇ ਇਹਨਾਂ ਨੂੰ ਲਾਗੂ ਨਾ ਕੀਤਾ ਗਿਆ ਹੋਵੇ। ਭਾਰਤ ਦੇ ਨਾਗਰਿਕ ਮੌਲਿਕ ਅਧਿਕਾਰਾਂ ਦੀ ਉਲੰਘਣਾ ਦੀ ਸੂਰਤ ਵਿੱਚ ਰਾਜ ਦੀਆਂ ਉੱਚ ਅਦਾਲਤਾਂ ਸਰਵੋੱਚ ਅਦਾਲਤ ਵਿੱਚ ਜਾ ਸਕਦੇ ਹਨ। ਹੁਣ ਭਾਰਤ ਦੇ ਵਿੱਚ ਇੱਕ ਸੁਪਰੀਮ ਕੋਰਟ ਆ ਫਿਰ ਹਾਈ ਕੋਰਟ ਆ ਫਿਰ ਹੋਰ ਬਹੁਤ ਸਾਰੇ ਕੋਰਟ ਹੈਗੇ ਯਾਨੀ ਅਦਾਲਤਾਂ ਆ ਜਿਹੜੀਆਂ ਇਨ੍ਹਾਂ ਅਧਿਕਾਰਾਂ ਦੀ ਰੱਖਿਆ ਕਰ ਸਕਦੀਆਂ ਆ ਰਾਜ ਦੀਆਂ ਉੱਚ ਅਦਾਲਤਾਂ ਨੂੰ ਸੁਪਰੀਮ ਕੋਰਟ ਮੌਲਿਕ ਅਧਿਕਾਰਾਂ ਨੂੰ ਲਾਗੂ ਕਰਾਉਣ ਲਈ ਕੁਝ ਰਿੱਟਾਂ ਜਾਰੀ ਕਰ ਸਕਦੇ ਆ ਜੇਕਰ ਕਿਸੇ ਵਿਅਕਤੀ ਨੂੰ ਕੋਈ ਕੋ ਦੇ ਅਧਿਕਾਰ ਦੀ ਹਾਨੀ ਹੁੰਦੀ ਮੌਲਿਕ ਅਧਿਕਾਰ ਦੀ ਜਾਂ ਨਹੀਂ ਮਿਲਦਾ ਤਾਂ ਇਹ ਜਿਹੜੀਆਂ ਅਦਾਲਤਾਂ ਆ ਰਿੱਟਾਂ ਜਾਰੀ ਕਰ ਸਕਦੀਆਂ ਰਿੱਟਾਂ ਨੂੰ ਆਪਾਂ ਕਹਿ ਸਕਦੇ ਆ ਆਦੇਸ਼ ਜਾਰੀ ਕਰ ਸਕਦੀਆਂ ਤਾਂ ਉਹਨਾਂ ਦੇ ਕੁਝ ਨਾਂ ਆ ਦੇਖੋ ਊੜਾ ਲਿਖਿਆ ਹੈ ਬੰਦੀ ਪਤਖੀ ਕਰਨ ਫਰਮਾਨਲੇਖ ਮਨਾਇ ਲੇਖ ਅਧਿਕਾਰ ਪ੍ਰੀਖਿਆ ਲੇਖ ਉਤਪ੍ਰੇਖਣ ਲੇਖ ਸੋ ਬੱਚੋ ਇਹ ਪੰਜ ਤਰ੍ਹਾਂ ਦੀਆਂ ਰੀਟਸ ਹੈਗੀਆਂ ਠੀਕ ਹੈ ਆਦੇਸ਼ ਹੈ ਜਿਹੜੇ ਕੋਰਟ ਅਦਾਲਤ ਜਾਰੀ ਕਰ ਸਕਦੀ ਥੋੜਾ ਜਿਹਾ ਡਿਟੇਲ ਚ ਨੂੰ ਆਪਾਂ ਦੇਖਦੇ ਆ ਕਿਹੜੇ ਕਿਹੜੇ ਆ ਇੰਗਲਿਸ਼ ਦੇ ਵਿੱਚ ਦੇਖੋ ਇਹਨੂੰ ਕਹਿੰਦੇ ਹੈਬੀਅਸ ਕਾਰਪਸ ਠੀਕ ਹੈ ਮੈਂਡੇਮਸ ਪ੍ਰੋਹੀਬਿਸ਼ਨ ਸਰਟਿਓ ਰਾਰੀ ਜਾਂ ਸ਼ਰਸ਼ੀਓ ਰਾਰੀ ਵੀ ਕਹਿ ਦਿੰਦੇ ਇਹਨੂੰ ਕਿਉਂ ਵਾਰੰਟੋ ਇਹਨਾਂ ਦੇ ਨਾਂ ਕੁਝ ਅਲੱਗ ਜਿਹੀ ਆ ਤੇ ਇਹ ਸਾਡੇ ਲਈ ਯਾਦ ਕਰਨੇ ਚਾਹੀਦੇ ਇੰਗਲਿਸ਼ ਵੀ ਔਖੇ ਆ ਤੇ ਪੰਜਾਬੀ ਚ ਵੀ ਔਖੇ ਆ ਫਿਰ ਵੀ ਤੁਸਾਂ ਤੁਹਾਨੂੰ ਯਾਦ ਕਰਨੇ ਪੈਣੇ ਪਹਿਲੀ ਜਿਹੜੀ ਸਾਡੀ ਰਿਟ ਹੈਗੀ ਜਿਹੜਾ ਕੋਈ ਅਦਾਲਤ ਰਿਟ ਸਮਝ ਲਓ ਗੱਲ ਕੀ ਹੈਗੀ ਆ ਜੇਕਰ ਕਿਸੇ ਵਿਅਕਤੀ ਨੂੰ ਕੋਈ ਮੌਲਿਕ ਅਧਿਕਾਰ ਨਹੀਂ ਮਿਲਦਾ ਤੇ ਉਹ ਅਦਾਲਤ ਵਿੱਚ ਜਾ ਸਕਦਾ ਹੈ ਤੇ ਅਦਾਲਤ ਰਿਟ ਜਾਰੀ ਕਰਦੀ ਆ ਆਦੇਸ਼ ਜਾਰੀ ਕਰਦੀ ਆ ਤੇ ਉਸ ਆਦੇਸ਼ ਦੇ ਅਧੀਨ ਜਿਹੜਾ ਆ ਉਹਨੂੰ ਉਹ ਅਧਿਕਾਰ ਮਿਲ ਜਾਂਦਾ ਆ ਠੀਕ ਹੈ ਤੇ ਉਹ ਜਿਹੜੀਆਂ ਰੇਟਸ ਹੈਗੀਆਂ ਉਹ ਪੰਜ ਹਿੱਸਿਆਂ ਚ ਵੰਡੀਆਂ ਗਈਆਂ ਆ ਉਹਨਾਂ ਦੇ ਅਲੱਗ-ਅਲੱਗ ਨਾਂ ਆ ਤੇ ਉਹ ਕਿਹੜੇ ਸਬੰਧ ਵਿੱਚ ਉਹ ਜਿਹੜੀ ਰੇਟ ਜਾਰੀ ਕੀਤੀ ਜਾ ਸਕਦੀ ਉਹ ਵਿੱਚ ਦਿੱਤਾ ਹੋਇਆ ਤੁਹਾਨੂੰ ਮੈਂ ਦੱਸ ਦਿੰਨਾ ਧਿਆਨ ਨਾਲ ਸੁਣ ਲਿਓ ਪਹਿਲਾ ਹੈ ਹੈਬੀਅਸ ਕਾਰਪਸ ਜਿਹਨੂੰ ਕਹਿੰਦੇ ਬੰਦੀ ਪ੍ਰਤੱਖੀਕਰਨ ਬੰਦੀ ਮਤਲਬ ਹੁੰਦਾ ਕੈਦੀ ਪ੍ਰਤੱਖ ਮਤਲਬ ਹੁੰਦਾ ਦਿਖਣਾ ਸਮਝ ਲਓ ਗੱਲ ਨੂੰ ਹੁਣ इरिट रिक्वायरिंग be ए पर्सन अंडर हैस टू बी ब्रॉट बिफोर ए जज और इनटू कोर्ट स्पेशली टू सिक्योर द पर्सन रिलीज अनलेस लॉफुल ग्राउंड्स आर शोन फॉर देयर डिटेंशन और ए दा मतलब ए आ कि कई बार एक ही ਹੁੰਦਾ ਆ ਕੋਈ ਪੁਲਿਸ ਵਾਲੇ ਜਾਂ ਕੋਈ ਹੋਰ ਐਨਫੋਰਸਮੈਂਟ ਵਿੰਗ ਜਿਹੜੀ ਆ ਉਹ ਲੋਕਾਂ ਨੂੰ ਫੜ ਕੇ ਲੈ ਜਾਂਦੀ ਆ ਤਾਂ ਅਦਾਲਤ ਇਸ ਰਿਟ ਦੇ ਰਾਹੀਂ ਉਸ ਬੰਦੇ ਨੂੰ ਕੋਰਟ ਦੇ ਵਿੱਚ ਪੇਸ਼ ਕਰਨ ਦੇ ਲਈ ਉਹਨਾਂ ਨੂੰ ਕਹਿ ਸਕਦੀ ਆ ਕਈ ਵਾਰੀ ਪੁਲਿਸ ਵਾਲੇ ਫੜ ਕੇ ਲੈ ਜਾਂਦੇ ਉਹਨੂੰ ਜੇਲ੍ਹ ਚ ਬੰਦ ਕਰ ਦਿੰਦੇ ਬੰਦੇ ਨੂੰ ਪਰ ਉਹਨੂੰ ਅਦਾਲਤ ਚ ਨਹੀਂ ਲੈ ਕੇ ਜਾਂਦੇ ਤੇ ਉਹਨਾਂ ਜਿਹੜੇ ਬੰਦੇ ਨੂੰ ਫੜਿਆ ਹੁੰਦਾ ਉਸ ਦੇ ਪਰਿਵਾਰ ਦੇ ਮੈਂਬਰ ਅਦਾਲਤ ਵਿੱਚ ਜਾਂਦੇ ਆ ਉਹਨਾਂ ਨੂੰ ਕਹਿੰਦੇ ਵੀ ਪੁਲਿਸ ਜਿਹੜੀ ਸਾਡੇ ਬੰਦੇ ਨੂੰ ਲੈ ਕੇ ਗਈ ਹੈ ਫੜ ਕੇ ਤੇ ਉਹ ਫਿਰ ਇਹ ਰਿਟ ਜਾਰੀ ਕਰਦੀ ਆ ਵੀ ਉਸ ਬੰਦੇ ਨੂੰ ਸਾਡੇ ਸਾਹਮਣੇ ਪੇਸ਼ ਕਰੋ ਇਹਨੂੰ ਕਹਿੰਦੇ ਬੰਦੀ ਪੱਤਖੀ ਕਰਨ ਹੈਬੀਅਸ ਕਾਰਪਸ ਆ ਦੇਖੋ ਇੱਕ ਕੈਦ ਕੀਤਾ ਹੈ ਬੰਦਾ ਇਹਨੂੰ ਜਿਹੜਾ ਅਦਾਲਤ ਵਿੱਚ ਪੇਸ਼ ਕਰਨ ਲਈ ਹੁਕਮ ਜਾਰੀ ਕੀਤੇ ਜਾਂਦੇ ਆ ਫਿਰ ਹੈ ਰਿਟ ਆਫ ਮੰਡੇਮਸ ਫਰਮਾਨ ਲੇਕ ਇਹ ਜੁਡੀਸ਼ੀਅਲ ਰਿਟ ਇਸ਼ੂਡ ਐਸ ਅ ਕਮਾਂਡ ਟੂ ਐਨ ਇਨਫੀਰੀਅਰ ਕੋਰਟ অর ਆਰਡਰਿੰਗ ਅ ਪਰਸਨ ਟੂ ਪਰਫੋਰਮ ਆ ਪਬਲਿਕ ਐਂਡ ਸਟੈਚੂਟਰੀ ਡਿਊਟੀ ਇਹਦੇ ਵਿੱਚ ਕੀ ਹੈ ਜਿਹੜਾ ਕੋਈ ਸਰਕਾਰੀ ਡਿਊਟੀ ਨਾਲ ਸੰਬੰਧਤ ਵਿਅਕਤੀ ਆ ਸਰਕਾਰੀ ਵਿਭਾਗ ਨਾਲ ਸੰਬੰਧਤ ਵਿਅਕਤੀ ਆ ਜਾਂ ਕੋਰਟ ਆ ਜਾਂ ਕੋਈ ਹੋਰ ਡਿਪਾਰਟਮੈਂਟ ਆ ਉਹਦੇ ਵਿੱਚ ਜੇ ਕੋਈ ਬੰਦਾ ਆਪਣਾ ਕੰਮ ਨਹੀਂ ਕਰ ਰਿਹਾ ਸਹੀ ਢੰਗ ਦੇ ਨਾਲ ਅਦਾਲਤ ਵੱਲੋਂ ਇਹ ਰਿਟ ਜਾਰੀ ਕੀਤੀ ਹੈ ਵੀ ਤੂੰ ਇਹ ਜਿਹੜਾ ਕੰਮ ਤੇਰੀ ਡਿਊਟੀ ਬੰਦੀ ਆ ਤੂੰ ਇਹ ਨਹੀਂ ਕਰ ਰਿਹਾ ਤੂੰ ਇਹ ਕੰਮ ਕਰ ਠੀਕ ਹੈ ਇਹ ਕੋਰਟ ਨੂੰ ਵੀ ਜਾਰੀ ਕੀਤਾ ਜਾ ਸਕਦਾ ਤੇ ਪਰਟੀਕੂਲਰ ਕਿਸੇ ਬੰਦੇ ਨੂੰ ਵੀ ਜਾਰੀ ਕੀਤਾ ਜਾ ਸਕਦਾ ਫਿਰ ਹੈ ਪ੍ਰੋਹੀਬਿਸ਼ਨ ਮਨਾਹੀ ਮਤਲਬ ਮਨਾ ਮਨਾ ਕਰਨਾ ਮਨਾਹੀ ਲੇਖ ਰਿਟ ਆਫ ਪ੍ਰੋਹੀਬਿਸ਼ਨ ਇਜ਼ ਅ ਰਿਟ ਡਾਇਰੈਕਟਿੰਗ ਅ ਸਬੋਡੀਨੇਟ ਟੂ ਸਟਾਪ ਡੂਇੰਗ ਸਮਥਿੰਗ ਦ ਲਾ ਪ੍ਰੋਹੀਬਸ this writ is often issued by a superior court to the lower court directing it not to proceed with a case which does not fall under its jurisdiction hun is to pehla ki es nu apa gal nu samjhiye tan main ik pehla gal dasan bharat de vich supreme court ik hai jehda delhi de vich hai supreme court da matlab sarvuchch adalat oh to uppar koi vi adalat nahi hai gi theek hai ਹਾਈ ਕੋਰਟ ਹੈਗੇ ਆ ਦੇਸ਼ ਦੇ ਹਰੇਕ ਰਾਜ ਦੇ ਵਿੱਚ ਇੱਕ ਇੱਕ ਹੈਗਾ ਜਿਵੇਂ ਪੰਜਾਬ ਤੇ ਹਰਿਆਣਾ ਦਾ ਸਾਂਝਾ ਹਾਈ ਕੋਰਟ ਚੰਡੀਗੜ੍ਹ ਦੇ ਵਿੱਚ ਆ ਪੰਜਾਬ ਤੇ ਹਰਿਆਣਾ ਦੋਵੇਂ ਰਾਜਾਂ ਦਾ ਸਾਂਝਾ ਹਾਈ ਕੋਰਟ ਚੰਡੀਗੜ੍ਹ ਚ ਆ ਇਦਾਂ ਹਿਮਾਚਲ ਚ ਵੱਖਰਾ ਹਾਈ ਕੋਰਟ ਹੋਵੇਗਾ ਉੱਤਰ ਪ੍ਰਦੇਸ਼ ਦਾ ਹਾਈ ਕੋਰਟ ਵੱਖਰਾ ਹੋਊਗਾ ਸਾਰੇ ਰਾਜਾਂ ਦਾ ਹਾਈ ਕੋਰਟ ਵੱਖਰਾ ਆ ਜਿੰਨੇ ਰਾਜ ਆ ਓਨੇ ਹਾਈ ਕੋਰਟ ਹੋਣਗੇ ਸੁਪਰੀਮ ਕੋਰਟ ਇੱਕ ਹੋਊਗਾ ਠੀਕ ਹੈ ਹੁਣ ਉਸ ਤੋਂ ਬਾਅਦ ਲੋਕਲ ਕੋਰਟ ਆ ਜਿਹੜਾ ਜ਼ਿਲ੍ਹੇ ਵਿੱਚ ਹੋ ਸਕਦਾ ਹੈ ਰਾਜ ਦਾ ਕੋਰਟ ਹੋ ਗਿਆ ਨਾ ਫਿਰ ਲੋਕਲ ਕੋਰਟ ਜਿਵੇਂ ਕਪੂਥਲੇ ਦਾ ਹੋਊਗਾ ਜਲੰਧਰ ਦਾ ਵੱਖਰਾ ਹੋਊਗਾ ਬਠਿੰਡੇ ਦਾ ਵੱਖਰਾ ਹੋ ਮਾਨਸੇ ਦਾ ਹੋਊਗਾ ਦੇਖੋ ਕਪੂਥਲਾ ਡਿਸਟ੍ਰਿਕਟ ਕੋਰਟ ਹੈਗਾ ਇਹ ਕਪੂਥਲੇ ਦੇ ਵਿੱਚ ਡਿਸਟ੍ਰਿਕਟ ਕੋਰਟ ਜਿਹੜਾ ਹੈਗਾ ਲੋਕਲ ਕੋਰਟ ਜਿਹੜਾ ਜ਼ਿਲ੍ਹਾ ਕੋਰਟ ਹੈਗਾ ਜ਼ਿਲ੍ਹਾ ਅਦਾਲਤ ਜਿਸ ਨੂੰ ਕਿਹਾ ਜਾਂਦਾ ਇਦਾਂ ਸਾਰੇ ਜ਼ਿਲ੍ਹਿਆਂ ਦੇ ਵਿੱਚ ਅਦਾਲਤਾਂ ਫਿਰ ਉਸ ਤੋਂ ਬਾਅਦ ਆ ਜਿਵੇਂ ਪਿੰਡਾਂ ਦੇ ਵਿੱਚ ਪੰਚਾਇਤਾਂ ਹੁੰਦੀਆਂ ਪੰਚਾਇਤ ਦੇ ਵਿੱਚ ਜਦੋਂ ਕਈ ਵਾਰ ਕੋਈ ਮਸਲਾ ਖੜਾ ਹੁੰਦਾ ਤੇ ਸਾਰੇ ਲੋਕ ਉੱਥੇ ਇਕੱਠੇ ਹੁੰਦੇ ਸਰਪੰਚ ਪੰਚ ਮਿਲ ਕੇ ਫੈਸਲਾ ਕਰਦੇ ਆ ਇਹ ਬੱਚਿਓ ਤੁਹਾਨੂੰ ਮਤਾਨ ਦੱਸਿਆ ਆ ਵੀ ਤੁਹਾਨੂੰ ਪਤਾ ਲੱਗ ਜਾਵੇ ਵੀ ਸਾਡੇ ਜਿਹੜੀਆਂ ਅਦਾਲਤਾਂ ਉਹ ਦਾ ਕੀ ਹਿਸਾਬ-ਤਾਬ ਹੈਗਾ ਠੀਕ ਹੈ ਯਾਨੀ ਇੱਕ ਸੁਪਰੀਮ ਕੋਰਟ ਆ ਸਾਰੇ ਰਾਜਾਂ ਦੇ ਵਿੱਚ ਹਾਈ ਕੋਰਟ ਆ ਸਾਰੇ ਜ਼ਿਲ੍ਹਿਆਂ ਦੇ ਵਿੱਚ ਸਾਰੇ ਜ਼ਿਲ੍ਹਿਆਂ ਦੇ ਵਿੱਚ ਜਿਹੜੇ ਡਿਸਟ੍ਰਿਕਟ ਕੋਰਟ ਦੇ ਆ ਉਸ ਤੋਂ ਬਾਅਦ ਸਾਰੇ ਪਿੰਡਾਂ ਚ ਪੰਚਾਇਤਾਂ ਆ ਇੱਥੋਂ ਇਹ ਗੱਲ ਤਾਂ ਦਿਮਾਗ 'ਚ ਬੈਠ ਗਈ ਆ ਤੇ ਅੱਗੇ ਦੇਖਦੇ ਆ ਅ ਰੈਟ ਆ ਪ੍ਰੋਹੀਬਿਸ਼ਨ ਇਜ਼ ਅ ਰੈਟ ਡਾਇਰੈਕਟਿੰਗ ਅ ਸਬੋਡੀ ਟੂ ਸਟਾਪ ਡੂਇੰਗ ਸਮਥਿੰਗ दैट ਲਾ ਪ੍ਰੋਹੀਬਿਟਸ ਥਿਸ ਰੈਟ ਇਜ਼ ਆਫਨ ਇਸ਼ੂਡ ਬਾਇ ਅ ਸੁਪੀਰੀਅਰ ਕੋਰਟ ਟੂ ਦਾ ਲੋਅਰ ਕੋਰਟ ਸੁਪੀਰੀਅਰ ਕੋਰਟ ਯਾਨੀ ਉੱਚ ਜਿਹੜਾ ਉੱਪਰਲਾ ਕੋਰਟ ਆ ਉਹ ਥੱਲੇ ਵਾਲੇ ਕੋਰਟ ਨੂੰ ਅਦਾਲਤ ਨੂੰ ਉੱਪਰਲੀ ਅਦਾਲਤ ਥੱਲੇ ਵਾਲੀ ਅਦਾਲਤ ਨੂੰ ਹੁਕਮ ਜਾਰੀ ਕਰਦੀ ਆ ਕਈ ਵਾਰੀ ਕੀ ਹੁੰਦਾ ਵੀ ਕੁਝ ਕੁਝ ਮਾਮਲੇ ਜਿਹੜੇ ਆ ਉਹ ਜਿਹੜੇ ਆ ਜਿਵੇਂ ਡਿਸਟ੍ਰਿਕਟ ਕੋਰਟ ਦੇ ਵਿੱਚ ਜੇਕਰ ਜ਼ਿਲ੍ਹੇ ਜ਼ਿਲ੍ਹੇ ਵਾਲੀ ਅਦਾਲਤ ਵਿੱਚ ਚੱਲ ਰਹੇ ਹੋਣ ਤੇ ਉਹਨਾਂ ਦੇ ਕੋਲ ਉਹ ਅਧਿਕਾਰ ਨਹੀਂ ਹੁੰਦਾ ਉਸ ਕੇਸ ਨੂੰ ਚਲਾਉਣ ਦਾ ਤਾਂ ਉਹ ਜਿਹੜਾ ਉੱਪਰਲਾ ਹਾਈ ਕੋਰਟ ਹੈ ਉਹ ਉਹਨੂੰ ਥੱਲੇ ਵਾਲੇ ਕੋਰਟ ਨੂੰ ਜਿਹੜਾ ਆਰਡਰ ਕਰੂਗਾ ਵੀ ਇਹ ਤੇਰੇ ਜੂਰੀਡਿਕਸ਼ਨ ਦੇ ਵਿੱਚ ਤੇਰੇ ਹੱਦ ਦੇ ਵਿੱਚ ਨਹੀਂ ਆਉਂਦਾ ਇਹ ਤੂੰ ਜਿਹੜਾ ਇਹਨੂੰ ਨਹੀਂ ਇਹ ਜਿਹੜੀ ਕਾਰਵਾਈ ਅਦਾਲਤੀ ਕਾਰਵਾਈ ਤੁਹਾਡੇ ਕੋਲ ਨਹੀਂ ਹੋ ਸਕਦੀ ਉਨੂੰ ਰੋਕਿਆ ਜਾਂਦਾ ਉਸ ਅਦਾਲਤ ਨੂੰ ਵੀ ਤੁਸੀਂ ਇਹ ਕੇਸ ਜਿਹੜਾ ਹੈ ਇੱਥੇ ਨਹੀਂ ਚਲਾਉਣਾ ਉੱਪਰਲੀ ਅਦਾਲਤ ਹੇਠਲੀ ਅਦਾਲਤ ਨੂੰ ਹੁਕਮ ਜਾਰੀ ਕਰਦੀ ਹੈ ਵੀ ਜਿਹੜਾ ਕੇਸ ਤੁਹਾਡੇ ਕੋਲ ਚੱਲਦਾ ਪਿਆ ਆ ਉਹ ਤੁਹਾਡੇ ਕੋਲ ਨਹੀਂ ਚੱਲਣਾ ਕਿਉਂਕਿ ਤੁਹਾਡੀ ਹੱਦ ਦੇ ਵਿੱਚ ਉਹ ਨਹੀਂ ਹੁੰਦਾ ਇਹਨੂੰ ਕਹਿੰਦੇ ਆ ਰਿਟ ਆਫ ਪ੍ਰੋਹੀਬਿਸ਼ਨ ਠੀਕ ਹੈ ਆ ਤੁਹਾਨੂੰ ਫੋਟੋ ਸਾਰੀਆਂ ਮੈਂ ਦਿਖਾ ਚੁੱਕਿਆ ਇਹਨਾਂ ਬਾਰੇ ਦੱਸ ਵੀ ਜੁਕਿਆ ਹਾਈ ਕੋਰਟ ਸੁਪਰੀਮ ਕੋਰਟ ਡਿਸਟ੍ਰਿਕਟ ਕੋਰਟ ਤੇ ਪੰਚਾਇਤ ਇਹ ਸਾਰਾ ਬੱਚੋ ਤੁਹਾਨੂੰ ਤੁਹਾਡੇ ਦਿਮਾਗ 'ਚ ਕਲੀਅਰ ਹੋਣਾ ਚਾਹੀਦਾ A writ of certiorari, you know, the car, the writ of, uh, a type of writ meant for rare use, but which an appellate court decides to review a case at its discretion. The word certiorari comes from the La Martin and means. ਵੀ ਬੀ ਮੋਰ ਫੁਲੀ ਇਨਫਾਰਮਡ ਅ ਰਿਟ ਆਫ ਸੈਸ਼ੂਰੀ ਆਰਡਰਸ ਏ ਲੋਅਰ ਕੋਰਟ ਟੂ ਡਿਲੀਵਰ ਇਟਸ ਰਿਕਾਰਡ ਇਨ ਅ ਕੇਸ ਸੋ ਥੈਟ ਦਾ ਹਾਇਰ ਕੋਰਟ ਮੇ ਰਿਵਿਊ ਇਟ ਇਹਦੇ ਚ ਕੀ ਹੁੰਦਾ ਵੀ ਹੇਠਲੀ ਅਦਾਲਤ ਜਿਹੜੀ ਆ ਉਹਨੇ ਉਹਦੇ ਵਿੱਚ ਕੇਸ ਚੱਲਦਾ ਹੁੰਦਾ ਪਿਆ ਉਹਨੇ ਤਾਂ ਜਿਹੜੀ ਉੱਪਰਲੀ ਅਦਾਲਤ ਆ ਉਹ ਸਾਰੇ ਕੇਸ ਨੂੰ ਆਪਣੇ ਕੋਲ ਮੰਗਾ ਲੈਂਦੀ ਵੀ ਇਹ ਸਾਰੇ ਕੇਸ ਦੀ ਜਿਹੜੀ ਪੈਰ ਰਾਈ ਆ ਜੋ ਵੀ ਕਾਰਵਾਈ ਆ ਉਹ ਮੈਂ ਕਰੂੰਗਾ ਵੀ ਤੇਰੇ ਕੋ ਇੱਕ ਕੇਸ ਹੋਣ ਨਹੀਂ ਚੱਲਣਾ ਉਸ ਦੇ ਸਬੰਧ ਦੇ ਵਿੱਚ ਇਹ ਰੈਟ ਜਿਹੜੀ ਜਾਰੀ ਕੀਤੀ ਜਾ ਸਕਦੀ ਹੈ ਸਾਰਾ ਰਿਕਾਰਡ ਜਿਹੜਾ ਆ ਉਹ ਮੰਗਾਇਆ ਜਾ ਸਕਦਾ ਅੱਗੇ ਆ ਰੈਟ ਆਫ ਕਯੂ ਵਾਰੰਟੂ ਉਤਪ੍ਰੇਖਣ ਲੇਖ ਨਾਂ ਥੋੜੇ ਅਲੱਗ ਆ ਪੰਜਾਬੀ ਵਿੱਚ ਵੀ ਤੇ ਇੰਗਲਿਸ਼ ਵਿੱਚ ਵੀ ਠੀਕ ਹੈ ਪਰ ਤੁਹਾਡੇ ਲਈ ਜ਼ਰੂਰੀ ਹੈਗੇ ਇਹਨਾਂ ਨੂੰ ਯਾਦ ਕਰਨਾ ਦਾ ਲਿਟਰਲ ਮੀਨਿੰਗ ਆਫ ਕਯੂ ਵਾਰੰਟੂ ਇਜ਼ ਬਾਏ ਵਟ ਅਥਾਰਟੀ ਕਿਸ ਅਧਿਕਾਰ ਦੇ ਨਾਲ ਬਾਏ ਵਟ ਅਥਾਰਟੀ ਕਿਸ ਅਧਿਕਾਰ ਦੇ ਨਾਲ ਇਨੀਸ਼ੀਅਲੀ ਦਾ ਕਯੂ ਵਾਰੰਟੂ ਵਾਸ ਅ ਰਿਟ of law or a king against the subject who asserted or unsubdained office franchise rights or privilege belonging to the crown to ask by what basis he accepted his argument to determine the right actually us samay hunda hai jadon raja jehde thakke de naal kise khetar de utte kabza kar lende si ida matlab eh hai ki jehda banda kise ਸਰਕਾਰੀ ਸੰਸਥਾ ਦੇ ਉੱਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰਦਾ ਉਹਨੂੰ ਇਹ ਜਾਰੀ ਕੀਤੀ ਜਾਂਦੀ ਵੀ ਤੂੰ ਕਿਸ ਅਧਿਕਾਰ ਦੇ ਨਾਲ ਜਿਹੜਾ ਇਸ ਜਗ੍ਹਾ ਦੇ ਉੱਤੇ ਕਬਜ਼ਾ ਕਰਕੇ ਆਪਣਾ ਅਧਿਕਾਰ ਚਲਾ ਰਿਹਾ ਹੈ ਉਹਨੂੰ ਜਿਹੜਾ ਹੈ ਇਹ ਰਿਟ ਜਾਰੀ ਕੀਤੀ ਜਾ ਸਕਦੀ ਇਹ ਸਗੀਆਂ ਜਿਹੜੀਆਂ ਪੰਜ ਰਿਟਸ ਜਿਹੜੀਆਂ ਅਦਾਲਤਾਂ ਜਾਰੀ ਕਰ ਸਕਦੀਆਂ ਮੌਲਿਕ ਅਧਿਕਾਰਾਂ ਦੇ ਸੰਬੰਧ ਦੇ ਵਿੱਚ ਹੁਣ ਭਾਰਤੀ ਸੰਵਿਧਾਨ ਅਧੀਨ ਨਿਆਂਪਾਲਿਕਾ ਦੀ ਸੁਤੰਤਰਤਾ ਤੇ ਸੁਰੱਖਿਆ ਹੁਣ ਨਿਆਂਪਾਲਿਕਾ ਕੀ ਆ ਅਦਾਲਤਾਂ ਜਿੰਨੀਆਂ ਸਾਰੀਆਂ ਆ ਇਹਨਾਂ ਨੂੰ ਨਿਆਂਪਾਲਿਕਾ ਜਿੱਥੋਂ ਸਾਨੂੰ ਨਿਆਂ ਮਿਲਦਾ ਜਿੱਥੇ ਜੇਕਰ ਸਾਡਾ ਕੋਈ ਝਗੜਾ ਹੋਇਆ ਜਾਂ ਕੋਈ ਕਾਰਵਾਈ ਸਾਡੇ ਤੇ ਹੋਈ ਤੇ ਅਸੀਂ ਅਦਾਲਤਾਂ ਤੋਂ ਨਿਆਂ ਲੈਣੇ ਉਹਦੀ ਸੁਰੱਖਿਆ ਦੇ ਲਈ ਕੀ ਪ੍ਰਬੰਧ ਕੀਤੇ ਗਏ ਆ ਤਾਂ ਉਹਦੇ ਲਈ ਕੀ ਆ ਵੀ ਸਰਕਾਰ ਜਿਹੜੀ ਆ ਸਰਕਾਰ ਸਾਡੇ ਸੰਵਿਧਾਨ ਦੇ ਵਿੱਚ ਐਸੀਆਂ ਵਿਵਸਥਾਵਾਂ ਕੀਤੀਆਂ ਗਈਆਂ ਆ ਤਾਂ ਕਿ ਜਿਹੜੇ ਜੱਜ ਆ ਉਹ ਨਿਰਪੱਖ ਹੋ ਕੇ ਕਾਰਵਾਈ ਕਰ ਸਕਣ ਉਹਦੇ ਲਈ ਜਿਹੜਾ ਆ ਕਈ ਤਰ੍ਹਾਂ ਦੇ ਜਿਹੜੇ ਆ ਕੰਮ ਕੀਤੇ ਗਏ ਆ ਤਾਂ ਸੁਪਰੀਮ ਕੋਰਟ ਦੇ ਜੱਜਾਂ ਦੀ ਨਿਯੁਕਤੀ ਰਾਸ਼ਟਰਪਤੀ ਕਰਦਾ ਹੈ ਕੁਐਸਚਨ ਵੀ ਆ ਜਾਂਦਾ ਵੀ ਸੁਪਰੀਮ ਕੋਰਟ ਦੇ ਜੱਜਾਂ ਨੂੰ ਕੌਣ ਨਿਯੁਕਤ ਕਰਦਾ ਹੈ ਤਾਂ ਇਹ ਯਾਦ ਰੱਖਿਓ ਰਾਸ਼ਟਰਪਤੀ ਕਰਦਾ ਨਿਯੁਕਤ ਹੋਰ ਜਿਹੜਾ ਕੋਈ ਜਿਵੇਂ ਹੋਰ ਸਿਸਟਮ ਹੈਗਾ ਕਿੰਨੇ ਸਰ ਅਧਕਾਰੀ ਸਰਕਾਰੀ ਅਧਿਕਾਰੀ ਆ ਡੀਸੀ ਹੋ ਗਿਆ ਜਾਂ ਕੋਈ ਐਸਡੀਐਮ ਹੋ ਗਿਆ ਇਹ ਜਿਹੜੇ ਉਹ ਨਾਰਮਲ ਪ੍ਰੋਸੀਜਰ ਨਾਲ ਨਿਯੁਕਤ ਹੁੰਦੇ ਪਰ ਜਿਹੜੇ ਸੁਪਰੀਮ ਕੋਰਟ ਦੇ ਸਭ ਤੋਂ ਉੱਚ ਕੋਰਟ ਜਿਹੜਾ ਸਾਡਾ ਹੈਗਾ ਉਹਦੇ ਜਿਹੜੇ ਵੀ ਜੱਜ ਹੈਗੇ ਉਹਨਾਂ ਦੀ ਨਿਯੁਕਤੀ ਰਾਸ਼ਟਰਪਤੀ ਵੱਲੋਂ ਕੀਤੀ ਜਾਂਦੀ ਹੈ ਸਪਰੀਮ ਕੋਰਟ ਦੇ ਜੱਜ 65 ਸਾਲ ਦੀ ਉਮਰ ਤੱਕ ਆਪਣੇ ਅਹੁਦੇ ਤੇ ਕੰਮ ਕਰਦੇ ਆ ਉਮਰ ਦੀ ਹੱਦ 65 ਸਾਲ ਆ ਬਾਕੀ ਸਾਰੀਆਂ ਸਰਕਾਰੀ ਨੌਕਰੀਆਂ ਵਿੱਚ ਸਿਰਫ 58 ਸਾਲ ਆ ਜੇਕਰ ਉਹਨਾਂ ਨੂੰ ਹਟਾਉਣਾ ਹੋਵੇ ਉਹਨਾਂ ਖਿਲਾਫ ਕਾਰਵਾਈ ਕਰਨੀ ਹੋਵੇ ਤਾਂ ਵੀ ਉਹ ਰਾਸ਼ਟਰਪਤੀ ਦੀ ਮਨਜ਼ੂਰੀ ਲੈਣੀ ਪੈਂਦੀ ਹੈ ਸਪਰੀਮ ਕੋਰਟ ਦੇ ਜੱਜਾਂ ਦੀ ਤਨਖਾਹ ਪੱਤੇ ਉਹਨਾਂ ਦੇ ਕਾਰਜਕਾਲ ਦੌਰਾਨ ਘਟਾਈ ਨਹੀਂ ਜਾ ਸਕਦੇ ਠੀਕ ਹੈ ਹੁਣ ਸਰਕਾਰ ਜੇ ਕਵੇ ਵੀ ਉਹ ਜੱਜ ਨੇ ਸਾਡੇ ਖਿਲਾਫ ਫੈਸਲਾ ਦਿੱਤਾ ਉਹਦੇ ਤਨਖਾਹ ਘਟਾ ਦਿਓ ਇਦਾਂ ਨਹੀਂ ਹੋ ਸਕਦਾ ਸਪਰੀਮ ਕੋਰਟ ਦੇ ਜੱਜਾਂ ਦੀ ਤਨਖਾਹ ਤੇ ਪੱਤੇ ਸਪਰੀਮ ਕੋਰਟ ਦਾ ਹੋਰ ਪ੍ਰਬੰਧਕੀ ਖਰਚ ਪਹਾਰਨ ਦੀ ਸੰਚਿਤ ਨਿਧੀ ਫੰਡ ਚੋਂ ਦਿੱਤਾ ਜਾਂਦਾ ਇੱਕ ਭਾਰਤ ਦਾ ਕੰਸੋਲੀਡੇਟਡ ਫੰਡ ਹੈ ਜਿਹਦੇ ਵਿੱਚੋਂ ਸਾਰਾ ਪੈਸਾ ਜਿਹੜਾ ਉਹਨਾਂ ਲਈ ਦਿੱਤਾ ਜਾਂਦਾ ਹੈ ਬਾਕੀ ਜਿੰਨੇ ਵੀ ਖਰਚੇ ਆ ਉਹ ਉਹਦੇ ਲਈ ਅਲੱਗ ਫੰਡ ਹੈ ਤੇ ਸੰਚਿਤ ਨਿਧੀ ਜਿਹੜੀ ਇੱਕ ਵਿਸ਼ੇਸ਼ ਫੰਡ ਹੈ ਜਿਹਦੇ ਵਿੱਚੋਂ ਸੁਪਰੀਮ ਕੋਰਟ ਦੇ ਜੱਜਾਂ ਦੀ ਤਨਖਾਹ ਦਿੱਤੀ ਜਾਂਦੀ ਹੈ ਸੰਸਦ ਸੁਪਰੀਮ ਕੋਰਟ ਦੀਆਂ ਸ਼ਕਤੀਆਂ ਵਿੱਚ ਵਾਧਾ ਤਾਂ ਕਰ ਸਕਦੀ ਹੈ ਪਰ ਉਹਨੂੰ ਘਟਾ ਨਹੀਂ ਸਕਦੀ ਸੁਪਰੀਮ ਕੋਰਟ ਦੇ ਰਿਟਾਇਰਡ ਜੱਜ ਕਿਸੇ ਵੀ ਅਦਾਲਤ ਵਿੱਚ ਵਕਾਲਤ ਨਹੀਂ ਕਰ ਸਕਦਾ ਜਦੋਂ ਬੰਦਾ ਸੁਪਰੀਮ ਕੋਰਟ ਦਾ ਜੱਜ ਰਿਟਾਇਰ ਹੋ ਜਾਂਦਾ ਫਿਰ ਉਹ ਵਕੀਲ ਨਹੀਂ ਕਰ ਸਕਦਾ ਵਕੀਲ ਨਹੀਂ ਬਣ ਸਕਦਾ ਕਿਸੇ ਦੀ ਵਕਾਲਤ ਨਹੀਂ ਕਰ ਸਕਦਾ ਸੁਪਰੀਮ ਕੋਰਟ ਆਪਣੇ ਪ੍ਰਬੰਧਕੀ ਅਮੁਲੇਸ ਪ੍ਰਤੀ ਤੇ ਸੇਵਾ ਸ਼ਰਤਾਂ ਦੀ ਸੁਤੰਤਰ ਮਤਲਬ ਕਿ ਆਪਣੇ ਜਿਵੇਂ ਥੱਲੇ ਉਹ ਬੰਦੇ ਜਿਹੜੇ ਉਹਨਾਂ ਨੇ ਕੋਈ ਟਾਈਪਿਸਟ ਹੈਗਾ ਜਾਂ ਕੋਈ ਹੋਰ ਦਰਬਾਰੀ ਹੈਗੇ ਉਹਨਾਂ ਨੂੰ ਜੇਕਰ ਨਿਯੁਕਤ ਕਰਨਾ ਤਾਂ ਉਹ ਉਹਨਾਂ ਦੀ ਆਪਣੀ ਮਰਜ਼ੀ ਹੈਗੀ ਹੈ ਸੁਪਰੀਮ ਕੋਰਟ ਕੋਲ ਮਾਨ ਹਾਨੀ ਕਰਨ ਵਾਲੇ ਵਿਅਕਤੀਆਂ ਨੂੰ ਸਜ਼ਾ ਦੇਣ ਦੀ ਸ਼ਕਤੀ ਹੈ ਸੁਪਰੀਮ ਕੋਰਟ ਜਿਹੜੇ ਅਦਾਲਤ ਹੈ ਉਹਨਾਂ ਕੋਲ ਜਿਹੜੇ ਲੋਕ ਮਾਨ ਹਾਨੀ ਦੇ ਮਕਦਮੇ ਕਰਦੇ ਉਹਨਾਂ ਨੂੰ ਵੀ ਉਹ ਸਜ਼ਾ ਦੇ ਸਕਦੇ ਆ ਤਾਂ ਇਹ ਜਿਹੜੀਆਂ ਵਿਵਸਥਾਵਾਂ ਕੀਤੀਆਂ ਗਈਆਂ ਤਾਂ ਕਿ ਜਿਹੜੇ ਜੱਜਾਂ ਨੂੰ ਜਿਹੜਾ ਨਿਰਪੱਖ ਹੋ ਕੇ ਉਹ ਆਪਣਾ ਡਿਸੀਜਨ ਲੈ ਸਕਣ ਕਿਸੇ ਦੇ ਦਬਾਅ ਹੇਠਾ ਕੇ ਉਹ ਜਿਹੜਾ ਆਪਣਾ ਫੈਸਲਾ ਨਾ ਦੇਣ ਇਸ ਕਰਕੇ ਇਹ ਸਾਰੀਆਂ ਸਹੂਲਤਾਂ ਜਿਹੜੀਆਂ ਆ ਦਿੱਤੀਆਂ ਗਈਆਂ ਆ ਲੋਕਾਂ ਨੂੰ ਇਹਨਾਂ ਜੱਜਾਂ ਨੂੰ ਭਾਰਤ ਵਿੱਚ ਕੇਂਦਰੀ ਪੱਧਰ ਤੇ ਰਾਸ਼ਟਰੀ ਮਨੁੱਖੀ ਅਧਿਕਾਰ ਅਯੋਗ ਦੀ ਸਥਾਪਨਾ ਦਸੰਬਰ 1993 ਵਿੱਚ ਕੀਤੀ ਗਈ ਸੀ ਮਨੁੱਖੀ ਅਧਿਕਾਰ ਅਦయోగ ਦੀ ਸਥਾਪਨਾ 1993 ਕੀਤੀ ਗਈ ਸੀ ਇਹ ਛਾੜੀ ਜਾਣਕਾਰੀ ਲਈ ਇੱਕ ਵਿਸ਼ੇਸ਼ ਗੱਲ ਹੈਗੀ ਆ ਅੱਗੇ ਸਾਡਾ ਲਾਸਟ ਟੌਪਿਕ ਹੈ ਨਿਆਂਇਕ ਪੁਨਰ ਨਿਰੇਖਣ ਨਿਆਂ ਦਾ ਪੁਨਰ ਨਿਰੇਖਣ ਕਰਨਾ ਦੁਬਾਰਾ ਜਾਂਚ ਕਰਨੀ ਨਿਆਂਇਕ ਪੁਨਰ ਨਿਰੇਖਣ ਕਿਸੇ ਚੀਜ਼ ਦੀ ਦੁਬਾਰਾ ਜਾਂਚ ਕਰਨੀ ਇੱਥੇ ਕਿਹਦੀ ਜਾਂਚ ਦੁਬਾਰਾ ਹੁੰਦੀ ਹੈ ਹੁਣ ਸਰਕਾਰ ਭਾਵੇਂ ਕੇਂਦਰ ਸਰਕਾਰ ਆ ਭਾਵੇਂ ਰਾਜ ਸਰਕਾਰ ਆ ਉਹ ਹਰ ਸਾਲ ਬਹੁਤ ਸਾਰੇ ਨਵੇਂ ਕਾਨੂੰਨ ਬਣਾਉਂਦੀ ਹੈ ਪੁਰਾਣਿਆਂ ਵਿੱਚ ਸੋਧ ਕਰਦੀ ਹੈ ਪਰ ਜਿਹੜੀਆਂ ਸਾਡੀਆਂ ਅਦਾਲਤਾਂ ਆ ਸੁਪਰੀਮ ਕੋਰਟ ਹਾਈ ਕੋਰਟ ਆ ਇਹ ਦੇਖਦੀਆਂ ਆ ਵੀ ਜੋ ਕਾਨੂੰਨ ਬਣ ਰਹੇ ਆ ਕੀ ਉਹ ਸੰਵਿਧਾਨ ਦੇ ਮੁਤਾਬਕ ਆ ਕਈ ਵਾਰੀ ਕੋਈ ਕਾਨੂੰਨ ਜਿਹੜਾ ਆ ਐਸਾ ਬਣਾਇਆ ਜਾਂਦਾ ਆ ਜਿਹੜਾ ਸੰਵਿਧਾਨ ਦੇ ਮੁਤਾਬਕ ਨਹੀਂ ਹੈਗਾ ਤਾਂ ਇਹ ਅਦਾਲਤਾਂ ਸਰਕਾਰ ਨੂੰ ਫਿਰ ਦੁਬਾਰਾ ਕਹਿੰਦੀਆਂ ਵੀ ਤੁਸੀਂ ਇਹਨੂੰ ਦੁਬਾਰਾ ਚੈੱਕ ਕਰੋ ਵੀ ਇਹ ਸੰਵਿਧਾਨ ਦੇ ਮੁਤਾਬਕ ਨਹੀਂ ਹੈਗੀ ਤੇ ਅਕਸਰ ਸਰਕਾਰ ਨਹੀਂ ਮੰਨਦੀ ਤਾਂ ਸੁਪਰੀਮ ਕੋਰਟ ਜਿਹੜੀ ਆ ਉਸ ਕਾਨੂੰਨ ਨੂੰ ਰੱਦ ਵੀ ਕਰ ਸਕਦੀ ਹੈ ਇਹਨੂੰ ਕਹਿੰਦੇ ਆ ਨਿਆਇਕ ਪੁਨਰ ਨਰੀਖਣ ਸ਼ਕਤੀ ਅਦਾਲਤਾਂ ਦੀ ਸੁਪਰੀਮ ਕੋਰਟ ਦੀ ਠੀਕ ਹੈ ਤਾਂ ਇਹ ਸਭ ਤੋਂ ਵਿਸ਼ੇਸ਼ ਸ਼ਕਤੀ ਆ ਜਿਹੜੀ ਸੰਵਿਧਾਨ ਦੀ ਰੱਖਿਆ ਕਰਦੀ ਹੈ ਸਾਡੇ ਮੌਲਿਕ ਅਧਿਕਾਰਾਂ ਦੀ ਰੱਖਿਆ ਕਰਦੀ ਆ ਸੋ ਬੱਚਿਓ ਇਹ ਸਾਡਾ ਪਾਠ ਸੀ ਮੌਲਿਕ ਅਧਿਕਾਰ ਤੇ ਮੌਲਿਕ ਅਧਿਕਾਰ ਦੇ ਨਾਲ ਨਾਲ ਜੋ ਸਾਡਾ ਸੰਵਿਧਾਨ ਆ ਉਹਦੀ ਵੀ ਰੱਖਿਆ ਕਿਵੇਂ ਕੀਤੀ ਜਾਂਦੀ ਉਹਦੇ ਵਿੱਚ ਜੋ ਗੱਲਾਂ ਦੱਸੀਆਂ ਗਈਆਂ ਉਹਨਾਂ ਨੂੰ ਕਿਵੇਂ ਲਾਗੂ ਕੀਤਾ ਜਾਂਦਾ ਆ ਤੇ ਅਦਾਲਤਾਂ ਨੂੰ ਕਿਵੇਂ ਸੁਰੱਖਿਆ ਦਿੱਤੀ ਜਾਂਦੀ ਜੱਜਾਂ ਨੂੰ ਜਿਹੜਾ ਕਿਵੇਂ ਨਿਰਪੱਖ ਡਿਸੀਜਨ ਲੈਣ ਦੀ ਜਿਹੜੀ ਆਜ਼ਾਦੀ ਦਿੱਤੀ ਗਈ ਇਹ ਸਾਰੇ ਚੀਜ਼ਾਂ ਦੱਸੀਆਂ ਗਈਆਂ ਆ ਤਾਂ ਇਹ ਬਹੁਤ ਇੰਪੋਰਟੈਂਟ ਟਾਪਿਕ ਹੈਗਾ ਤੁਹਾਡੇ ਲਈ ਬੱਚਿਆਂ ਲਈ ਤੋਂ ਤੁਸੀਂ ਸਾਰੀਆਂ ਚੀਜ਼ਾਂ ਇਹ ਚੰਗੀ ਤਰ੍ਹਾਂ ਇਹਨੂੰ ਯਾਦ ਕਰਨਾ ਆ ਤੇ ਇਹ ਜਿਹੜੀਆਂ ਜਿਹੜੇ ਵੀ ਅਨੁਸ਼ੇਦ ਹੈਗੇ ਵਿੱਚ ਇਹ ਸਾਰੇ ਕੱਲੇ-ਕੱਲੇ ਅਨੁਸ਼ੇਦ ਨੂੰ ਕੱਲੇ-ਕੱਲੇ ਨੂੰ ਯਾਦ ਕਰ ਕਿਉਂਕਿ ਕੁਐਸਚਨ ਇਹ ਆਉਣਾ ਤੁਹਾਨੂੰ ਵੀ ਧਾਰਮਿਕ ਆਜ਼ਾਦੀ ਦਾ ਅਧਿਕਾਰ ਕੀ ਹੈ ਜਿਹੜੇ ਆਪਣੇ ਵਿਚਾਰ ਪ੍ਰਗਟ ਕਰਨ ਦੀ ਆਜ਼ਾਦੀ ਕੀ ਹੈ ਸਮਾਨਤਾ ਦਾ ਅਧਿਕਾਰ ਕਿ ਇਹਦੇ ਵਿੱਚ ਆਉਂਦਾ ਆ ਸ਼ੋਸ਼ਣ ਦੇ ਵਿਰੁੱਧ ਜਿਹੜਾ ਅਧਿਕਾਰ ਕਿਹੜਾ ਹੁੰਦਾ ਆ ਬੱਚਿਆਂ ਦਾ ਜਿਹੜਾ 14 ਤੋਂ ਅ 6 ਤੋਂ 14 ਸਾਲ ਦੀ ਸਿੱਖਿਆ ਦਾ ਅਧਿਕਾਰ ਜਾਂ ਉਹਨਾਂ ਦੇ ਸ਼ੋਸ਼ਣ ਦੇ ਵਿਰੋਧ ਦਾ ਅਧਿਕਾਰ ਜਿਹੜਾ ਉਹ ਕਿਹੜੀ ਧਾਰਾ ਦੇ ਵਿੱਚ ਕਿਹੜੇ ਅਨੁਛੇਦ ਚ ਆਉਂਦਾ ਆ ਤਾਂ ਉਹ ਤੁਹਾਨੂੰ ਯਾਦ ਹੋਣੇ ਚਾਹੀਦੇ ਆ ਸੋ ਬੱਚਿਓ ਅੱਜ ਦਾ ਟਾਪਿਕ ਇਹ ਸੀ ਆਪਣਾ ਤੁਹਾਡਾ ਬਹੁਤ ਬਹੁਤ ਧੰਨਵਾਦ